ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਵੈਸਾਖੀ ਦੇ ਦਿਹਾੜੇ ਨੂੰ ਸਮਰਪਿਤ ਪਿਛਲੇ ਕੁਛ ਦਿਨਾਂ ਤੋਂ ਨਿਰੰਤਰ ਵਿਸ਼ੇਸ਼ ਗੁਰਮਤਿ ਦੀਵਾਨ ਆਯੋਜਿਤ ਕੀਤੇ ਗਏ। ਇਸ ਵਰੇ ਜੋ ਸ਼ਬਦ ਭਾਈ ਸਾਹਿਬ ਹੁਣੇ ਪੜ੍ਹ ਕੇ ਖੱਟੇ ਨੇ ਤਕਰੀਬਨ 4-5 ਦਿਨ ਇਸ ਦੀ ਵਿਚਾਰ ਆਪਾਂ ਸਾਰਿਆਂ ਨੇ ਰਲ ਮਿਲ ਕੇ ਕੀਤੀ। ਜੋ ਹੁਣ ਤੱਕ ਦਾਸ ਬੋਲਿਆ ਸਿਰਫ ਇੱਕ ਸੰਖੇਪ ਜਿਹੀ ਪੰਛੀ ਚਾਤ ਆਪਾਂ ਕੀ ਵਿਚਾਰਿਆ। ਪਹਿਲੀ ਰਾਤ ਪਹਿਲੀ ਸ਼ਾਮ ਜਿੱਦਣ ਸ਼ੁਰੂਆਤ ਕੀਤੀ ਉਦਣ ਗੁਰੂ ਅਮਰਦਾਸ ਜੀ ਦਾ ਗੁਰਗੱਦੀ ਦਿਨ ਸੀ। ਉਸ ਦਿਨ ਹਜ਼ੂਰ ਗੁਰੂ ਅਮਰਦਾਸ ਜੀ ਦੀ ਬਾਣੀ ਉਹਨਾਂ ਦੀ ਕਾਲਣਾ ਔਰ ਉਹਨਾਂ ਦੀ ਸੇਵਾ ਦੇ ਮੁਤੱਲਕ ਆਪਾਂ ਯਤਨ ਕੀਤਾ ਵਿਚਾਰ ਕਰਨ ਦਾ। ਉਸ ਤੋਂ ਬਾਅਦ ਤੁਖਾਰੀ ਰਾਗ ਵਿੱਚ ਹਜ਼ੂਰ ਦਾ ਇਹ ਪਵਿੱਤਰ ਸ਼ਬਦ ਵੈਸਾਖ ਭਲਾ ਸ਼ਾਖਾ ਵੇਸ਼ ਕਰੇ ਤਨ ਦੇਖੈ ਹਰਦੁਆਰ ਆਵੋ ਦਇਆ ਕਰੇ, ਇਸ ਨੂੰ ਆਪਾਂ ਵਿਚਾਰਿਆ। ਅਤੇ ਉਸ ਦਿਨ ਜਿਸ ਸ਼ਦੋ ਵਿਚਾਰ ਸ਼ੁਰੂ ਕੀਤੀ ਅਤੇ ਇੱਕ ਬੇਨਤੀ ਕੀਤੀ ਸੀ ਕਿ ਇਸ ਸ਼ਬਦ ਦੇ ਰਾਹੀਂ ਗੁਰਦੇਵ ਜਿੱਥੇ ਬਾਹਰ ਦੇ ਮੌਸਮ ਦੀ ਕਰਵਟ ਦਾ ਜ਼ਿਕਰ ਕਰਦੇ ਨੇ ਉੱਥੇ ਬਿਰਹਾ ਵਾਲਾ ਹਿਰਦਾ ਉਹ ਸਾਈਂ ਦੇ ਚਰਨਾਂ ਵਿੱਚ ਮਿਲਾਪ ਦੀ ਤੜਫ ਦੇ ਲਈ ਪੁਕਾਰ ਕਰ ਰਿਹਾ ਹੈ, ਤਰਸ ਮੰਗ ਰਿਹਾ, ਆਪਣੀ ਕਮਾਈ ਦਾ ਜ਼ਿਕਰ ਨਹੀਂ ਕਰ ਰਿਹਾ। ਹੁਣੇ ਆਪਾਂ ਸੁਣਿਆ ਵੈਸਾਖ ਭਲਾ ਸਾਖਾ ਵੇਸ਼ ਕਰੇ ਧਨ ਦੇਖੈ ਹਰਦੁਆਰ ਆਵੋ ਦਇਆ ਕਰੇ, ਘਰ ਆਓ ਪਿਆਰੇ ਦੁੱਤਰ ਤਾਰੇ ਤੁਦ ਬਿਨ ਅੱਡ ਨਾ ਮੋਲੋ ਕੀਮਤ ਕੌਣ ਕਰੇ ਤੁਦ ਭਾਵਾਂ ਦੇਖ ਦਿਖਾਵੈ ਢੋਲੋ ਦੂਰ ਨਾ ਜਾਨਾ ਅੰਤਰ ਮਾਨਾ ਖਰਕਾ ਮਹਿਲ ਪਛਾਨਾ ਨਾਨਕ ਵੈ ਸਾਖੀ ਪ੍ਰਭ ਪਾਵੈ ਸੁਰਤ ਸ਼ਬਦ ਮਨ ਮਨ। ਆਪਾਂ ਇਹ ਸੰਖੇਪ ਵਾਚਿਆ। ਫਿਰ ਵੈਸਾਖੀ ਵਾਲੇ ਦਿਨ ਕੁਛ ਇਤਿਹਾਸਕ ਘਟਨਾਵਾਂ ਦਾ ਜ਼ਿਕਰ ਕੀਤਾ ਵੈਸਾਖ ਦੇ ਮਕੀਨੇ ਨਾਲ ਸੰਬੰਧਿਤ। ਉਸ ਦਿਨ ਇਸ ਸ਼ਬਦ ਦੀ ਆਪਾਂ ਮੁਕੰਮਲਤਾ ਕੀਤੀ ਸੀ। ਉਂਝ ਮੈਂ ਬੇਨਤੀ ਆਪ ਜੀ ਨੂੰ ਕਰਦਿਆਂ ਇਸ ਪਵਿੱਤਰ ਤੁਖਾਰੀ ਰਾਗ ਦੇ ਇਸ ਸ਼ਬਦ ਦੀ ਵਿਆਖਿਆ ਦਾ ਮਤਲਬ ਇਹ ਨਹੀਂ ਕਿ ਅਸੀਂ 4 ਦਿਨਾਂ 'ਚ ਸਭ ਕੁਝ ਖੋਲ੍ਹ ਕੇ ਦੇ ਬਾਰੇ ਬੋਲ ਗਏ। ਤੁਸੀਂ ਦੇਖੋ ਜਿਹੜੀਆਂ ਅੰਤਲੀਆਂ 2 ਤੁਕਾਂ ਨੇ ਇਹ ਕਥਾ ਦਾ ਤਾਂ ਵਿਸ਼ਾ ਹੈ ਹੀ ਨਹੀਂ ਸਾਡਾ,
ਇਹ ਤਾਂ ਨਰੋਲ ਅੰਦਰ ਦਾ ਅਨੁਭਵ ਹੈ, ਦੂਰ ਨਾ ਜਾਣਾ ਅੰਤਰ ਮਾਨਾ ਹਰ ਕਾ ਮਹਿਲ ਪਛਾਣਾ। ਮੈਂ ਸਿਰਫ ਜ਼ਬਾਨ ਤੋਂ ਅਰਥ ਕਰ ਦਿਆਂਗਾ ਪਰ ਮੈਂ ਉਸ ਨੂੰ ਦੂਰ ਜਾਣਨਾ ਹਾਂ, ਮੈਂ ਉਹਨੂੰ ਗੈਰ ਹਾਜ਼ਰ ਸਮਝਣਾ। ਇਹ ਗੁਰੂ ਨਾਨਕ ਸਾਹਿਬ ਜੀ ਦਾ ਉਹ ਅਨੁਭਵ, ਦੂਰ ਨਾ ਜਾਣਾ ਅੰਤਰ ਮਾਨਾ ਹਰ ਕਾ ਮਹਿਲ ਪਛਾਣਾ। ਸਤਿਗੁਰੂ ਕਹਿੰਦੇ ਨੇ ਵੈਸਾਖੀ ਉਹਦੇ ਲਈ ਜਿਹਨੇ ਵੈਸਾਖ ਦੇ ਮਹੀਨੇ 'ਚ ਸਾਈਂ ਨੂੰ ਪਾ ਲਿਆ, ਜਿਹਦੀ ਸੁਰਤ ਸ਼ਬਦ ਵਿੱਚ ਮੰਨ ਗਈ, ਉਹਦਾ ਮਨ ਭਿੱਜ ਗਿਆ, ਜਿਹਦਾ ਮਨ ਮੰਨ ਗਿਆ ਉਹਨੂੰ ਦੁਨੀਆ ਮਨਾਉਣ ਦੀ ਲੋੜ ਹੀ ਕੋਈ ਨਹੀਂ। ਇਹ ਦੋ ਤੁਕਾਂ, ਦੂਰ ਨਾ ਜਾਣਾ ਅੰਤਰ ਮਾਨਾ ਹਰ ਕਾ ਮਹਿਲ ਪਛਾਣਾ, ਨਾਨਕ ਵੈਸਾਖੀ ਪ੍ਰਭ ਪਾਵੈ ਸੁਰਤ ਸ਼ਬਦ ਮਨ ਮਨ। ਫਿਰ ਆਪ ਜੀ ਨੂੰ ਗਿਆਤ ਹੈ, ਅਸੀਂ ਅੰਮ੍ਰਿਤ ਸ਼ਬਦ ਦੇ ਸੰਬੰਧ ਦੇ ਵਿੱਚ ਵਿਚਾਰ ਕੀਤੀ ਸੀ ਕਿ ਅੰਮ੍ਰਿਤ ਸ਼ਬਦ ਕਿਸ ਕਿਸ ਰੂਪ ਵਿੱਚ ਬਾਣੀ ਵਿੱਚ ਆਇਆ ਹੈ। ਮੈਂ ਇਸ ਕਰਕੇ ਜੋ ਆਪਾਂ 10 ਦਿਨ ਬੋਲੇ ਹਾਂ ਮੈਂ ਸਿਰਫ ਸੰਖੇਪ ਜਿਹਾ। ਫਿਰ ਬੇਨਤੀ ਕੀਤੀ ਸੀ ਅੰਮ੍ਰਿਤ ਅੰਦਰ ਹੈ, ਗੁਰੂ ਕੋਲੋਂ ਅੰਮ੍ਰਿਤ ਦੀ ਦਾਤ ਮੰਗਣੇ ਹਾਂ। ਉਸ ਤੋਂ ਬਾਅਦ ਅਸੀਂ ਇਹ ਵਿਚਾਰ ਕੀਤੀ ਸੀ ਵੀ ਰਹਿਤ ਕਿਉਂ ਜ਼ਰੂਰੀ ਹੈ, ਰਹਿਤ ਸ਼ਬਦ ਬਾਰੇ, ਮਰਿਆਦਾ ਬਾਰੇ ਅਸੀਂ ਗੱਲ ਕੀਤੀ। ਫਿਰ 2 ਦਿਨ ਹੋ ਗਏ ਆਪਾਂ ਜਿਹੜੇ ਸਿੰਬਲ ਨੇ, ਜਿਹੜੇ ਚਿੰਨ੍ਹ ਨੇ, ਇਹਨਾਂ ਦਾ ਅਰਥ ਕੀ ਹੈ, ਇਹਨਾਂ ਦਾ ਭਾਵ ਕੀ ਹੈ, ਅਸੀਂ ਉਹਨਾਂ ਜਿਹੜੇ ਚਿੰਨ੍ਹ ਸਨ ਉਹਨਾਂ ਬਾਰੇ ਵਿਚਾਰ ਕੀਤੀ। ਉਸ ਵਿੱਚੋਂ ਅਸੀਂ ਬਾਣੀ ਵਿੱਚ ਵਰਤੇ ਕੋਈ ਚਿੰਨ੍ਹ ਵੀ ਲਏ। ਫਿਰ ਕੱਲ੍ਹ ਸ਼ਾਮ ਤੱਕ ਹਜ਼ੂਰ ਦੀ ਦਿੱਤੀ ਕੋਈ ਰਹਿਤ 5 ਕਕਾਰ ਧਾਰਨ ਕਰਨੇ, 4 ਬੱਜਰ ਕਰੈਤਾਂ ਤੋਂ ਬਚਣਾ, ਅਸੀਂ ਇਹਦੇ ਸੰਖੇਪ ਜੈ ਭਾਵ ਲਏ। ਅੱਜ ਦਾਸ ਦੀ ਇੱਛਾ ਹੈ ਕੋਈ ਗੁਰੂ ਘਰ, ਕੋਈ ਅਸਥਾਨ ਦੇਸ਼ ਵਿਦੇਸ਼ ਵਿੱਚ ਐਸਾ ਨਹੀਂ ਜਿੱਥੇ ਸਰਬ ਲੋਹ ਦੀਆਂ ਇਹ ਤੁਕਾਂ ਨਹੀਂ ਪੜੀਆਂ ਗਈਆਂ ਕਿ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋਂ ਕਰੋ ਨਿਵਾਸ। ਅਰਥ ਬੜੇ ਸਰਲ ਨੇ ਕਿ ਖਾਲਸਾ ਮੇਰਾ ਆਪਣਾ ਖਾਸ ਰੂਪ ਹੈ ਅਤੇ ਖਾਲਸੇ ਦੇ ਵਿੱਚ ਆਪਣਾ ਮੈਂ ਨਿਵਾਸ ਰੱਖਣਾ। ਉਸ ਵਿੱਚ ਖਾਲਸਾ ਉਪਮਾ ਲਈ ਬੜੇ ਸ਼ਬਦ ਕਹਿ ਕਿ ਖਾਲਸਾ ਮੇਰੋ ਇਸ਼ਟ ਸੁਹਿਰਦ, ਖਾਲਸਾ ਮੇਰੋ ਕਈਅਤ ਬਿਰਧ, ਖਾਲਸਾ ਮੇਰਾ ਸਤਿਗੁਰ ਪੂਰਾ, ਖਾਲਸਾ ਮੇਰਾ ਸੱਜਣ ਸੂਰਾ। ਪਰ ਉਹਦੇ ਅੰਤ ਸਤਿਗੁਰੂ ਕਹਿੰਦੇ ਨੇ ਹਉਂ ਖਾਲਸੇ ਕਾ ਖਾਲਸਾ ਮੇਰੋ ਓਤ ਪੋਤ ਸਾਗਰ ਬੁੰਦੇ। ਮੈਂ ਕੁਛ ਬੇਨਤੀ ਬਾਣੀ ਤੋਂ ਸ਼ੁਰੂ ਕਰਾਂਗਾ ਕਿਉਂਕਿ ਦਾਸ ਬੇਨਤੀ ਉਸ ਦਿਨ ਵੀ ਕੀਤੀ, ਜੋ ਕੁਛ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਬਖਸ਼ਿਸ਼ ਕੀਤਾ, ਕਿਸੇ ਵੀ ਉਸ ਦਾਤੇ ਦੀ ਬਖਸ਼ੀ ਦਾਤ ਨੂੰ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਤੋਂ ਅੱਡ ਕਰਕੇ ਵਿਆਖਿਆ ਮਤ ਕਰੋ। ਬੇਸ ਜੋ ਸਾਡਾ ਹੈ ਉਹ ਸ਼ਬਦ ਗੁਰੂ ਗ੍ਰੰਥ ਸਾਹਿਬ ਹੈ। ਆਓ ਥੋੜ੍ਹਾ ਜਿਹਾ ਇਸ ਸ਼ਬਦ ਨੂੰ ਅੱਜ, ਖਾਲਸਾ ਕੀ ਹੈ, ਖਾਸ ਰੂਪ ਕੀ ਹੈ, ਅਤੇ ਇਹ ਵੀ ਸਿਰਫ ਜਿੰਨੀ ਕੁ ਮੈਨੂੰ ਸਮਝ ਮੈਂ ਉਹ ਕੁਛ ਬੋਲਾਂਗਾ ਕਿਉਂਕਿ ਉਸ ਦਾਤੇ ਦੀ ਦਾਤਾ ਜਾਣੇ, ਅਤੇ ਕਿਉਂਕਿ ਅਸੀਂ ਕਦੀ ਤੁਸੀਂ ਜਨਮ ਸਾਖੀਆਂ ਜਿੰਨਾ ਪੜ੍ਹੀਆਂ ਨੇ, ਕਿਉਂਕਿ ਅੱਜ ਕੱਲ੍ਹ ਤਾਂ ਪੜ੍ਹੀ ਨਾ ਜਾਂਦਾ। ਮੈਂ ਰਾਤ ਇੱਕ ਬੇਨਤੀ ਕੀਤੀ ਸੀ, ਸ਼ੱਕ ਦੁਨੀਆ 'ਚ ਸਭ ਤੋਂ ਭੈੜੀ ਬਿਮਾਰੀ, ਜੇ ਪਤੀ ਪਤਨੀ ਵਿੱਚ ਸ਼ੱਕ ਪੈਦਾ ਹੋ ਜਾਏ ਤਾਂ ਘਰ ਗਿਆ, ਜੇ ਪਰਿਵਾਰ ਦੇ ਵਿੱਚ ਸੰਤਾਨ ਪਤੀ ਸ਼ੱਕ ਪੈਦਾ ਹੋ ਗਿਆ ਤਾਂ ਕਹਾਣੀ ਗਈ, ਜੇ ਸੰਸਥਾ ਵਿੱਚ ਕੰਮ ਕਰਨ ਵਾਲੇ ਬੰਦੇ ਇੱਕ ਦੂਜੇ ਨੂੰ ਸ਼ੱਕ ਨਾਲ ਦੇਖਣ ਲੱਗ ਪੈਣ ਤਾਂ ਖਤਮ ਕਹਾਣੀ। ਅਤੇ ਜਦੋਂ ਸ਼ਰਧਾ ਭਾਵਨਾ ਨਾਲ ਕੋਈ ਗੁਰੂ ਨੂੰ ਸਮਰਪਣ ਹੋਵੇ ਅਤੇ ਉਸ ਸਾਫ਼ ਹਿਰਦੇ ਵਾਲੇ ਦੇ ਅੰਦਰ ਸ਼ੱਕ ਪੈਦਾ ਕਰਦੇ ਹੋ, ਡੱਕੋ ਡੋਲਿਓ ਵੀ ਖਾਣ ਲੱਗ ਪੈਂਦਾ।
ਪਰ ਮੈਂ ਬੇਨਤੀ ਕਰਾਂਗਾ ਸਾਡੀਆਂ ਜਨਮ ਸਾਖੀਆਂ ਜਦੋਂ ਅਸੀਂ ਪੜ੍ਹਦੇ ਹਾਂ, ਮੈਂ ਜੇ ਫਤਿਹ ਨਹੀਂ ਗਜਾਈ, ਉਹ ਸਾਖੀ ਪੂਰੀ ਲਿਖਦੇ ਨੇ, ਪਰ ਸਾਖੀ ਪੂਰੀ ਲਿਖਣ ਤੋਂ ਬਾਅਦ ਇੱਕ ਸ਼ਬਦ ਅਕਸਰ ਮੋਲਦੇ ਲਿਖਦੇ ਨੇ, ਬੋਲੋ ਭਾਈ ਸਤ ਕਰਤਾਰ, ਅਤੇ ਨਾਲ ਕਹਿੰਦੇ ਨੇ ਗੁਰੂ ਕੀ ਗਤ ਗੁਰੂ ਜਾਣੇ। ਕਮਾਲ ਕਰ ਦਿੱਤੀ ਉਹ ਲਿਖਣ ਵਾਲੇ, ਉਹ ਲਿਖ ਵੀ ਗਿਆ ਪਰ ਨਾਲ ਕਹਿ ਗਿਆ ਵੀ ਜੋ ਮੈਂ ਲਿਖਿਆ ਹੈ ਮੈਂ ਅਲਪਗ ਹਾਂ, ਗੁਰੂ ਦੇ ਚਰਿੱਤਰ ਗੁਰੂ ਦੇ ਕੌਤਕ ਗੁਰੂ ਕੀ ਜਾਣਦਾ ਹੈ, ਇਸੇ ਕਰਕੇ ਆ ਸਤਰੋ ਲਿਖ ਗਿਆ ਗੁਰੂ ਕੀ ਗਤ ਗੁਰੂ ਜਾਣੇ। ਆਹੋ ਵੈਸੇ ਤਾਂ ਗੁਰੂ ਦੀਆਂ ਗੱਲਾਂ ਸਤਿਗੁਰੂ ਹੀ ਜਾਣਦਾ ਹੈ, ਪਰ ਜਿੰਨੀ ਕੁ ਸਾਨੂੰ ਲੋਕਾਂ ਨੂੰ ਸਮਝ ਪੈਂਦੀ ਹੈ ਅਸੀਂ ਉਹਦੀ ਵਿਆਖਿਆ ਕਰਨ ਤੁਰ ਪੈਂਦੇ ਹਾਂ। ਕਰੋ ਕਿਰਪਾ, ਆਪ ਜਿਤਨੇ ਹਜ਼ੂਰ ਦੇ ਚਰਨਾਂ ਵਿੱਚ ਉਪਸਥਿਤ ਹੋ ਅਸੀਸ ਬਖਸ਼ੋ, ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਕਰੋ ਕਿਰਪਾ ਔਰ ਗੁਰੂ ਬਖਸ਼ੀ, ਫਤਿਹ ਉਚਾਰਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਖਲਾਸ ਸ਼ਬਦ, ਖਾਲਸੇ ਸ਼ਬਦ ਅਤੇ ਖਲਾਸਾ ਸ਼ਬਦ ਦੀ ਵਰਤੋਂ ਕੀਤੀ ਗਈ ਹੈ। ਖਲਾਸੀ ਸ਼ਬਦ ਵੀ ਵਰਤਿਆ ਹੈ, ਬੰਦ ਖਲਾਸੀ ਭਾਣੇ ਹੋਏ, ਉੱਥੇ ਖਲਾਸੀ ਦਾ ਅਰਥ ਹੈ ਮੁਕਤੀ, ਬੰਧਨਾਂ ਤੋਂ ਮੁਕਤੀ ਤੇਰੇ ਭਾਣੇ 'ਚ ਹੋਵੇਗੀ। ਕਹਿ ਰਵਿਦਾਸ ਖਲਾਸ ਚਮਾਰਾ, ਜੋ ਹਮ ਸ਼ਹਿਰੀ ਸੋ ਮੀਤ ਹਮਾਰਾ, ਉਸੇ ਵੀ ਲਬਦ ਖਲਾਸ ਵਰਤਿਆ। ਕਬੀਰ ਸਾਹਿਬ ਦਾ ਇਹ ਬਚਨ, ਕਹੋ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਜੇ ਜਾਣੇ, ਉਹਨਾਂ ਨੇ ਖਾਲਸੇ ਸ਼ਬਦ ਲਈ ਦੋ ਸ਼ਬਦ ਜਿਹੜੇ ਅੱਗੇ ਰੱਖ ਦਿੱਤੇ ਬੜੇ ਕਮਾਲ ਦੇ ਰੱਖੇ। ਕਬੀਰ ਸਾਹਿਬ ਦੀ ਤੁਕ ਅਤੇ ਗੁਰੂ ਗੋਬਿੰਦ ਸਿੰਘ ਦੇ ਸਵੱਈਏ ਨੂੰ ਬਰਾਬਰ ਰੱਖ ਕੇ ਪਾਠ ਕਰੋ। ਮੈਂ ਇੱਕੋ ਤੁਕ ਪੜ੍ਹਨ ਅੱਗੇ ਅਸੀਂ ਵਾਚਾਂਗੇ। ਉਹ ਕਹਿੰਦੇ ਨੇ ਕਹੋ ਕਬੀਰ ਜਨ ਭਏ ਖਾਲਸੇ, ਕੌਣ ਖਾਲਸੇ, ਅੱਗੇ ਕੰਡੀਸ਼ਨ ਹੈ ਪ੍ਰੇਮ ਭਗਤ ਜੇ ਜਾਨੀ, ਜਿਨ੍ਹਾਂ ਨੇ ਪਰਿਪੂਰਨ ਪਰਮਾਤਮਾ ਦੀ ਪ੍ਰੇਮਾ ਭਗਤੀ ਨੂੰ ਜਾਣ ਲਿਆ ਵੋ ਹੀ ਭਏ ਖਾਲਸੇ। ਇਹਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਪੂਰਨ ਪ੍ਰੇਮ ਪ੍ਰਤੀਤ ਸਜੈ, ਪ੍ਰੇਮ ਭਗਤ ਜੇ ਜਾਨੀ। ਦੋਨਾਂ ਤੁਕਾਂ ਨੂੰ ਬਰਾਬਰ ਰੱਖ ਕੇ ਆਪਾਂ ਦੇਖੀਏ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚੋਂ ਕੁਛ ਅਸੀਂ ਪ੍ਰਮਾਣ ਲਾਂਗੇ ਕਿ ਹਜ਼ੂਰ ਸੱਚੇ ਪਾਤਸ਼ਾਹ, ਪਹਿਲੀ ਗੱਲ ਕੀ ਮੰਜ਼ਿਲ ਹੈ, ਖਾਲਸਾ ਸ਼ਬਦ ਕੀ ਹੈ। ਭਾਵੇਂ ਆਪ ਸਾਰੇ ਜਾਣਦੇ ਹੋ ਸਿਰਫ ਦੋ ਹੀ ਅਰਥ ਕੀਤੇ ਜਾਂਦੇ ਆ, ਇੱਕ ਖਾਲਸੇ ਦਾ ਅਰਥ ਕੀਤਾ ਜਾਂਦਾ ਹੈ ਸ਼ੁੱਧ, ਅਤੇ ਇੱਕ ਖਾਲਸੇ ਦਾ ਅਰਥ ਕੀਤਾ ਜਾਂਦਾ ਹੈ ਜ਼ਮੀਨ ਦਾ ਉਹ ਟੁਕੜਾ ਜਿਹਦਾ ਸੰਬੰਧ ਸਟੇਟ ਨਾਲ ਨਹੀਂ ਫੈਡਰਲ ਨਾਲ ਹੈ, ਜਿਹਦਾ ਸੰਬੰਧ ਸਿੱਧੇ ਬਾਦਸ਼ਾਹ ਨਾਲ ਹੈ। ਉਂਝ ਵੈਸੇ ਇੱਕ ਸਹਿਜਧਾਰੀ ਵਿਦਵਾਨ ਸਨ ਡਾਕਟਰ ਨਵਰਤਨ ਕਪੂਰ, ਉਹਨਾਂ ਨੇ ਖਾਲਸੇ ਦੇ ਉੱਤੇ ਪੂਰਾ ਲੇਖ ਲਿਖਿਆ, ਖਾਲਸਾ ਸ਼ਬਦ ਕੀ ਹੈ, ਕਿਉਂਕਿ ਉਹ ਜ਼ਿਆਦਾ ਆਪਾਂ ਗਹਿਰਾਈ 'ਚ ਨਹੀਂ ਜਾਵਾਂਗੇ। ਸਿਰਫ ਬੇਨਤੀ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਅਸੀਂ ਜਦੋਂ ਦੇਖਦੇ ਹਾਂ, ਜਿਹੜਾ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੋ ਨਿਵਾਸ, ਇਹਨੂੰ ਕੇਵਲ ਬਾਹਰਮੁਖੀ ਚਿੰਨ੍ਹਾਂ ਤੱਕ, ਕੱਲ੍ਹ ਵੀ ਮੈਂ ਕਿਹਾ ਸੀ ਇੱਥੋਂ ਤੱਕ ਸੀਮਿਤ ਮਤ ਕਰੋ। ਜਦੋਂ ਸਿਰਫ ਲੋਕ ਚਿੰਨ੍ਹਾਂ ਦੇ ਝਗੜੇ ਵਿੱਚ ਸਿੰਬਲ ਤੱਕ ਸੀਮਿਤ ਰਹਿ ਜਾਣ, ਅੰਦਰੋਂ ਗੁਣ ਗਵਾਚ ਜਾਏ, ਤਾਂ ਲੋਕ ਫਿਰ ਉਸ ਚਿੰਨ੍ਹ ਦੇ ਉੱਪਰ ਵੀ ਸ਼ੱਕ ਕਰਨ ਲੱਗ ਪੈਂਦੇ ਆ।
ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਖਾਸ ਰੂਪ ਇਨਸਾਨ ਹੋ ਸਕਦਾ ਕਿ ਗੁਰੂ ਜਿਹੜਾ ਉਹ ਸਿੱਖ ਦੇ ਵਿੱਚ ਨਿਵਾਸ ਕਰਦਾ? ਫਿਰ ਸੁਣੋ, ਪੜ੍ਹਦੇ ਸੀ ਸਾਰੇ ਹਾਂ ਕਿ ਮੇਰਾ ਖਾਸ ਰੂਪ ਖਾਲਸਾ ਜੋ ਸਰਬਲੋਚ ਪੜ੍ਹਿਆ ਗਿਆ, ਇੰਨੇ ਦਿਨ ਸੁਣਦੇ ਰਹੇ ਆਪਾਂ, ਅਤੇ ਮੈਂ ਖਾਲਸੇ ਵਿੱਚ ਨਿਵਾਸ ਕਰਨਾ। ਇਹ ਸ਼ਬਦ ਹੈ ਕਿ ਗੁਰੂ ਗ੍ਰੰਥ ਸਾਹਿਬ 'ਚੋਂ ਆਓ ਥੋੜ੍ਹੇ ਜਿਹੇ ਸ਼ਬਦ ਅਸੀਂ ਲਾਂਗੇ, ਕਿਉਂਕਿ ਖਾਸ ਰੂਪ ਦਾ ਜਦੋਂ ਜ਼ਿਕਰ ਚੱਲਦਾ ਹੈ ਅਤੇ ਕੁਦਰਤੀ ਤੌਰ 'ਤੇ ਉਦੋਂ ਜੀਵਨ ਵਾਲੇ ਗੁਰਮੁਖ ਪਿਆਰੇ ਦਾ ਜ਼ਿਕਰ ਆਏਗਾ। ਜੀਵਨ ਵਾਲੇ ਦਾ ਰੂਪ ਜਿਹੜਾ ਉਹ ਗੁਰੂ ਦਾ ਰੂਪ ਹੋ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚੋਂ ਕੋਈ ਸ਼ਬਦ ਨਹੀਂ ਜੀ, ਉਸ ਦਿਨ ਵੀ ਮੈਂ ਅਰਜ਼ ਕੀਤੀ, ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚੋਂ ਇੱਕ ਸ਼ਬਦ ਪੜ੍ਹਨੇ ਆ, ਸੰਤ। ਸੰਤ ਲਫਜ਼ ਦੀ ਸੀ ਵਿਆਖਿਆ ਕੀਤੀ, ਵਿਆਖਿਆ ਨਹੀਂ ਮੈਂ ਕਰਾਂਗਾ, ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਸੰਤ ਅਸਲ 'ਚ ਨਾ ਲਿਬਾਸ ਹੈ, ਸੰਤ ਨਾ ਇੱਕ ਜਮਾਤ ਹੈ। ਸਮਝੋ ਵੀ ਇਸ ਜਮਾਤ 'ਚੋਂ ਸੰਤ ਨਿਕਲਿਆ ਅਗਲਾ ਵੀ ਸੰਤ ਨਹੀਂ, ਨਾ ਤਾਂ ਇਹ ਜਮਾਤ ਹੈ ਨਾ ਇਹ ਪੁਸ਼ਾਕ ਹੈ। ਸੰਤ ਤਾਂ ਪਰਿਪੂਰਨ ਪਰਮਾਤਮਾ ਜੀ ਦੇ ਉਹ ਬਖਸ਼ਿਸ਼ ਭਰਿਆ ਤੱਤ ਗਿਆਨ ਕਹਿ, ਜਿਸ ਵਿੱਚੋਂ ਤੱਤ ਪੈਦਾ ਹੋ ਗਿਆ, ਯਾਦ ਰੱਖੋ ਉਹ ਹੀ ਸੰਤ ਕਹਿ। ਉਹਨੂੰ ਜਿਵੇਂ ਮਰਜ਼ੀ ਆਪਾਂ ਵਿਆਖਿਆ ਫਿਰ ਬਾਹਰ ਦੀ ਜੋ ਕਰਨੇ ਆ ਉਹਦੀ ਸ਼ਖਸੀਅਤ ਨੂੰ ਲੈ ਕੇ। ਉਂਝ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਤਾਬਕ ਕਹਿੰਦੇ ਨੇ ਸੰਤ ਉਹਦੀ ਸਾਧਨਾ ਉਹਦੇ 'ਤੇ ਜੋ ਬਖਸ਼ਿਸ਼ ਕਹਿ, ਇੱਕ ਦਿਨ ਸੰਤ ਜਿਹੜਾ ਉਹ ਅਨੰਤ ਦੇ ਵਿੱਚ ਲੀਨ ਹੋ ਜਾਂਦਾ ਹੈ। ਮੇਰੋ ਰੂਪ ਹੈ ਖਾਸ, ਮੈਂ ਬੇਨਤੀ ਕਰਨੀ ਹੈ ਇਸ ਕਰਕੇ ਵੀ ਭਾਈ ਗੁਰਸਿੱਖੋ, ਇਹ ਸਭ ਕੁਝ ਗੁਰੂ ਗ੍ਰੰਥ ਸਾਹਿਬ 'ਚ ਦਿੱਤਾ ਹੋਇਆ। ਮਹਾਰਾਜ ਜੀ ਨੇ ਕਿਹਾ ਸੰਤ ਅਨੰਤ ਵਿੱਚ ਅਭੇਦ ਹੋ ਜਾਂਦਾ, ਸੰਤ ਵਿੱਚ ਅਤੇ ਅਨੰਤ ਵਿੱਚ ਕੋਈ ਭੇਦ ਨਹੀਂ ਰਹਿੰਦਾ। ਇੱਥੋਂ ਤੱਕ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬੋਲਣੇ ਕਿ ਪਰਮਾਤਮਾ ਵੀ ਬੋਲ ਕੇ ਕਹਿੰਦਾ, ਜਿਵੇਂ ਗੁਰੂ ਗੋਬਿੰਦ ਸਿੰਘ ਕਹਿ ਰਹੇ ਨੇ ਖਾਲਸਾ ਮੇਰੋ ਰੂਪ ਹੈ ਖਾਸ, ਗੁਰੂ ਗ੍ਰੰਥ ਸਾਹਿਬ ਵਿੱਚ ਪਰਮਾਤਮਾ ਬੋਲ ਕੇ ਕਹਿੰਦੇ ਨੇ, ਜੇ ਮੇਰੇ ਪ੍ਰਾਣ ਦੇਖਣੇ ਨੇ ਅਤੇ ਸੱਤ ਸੰਗਤ ਵਿੱਚ ਨੇ, ਜੇ ਮੇਰੇ ਸਰੀਰ ਦੀ ਝਲਕ ਪਾਣੀ ਹੈ ਅਤੇ ਬੰਦਗੀ ਕਰਨ ਵਾਲੇ ਦੇ ਸੰਤ ਦੇ ਸਰੀਰ ਵਿੱਚ ਕਹਿ। ਮੈਂ ਸ਼ਬਦ ਪੜ੍ਹਾਂਗਾ, ਸੰਤ ਤੁਝੀ ਤਨ ਸੰਗਤ ਪ੍ਰਾਣ, ਆਸਾ ਰਾਗ ਭਗਤ ਰਵਿਦਾਸ ਸਾਹਿਬ ਜੀ ਮਹਾਰਾਜ। ਅਤੇ ਮੇਰਾ ਖਿਆਲ ਤੁਹਾਡੇ ਸਭ ਕੁਝ ਫੋਨਾਂ ਦੇ ਵਿੱਚ ਸ਼ਬਦ ਹੈ, ਤੁਸੀਂ ਦੇਖ ਸਕਦੇ ਹੋ ਉਹਦੇ ਅਰਥ ਕੀ, ਕਿਉਂਕਿ ਕਈ ਵਾਰੀ ਲੋਕ ਕਹਿੰਦੇ ਆ ਇਹ ਅਰਥਾਂ ਦੇ ਵਿੱਚ ਸ਼ਾਇਦ ਬੋਲਣ ਵਾਲੇ ਆਪਣੇ ਢੰਗ ਨਾਲ ਕਰਦੇ ਨੇ। ਉੱਥੇ ਕਿਹਾ ਸੰਤ ਤੁਝੀ ਤਨ ਸੰਗਤ ਪ੍ਰਾਣ, ਅਖਰੀ ਅਰਥ ਨੇ ਪ੍ਰਭੂ ਸੰਤ ਤੇਰਾ ਤਨ ਨੇ, ਤੁਝੀ ਤਨ ਤੇਰਾ ਤਨ ਨੇ, ਉਹਨਾਂ ਦੇ ਪ੍ਰਾਣ ਰਹਿੰਦੇ ਨੇ ਜਿੱਥੇ ਸੱਤ ਸੰਗਤ ਕਹਿ। ਇਹ ਜੀ ਤੁਹਾਨੂੰ ਕਿਹਨੇ ਦੱਸਿਆ? ਅੱਗੇ ਰਵਿਦਾਸ ਸਾਹਿਬ ਕਹਿੰਦੇ ਨੇ ਸੰਤ ਤੁਝੀ ਤਨ ਸੰਗਤ ਪ੍ਰਾਣ, ਸਤਿਗੁਰ ਗਿਆਨ ਜਾਣੈ ਸੰਤ ਦੇਵਾ ਦੇਵ। ਇਹ ਸ਼ਬਦ ਫਿਰ ਸੁਣੋ, ਦੇਵਾ ਦੇਵ ਦਾ ਅਰਥ ਹੈ ਦੇਵਾਦ ਦੇਵ ਪ੍ਰਕਾਸ਼ ਰੂਪ ਪਰਮਾਤਮਾ, ਸਤਿਗੁਰ ਗਿਆਨ ਜਾਣੈ, ਇਹਦੇ ਅਰਥ ਇਸ ਤਰ੍ਹਾਂ ਕਰਾਂਗੇ। ਕਹਿੰਦੇ ਨੇ ਉਸ ਪ੍ਰਕਾਸ਼ ਸਵਰੂਪ ਪਰਮਾਤਮਾ ਨੇ ਸਮਰੱਥ ਸਤਿਗੁਰੂ ਨਾਲ ਮਿਲਾਇਆ ਅਤੇ ਸਤਿਗੁਰੂ ਦੇ ਗਿਆਨ ਨੇ ਇਹ ਗੱਲ ਸਮਝਾਈ ਕਿ ਸੰਤ ਤੁਝੀ ਤਨ ਸੰਗਤ ਪ੍ਰਾਣ, ਸਤਿਗੁਰ ਗਿਆਨ ਜਾਣੈ ਸੰਤ ਦੇਵਾ ਦੇਵ। ਬੇਨਤੀ ਫਿਰ ਸੁਣਿਓ, ਸਤਿਗੁਰੂ ਨੇ ਸਮਝਾਇਆ ਸੰਤ ਇੱਕ ਦਿਨ ਅਨੰਤ ਵਿੱਚ ਅਭੇਦ ਹੋ ਜਾਂਦਾ, ਉਹ ਸਰੀਰਕ ਤੌਰ 'ਤੇ ਵਿਚਰਦਾ ਪਰ ਸੁਰਤ ਦੇ ਤੌਰ 'ਤੇ ਉਹ ਅਭੇਦ ਕਹਿ। ਆਹ ਥੋੜ੍ਹੇ ਜਿਹੇ ਸੀ, ਕਿਉਂਕਿ ਖਾਲਸਾ ਦਸਵੇਂ ਜਾਮੇ 'ਚ ਪੂਰਨ ਮੁਕੰਮਲਤਾ ਹੈ, ਖਾਲਸਾ ਅਭੇਦ ਹੋਈ ਸੁਰਤ ਹੈ, ਖਾਲਸਾ ਗੁਰੂ ਗੋਬਿੰਦ ਸਿੰਘ ਦੇ ਵਿੱਚ ਬਿਲਕੁਲ ਓਤ ਪੋਤ ਹੈ। ਇਸ ਤਰ੍ਹਾਂ ਜਿਵੇਂ ਤਾਣਾ ਅਤੇ ਪੇਟਾ, ਚਲੋ ਤਾਣਾ ਪੇਟਾ ਮੈਂ ਸ਼ਬਦ ਵਰਤ ਲਿਆ,
ਮੈਂ ਕਈ ਵਾਰੀ ਉਸ ਦਿਨ ਵੀ ਕਿਹਾ ਮੈਨੂੰ ਦੁਬਾਰਾ ਫਿਰ ਵਿਆਖਿਆ ਪੈਂਦੀ, ਤਿਆਣੇ ਪੇਟੇ ਦਾ ਪਤਾ ਨਹੀਂ ਹੋਣਾ। ਜਿਹਨਾਂ ਦਰੀਆਂ ਲਾਈਆਂ ਬੀਬੀਆਂ ਨੇ ਉਹਨਾਂ ਨੂੰ ਪਤਾ ਤਾਣਾ ਪੇਟਾ ਕੀ ਹੁੰਦਾ। ਇੱਕ ਸਿੱਧੀ ਸਿੱਧੀ ਤੰਦ ਪਾਣੀ ਅਤੇ ਇੱਕ ਚੌੜੇ ਦਾ ਤੰਦ ਪਾਣੀ, ਉਹਨੂੰ ਤਾਣਾ ਪੇਟਾ ਕਿਹਾ ਜਾਂਦਾ ਸੀ। ਓਤ ਪੋਤ ਲਫਜ ਅਸੀਂ ਵਰਤਿਆ। ਮੈਂ ਬੇਨਤੀ ਕਰਾਂਗਾ, ਸੰਤ ਤੁਜੀ ਤਨ ਸੰਗਤ ਪ੍ਰਾਣ, ਸਤਿਗੁਰ ਗਿਆਨ ਜਾਣੈ ਸੰਤ ਦੇਵਾ ਦੇਵ। ਉਹਦੇ ਅਖੀਰ ਵਿੱਚ ਇੱਕ ਬਚਨ ਕਹਿ ਰਵਿਦਾਸ ਭਣੈ, ਭਗਤ ਰਵਿਦਾਸ ਕਹਿੰਦੇ ਨੇ ਮੈਂ ਬੋਲ ਰਿਹਾ, ਜੋ ਜਾਣੈ ਸੋ ਜਾਣ, ਉਹ ਹੀ ਸਿਆਣਾ ਜਿਹਨੂੰ ਇਹ ਗੱਲ ਸਮਝ ਪੈ ਗਈ। ਅਤੇ ਅੱਜ ਜਿਹਨੂੰ ਇਹ ਸਮਝ ਪੈ ਜਾਏ ਉਹਨੂੰ ਸਿੱਖ ਚੇਤੇ ਰੱਖਿਓ, ਕਮਲਾ ਅਤੇ ਦੇਹ ਧਾਰੀ ਦੀ ਪੂਜਾ ਕਹਿਣ ਲੱਗ ਪੈਂਦੇ। ਭਗਤ ਜੀ ਕਹਿੰਦੇ ਰਵਿਦਾਸ ਭਣੈ, ਜੋ ਜਾਣੈ ਸੋ ਜਾਣ, ਜਿਹਨੂੰ ਇਹ ਸਮਝ ਗਏ ਪੈ ਗਈ, ਉਹ ਹੀ ਸਿਆਣ ਹੈ। ਕੌਣ? ਸੰਤ ਅਨੰਤ ਹੈ, ਅੰਤਰ ਨਹੀਂ ਖਾਲਸਾ ਮੇਰੋ ਰੂਪ ਹੈ ਖਾਸ। ਸੰਤ ਔਰ ਅਨੰਤ 'ਚ ਕੋਈ ਅੰਤਰ ਨਹੀਂ। ਕਹਿੰਦੇ ਜਿਹਨੂੰ ਇਹ ਸਮਝ ਪੈ ਗਈ ਉਹ ਹੀ ਅੰਦਰੋਂ ਸਿਆਣਾ ਹੈ। ਇਹਦਾ ਮਤਲਬ ਕਿ ਸੰਤ ਇੱਕ ਦਿਨ ਗੁਰੂ ਬਖਸ਼ਿਸ਼ ਨਾਲ ਉਸ ਅਨੰਤ ਵਿੱਚ ਅਭੇਦ ਹੋ ਜਾਂਦਾ ਹੈ। ਸੰਤ ਅਨੰਤ ਹੈ, ਅੰਤਰ ਨਾਹੀਂ। ਇਸ ਤੋਂ ਅਗਲੀ ਬੇਨਤੀ ਦਾਸ ਕਰੇ, ਫਿਰ ਅਸੀਂ ਬਾਣੀ 'ਚੋਂ ਦੇਖਾਂਗੇ ਜਿਹੜੇ ਅਭੇਦ ਹੋਏ ਨੇ ਉਹ ਖੁਦ ਕਹਿੰਦੇ ਨੇ ਸਾਡੇ ਵਿੱਚ ਅਤੇ ਪਰਮਾਤਮਾ 'ਚ ਅੰਤਰ ਨਹੀਂ। ਪਰ ਉਸ ਅਭੇਦਤਾ ਨੂੰ ਸੂਫੀਵਾਦ ਦਾ ਅਨਹਲ ਹੱਕ ਸ਼ਬਦ ਨਾਲ ਵਿਆਖਿਆ ਨਹੀਂ ਕਰਨੀ, ਨਾ ਉਸ ਦੀ ਵਿਆਖਿਆ ਅਸੀਂ ਵੇਦਾਂਤ ਦੇ ਸ਼ਬਦ ਅੰਗ ਬ੍ਰਹਮਸਮੀ ਨਾਲ ਕਰਾਂਗੇ। ਅਭੇਦ ਨੇ, ਪਰ ਅਭੇਦ ਹੋ ਕੇ ਵੀ ਮਾਲਕ ਦੇ ਸ਼ੁਕਰ ਵਿੱਚ ਜੁੜੇ ਹੋਏ। ਫਿਰ ਸੁਣੋ, ਇਹ ਪਹਿਲਾ ਹੈ ਸੰਤ ਇੱਕ ਦਿਨ ਅਨੰਤ ਵਿੱਚ ਅਭੇਦ ਹੋ ਗਿਆ। ਇਹ ਭਗਤ ਰਵਿਦਾਸ ਸਾਹਿਬ ਦਾ ਸ਼ਬਦ ਹੈ ਜੀ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਦੋ ਸ਼ਬਦ ਹੋਰ ਲਵਾਂਗਾ ਭਗਤ ਨਾਮਦੇਵ ਜੀ ਦੇ। ਉੱਥੇ ਮੈਂ ਬੇਨਤੀ ਕਰਾਂਗਾ ਭਗਤ ਵਿੱਚ ਅਤੇ ਭਗਵੰਤ ਵਿੱਚ ਕੋਈ ਅੰਤਰ ਨਹੀਂ। ਖਾਸ ਰੂਪ ਹੈ ਭਗਤ ਭਗਵੰਤ ਦਾ। ਗੁਰੂ ਗ੍ਰੰਥ ਸਾਹਿਬ ਵਿੱਚ ਇਹ ਸ਼ਬਦ ਹੈ ਜੀ ਕਿ ਬਦੋ ਕੀ ਨਾ ਹੋਡ ਮਾਧੋ ਮੋਸਿਓ। ਭਗਤ ਨਾਮਦੇਵ ਜੀ ਕਹਿੰਦੇ ਨੇ ਖੇ ਪਰਿਪੂਰਨ ਪਰਮਾਤਮਾ, ਤੂੰ ਮੇਰੇ ਨਾਲ ਸ਼ਰਤ ਲਾਏਗਾ? ਬਦੋ ਕੀ ਨਾ ਹੋੜ ਦਰ ਅਤੇ ਮੇਰੇ ਨਾਲ ਸ਼ਰਤ ਲਾ, ਮੈਂ ਸ਼ਰਤ ਲਾਉਣਾ ਆ। ਬਦੋ ਕੀ ਨਾ ਹੋੜ ਮਾਧੋ ਮੋਸਿਓ, ਠਾਕੁਰ ਅਤੇ ਜਨ, ਜਨ ਅਤੇ ਠਾਕੁਰ, ਕਿਉਂਕਿ ਸੇਵਕ ਤੋਂ ਬਿਨਾਂ ਤੇਰਾ ਕੋਈ ਨਹੀਂ ਸਰਨਾ ਅਤੇ ਤੇਰੇ ਤੋਂ ਬਿਨਾਂ ਸੇਵਕ ਨੂੰ ਕਿਸੇ ਨਹੀਂ ਪੁੱਛਣਾ। ਕੈਸਾ ਆਪਸੀ ਰਿਸ਼ਤਾ ਹੈ। ਇਸੇ ਕਰਕੇ ਬਾਣੀ ਨੇ ਕਿਹਾ, ਕਹਿਣ ਲੱਗੇ ਪਰਮਾਤਮਾ ਇਹ ਗੱਲ ਤਾਂ ਸੱਚ ਹੈ ਨਾ, ਜੇ ਭਗਤੀ ਕਰਨ ਵਾਲੇ ਨਾ ਹੁੰਦੇ ਤਾਂ ਤੇਰੀ ਗੋਦ ਕਦੀ ਖਰੀ ਖੋਣੀ ਨਹੀਂ ਸੀ। ਠੀਕ ਹੈ ਤੂੰ ਸਮਰਾਟ ਹੈ, ਸਭ ਕੁਝ ਤੇਰੇ ਕੋਲ ਹੈ, ਪਰ ਜਿੱਦਣ ਤੈਨੂੰ ਮੁਹੱਬਤ ਕਰਨ ਵਾਲੇ ਪੈਦਾ ਹੋਏ, ਤੂੰ ਮਾਂ ਬਾਪ ਵੀ ਉਦੋਂ ਬਣਿਆ, ਉਦੋਂ ਪਹਿਲਾਂ ਤਾਂ ਤੂੰ ਔਤ ਹੀ ਸਲਭ ਜੇ ਤੂੰ ਤੱਕ ਵਰਤਿਆ। ਸਫਲ ਜਨਮ ਹਰ ਜਨ ਕਾ ਉਪਜਿਆ, ਜਿਨ ਕੀਨੋ ਸੌਤ ਵਿਧਾਤਾ। ਇਹ ਗੁਰੂ ਸਾਹਿਬ ਦਿੱਤੋ ਕਿਹਾ ਜੀ, ਕਹਿੰਦੇ ਨੇ ਹਰ ਜਨ ਨੇ ਪਰਮਾਤਮਾ ਨੂੰ ਸੌਤ ਕਰ ਦਿੱਤਾ, ਉਹਨੂੰ ਔਤ ਨਹੀਂ ਜਾਣ ਦਿੱਤਾ। ਹੁਣ ਫਿਰ ਤੁਕ ਨੂੰ ਸੁਣੋ, ਬਧੋ ਕੀ ਨਾ ਹੋਡ ਮਾਧੋ ਮੋਸਿਓ, ਟੇਕ ਕੇ ਸੁਣੋਗੇ ਬਾਣੀ ਦਾ ਰਸ ਆਏਗਾ। ਪਹਿਲਾਂ ਠੀਕ ਹੈ, ਬੰਦੇ ਨੂੰ ਮੈਂ ਹਰ ਰੋਜ਼ ਕਹਿੰਦਾ, ਅੰਦਰ ਥੋੜ੍ਹਾ ਜਿਹਾ ਕਾਲਾ ਪੈਣ ਲੱਗ ਪੈਂਦਾ, ਤੁਕ ਸੁਣਾਈ ਜਾਂਦੇ ਨੇ। ਸੱਚ ਇਹ ਜੇ ਜਿੱਦਣ ਸ਼ਬਦ ਦਾ ਰਸ ਆ ਗਿਆ, ਦੂਜੀ ਗੱਲ ਹੀ ਕੋਈ ਨਹੀਂ ਚੰਗੀ ਲੱਗਣੀ, ਕੁਛ ਨਹੀਂ ਚੰਗਾ ਲੱਗੇਗਾ। ਉਹ ਬਧੋ ਕੀ ਨਾ ਹੋਡ ਮਾਧੋ ਮੋਸਿਓ, ਮਾਧੋ ਹੇ ਪ੍ਰਭੂ ਮੇਰੇ ਨਾਲ ਸ਼ਰਤ ਲਾ, ਠਾਕੁਰ ਅਤੇ ਜਨ, ਜਨ ਅਤੇ ਠਾਕੁਰ, ਖੇਲ ਪ੍ਰਯੋਗ ਹੈ ਤੋਸਿਓ, ਸੇਵਕ ਤੋਂ ਪਤਾ ਲੱਗਦਾ ਮਾਲਕ ਦਾ ਅਤੇ ਮਾਲਕ ਤੋਂ ਪਤਾ ਲੱਗਦਾ ਉਹਦੇ ਸੇਵਕ ਦਾ। ਅੱਗੇ ਬਚਨ ਹੈ, ਆਪਨ ਦਿਓ ਦਿਓ ਰਾਂ ਆਪਨ, ਆਪ ਲਗਾਵੈ ਪੂਜਾ, ਆਪੇ ਦੇਵਤਾ ਆਪੇ ਪੁਜਾਰੀ, ਆਪੇ ਭੋਗਲਾ ਨਾ ਪੈ। ਆਪਨ ਦਿਓ ਦਿਓ ਰਾਂ ਆਪਨ, ਆਪ ਲਗਾਵੈ ਪੂਜਾ, ਜਲ ਅਤੇ ਤਰੰਗ
ਤਰੰਗ ਤੇ ਹੈ ਜਲ ਖਾਸ ਰੂਪ। ਫਿਰ ਬੇਨਤੀ, ਕਿਵੇਂ ਹੈ ਖਾਲਸਾ ਗੁਰੂ ਗੋਬਿੰਦ ਸਿੰਘ? ਜਲ ਅਤੇ ਤਰੰਗ ਜਿਵੇਂ ਸਮੁੰਦਰ ਦੇ ਵਿੱਚੋਂ ਪਾਣੀ ਦੀ ਤਰੰਗ ਉੱਠੀ ਅਤੇ ਪਿਆਰੇ ਉਹ ਤਰੰਗ ਵਿੱਚ ਸਮੁੰਦਰ ਸਮਾ ਗਿਆ। ਜਲ ਅਤੇ ਤਰੰਗ, ਤਰੰਗ ਤੇ ਹੈ ਜਲ ਕਹਿਣ ਸੁਣ ਕੋ ਦੂਜਾ ਕਹਿਣ ਨੂੰ ਕਹਿ ਦੇਣਗੇ। ਇਹ ਸਮੁੰਦਰ ਅਤੇ ਆਹ ਸਮੁੰਦਰ ਦੀ ਲਹਿਰ ਕਹਿਣ ਨੂੰ ਦੋ ਨੇ, ਪਰ ਗੁਰੂ ਨਾਨਕ ਸਾਹਿਬ ਜੀ ਦਾ ਘਰ ਕਹਿ ਰਿਹਾ ਅਸਲ 'ਚ ਕਹਿਣ ਉਹ ਇੱਕ ਹੀ। ਹੁਣ ਇਸ ਤੋਂ ਬਾਅਦ ਜਦੋਂ ਭਗਤ ਜੀ ਨੇ ਸ਼ਬਦ ਕਹੇ ਕਿ ਪਰਮਾਤਮਾ ਤੂੰ ਮੇਰੇ ਨਾਲ ਸ਼ਰਤ ਲਾ, ਇਸ ਤੋਂ ਅਗਲਾ ਸ਼ਬਦ ਆਪ ਜੀ ਪੜ੍ਹੋ ਗੁਰਮੁਖੋ, ਇਸ ਤੋਂ ਅਗਲਾ ਸ਼ਬਦ ਹੈ ਭਗਤ ਨਾਮਦੇਵ ਜੀ ਦਾ। ਉਸ ਸ਼ਬਦ ਵਿੱਚ ਪਰਮਾਤਮ ਵਾਹਿਗੁਰੂ ਜੀ ਬੋਲ ਰਹੇ ਅਤੇ ਉਹ ਕਹਿ ਰਹੇ ਨੇ ਨਾਮਦੇਵ ਤੂੰ ਸ਼ਰਤ ਕੀ ਲਾਣੀ ਹੈ? ਮੈਂ ਤੈਨੂੰ ਸੱਚ ਦੱਸ ਦੇਣਾ ਕਿ ਦਾਸ ਅਨਿਨ ਮੇਰੋ ਨਿਜ ਰੂਪ। ਇਹ ਬਾਣੀ ਦੀ ਤੋਕ ਹੈ ਜੀ, ਖਾਲਸਾ ਮੇਰੋ ਰੂਪ ਹੈ ਖਾਸ। ਦਾਸ ਦਾ ਅਰਥ ਅਸੀਂ ਜਾਣਦੇ ਹਾਂ ਸੇਵਕ, ਅਤੇ ਅਨਿਨ ਦਾ ਅਰਥ ਹੁੰਦਾ ਹੈ ਜੀ ਜਿਹਨੂੰ ਮਾਲਕ ਤੋਂ ਬਿਨਾਂ ਦੂਜੇ ਦਾ ਸਹਾਰਾ ਹੀ ਨਹੀਂ, ਜਿਹਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਜਾਗਤ ਜੋਤ ਜਪੈ ਨਿਸ ਬਾਸੁਰ ਏਕ ਬਿਨਾ ਮਨ ਨਾਇਕ ਨਾਨੈ ਵੋ ਅਨਿਨ ਹੈ। ਜਿਹਨੂੰ ਅਸੀਂ ਕਹਿੰਦੇ ਹਾਂ ਕਿਸੇ ਹੀ ਕੋਈ ਕੋਏ ਮੰਜ ਨਿਮਾਣੀ ਇੱਕ ਤੂੰ ਵੋ ਅਨਿਨ ਹੈ। ਸਗਲ ਦੁਆਰ ਕੋ ਛਾੜ ਕੇ ਗਇਓ ਤੁਹਾਰੋ ਦੁਆਰ ਬਾਹ ਗਏ ਕਿ ਲਾਜਸ ਗੋਬਿੰਦ ਦਾਸ ਤੁਹਾਰ। ਅਨਿਨ ਦਾ ਅਰਥ ਹੈ ਜਿਹਨੂੰ ਮਾਲਕ ਤੋਂ ਬਿਨਾਂ ਦੂਜੇ ਦਾ ਸਹਾਰਾ ਹੀ ਨਹੀਂ। ਪ੍ਰਭੂ ਜੀ ਕਹਿ ਰਹੇ ਨੇ ਨਾਮਦੇਵ ਦਾਸ ਅਨਿਨ ਮੇਰੋ ਨਿਜ ਰੂਪ, ਦਰਸ਼ਨ ਨਿਮਖ ਤਾਪ ਤ੍ਰਈ ਮੋਚਨ ਪਰਸਤ ਮੁਕਤ ਕਰਤ ਗ੍ਰਹਿ ਕੂਪ। ਹੁਣ ਇਸ ਤੁਕ ਨੂੰ ਜੇ ਤਵੱਜੋ ਦੇ ਕੇ ਆਪਾਂ ਸੁਣਾਂਗੇ ਵਿਚਾਰਾਂਗੇ ਇਹ ਝੂਠ ਨਹੀਂ। ਹਜ਼ੂਰ ਕਹਿੰਦੇ ਨੇ ਉਹ ਜਿਹੜਾ ਮੇਰਾ ਰੂਪ ਹੈ ਭਗਤ ਸੰਤ ਗੁਰਮੁਖ ਗੁਰਸਿੱਖ, ਕਹਿੰਦੇ ਨੇ ਅੱਖ ਝਮਕਣ ਜਿਤਨਾ ਸਮਾਂ ਉਹਦੇ ਦਰਸ਼ਨ ਕਰ ਲੈ ਤੇਰੇ ਤਿੰਨਾਂ ਤਾਪਾਂ ਦਾ ਨਾਸ ਹੋ ਜਾਏ, ਜਿਹੜਾ ਮੇਰਾ ਰੂਪ ਹੈ। ਨਾਲ ਬਚਨ ਕਿਹਾ ਜਿਸ ਮੋਹ ਦੇ ਖੂਹ 'ਚ ਤੂੰ ਡੁੱਬਾ ਹੈ ਉਹਦੇ ਦੀਦਾਰ ਕਰੀ ਤੇਰੇ ਮੋਹ ਦੇ ਖੂਹ ਤੋਂ ਤੈਨੂੰ ਮੁਕਤ ਕਰ ਦਏਗਾ। ਦਾਸ ਅਨਿਨ ਮੇਰੋ ਨਿਜ ਰੂਪ, ਦਰਸ਼ਨ ਨਿਮਕ ਤਾਪ ਤ੍ਰੇ ਮੋਚਨ ਪਰਸਤ ਮੁਕਤ ਕਰਤ ਗ੍ਰਹਿ ਕੂਪ। ਹੁਣ ਅਗਲੀ ਤੋਂ ਕੀ ਹੈ ਜੀ, ਮੇਰੀ ਬਾਂਦੀ ਭਗਤ ਛਡਾਵੈ ਖਾਲਸਾ ਮੇਰੋ ਰੂਪ ਹੈ ਖਾਸ। ਮੇਰੀ ਬਾਂਦੀ ਭਗਤ ਛੁਡਾਵੈ ਬਾਂਧੈ ਭਗਤ ਨਾ ਛੂਟੈ ਮੋਹੇ, ਉਹ ਇੱਕ ਸਮੇਂ ਮੋਕੋ ਗਹਿ ਬਾਂਧੈ ਤੋ ਪੁਨ ਮੋਪੈ ਜਵਾਬ ਨਾ ਹੋਏ। ਮੈਂ ਦੋ ਗੱਲਾਂ ਕੀਤੀਆਂ ਨੇ ਹੁਣ ਤੱਕ। ਸੰਤ ਦੀ ਯਾਤਰਾ ਹੈ ਅਨੰਤ ਵਿੱਚ ਅਭੇਦ ਹੋਣਾ, ਭਗਤ ਦੀ ਯਾਤਰਾ ਹੈ ਭਗਵੰਤ ਵਿੱਚ ਅਭੇਦ ਹੋਣਾ, ਅੰਦਰੋਂ ਇੱਕੋ ਹੀ ਨੇ ਜੀ। ਇਸ ਤੋਂ ਅੱਗੇ ਆਓ, ਬਾਣੀ 'ਚ ਇੱਕ ਸ਼ਬਦ ਆਉਂਦਾ ਹਰ ਜਨ, ਜਨ ਹਰ ਜਨ ਆਉਂਦਾ ਜੀ ਸ਼ਬਦ। ਹਰ ਜਨ ਕੈਸਾ ਹੁੰਦਾ? ਚਲੋ ਮੈਂ ਇਹਦੇ ਅਰਥ ਨਹੀਂ ਕਰਾਂਗਾ, ਸਿਰਫ ਸ਼ਲੋਕ ਹੀ ਬੋਲਾਂਗਾ ਤਿੰਨ ਚਾਰ। ਕਬੀਰ ਸਾਹਿਬ ਨੂੰ ਪਤਾ ਲੱਗਾ ਵੀ ਪਰਮਾਤਮਾ ਨਾ ਸੇਵਕ ਦੀ ਕਦੀ ਗੱਲ ਮੋੜਦਾ ਨਹੀਂ, ਜੋ ਦਾਸ ਕਹਿੰਦਾ ਉਹਨੂੰ ਸਵੀਕਾਰਦਾ। ਮਨ ਚ ਆਇਆ ਤੂੰ ਹਰਜਨ ਬਣ ਜਾ, ਅਤੇ ਉੱਥੇ ਤਿੰਨ ਬਚਨ ਕਹਿਣ ਲੱਗੇ ਮਨਾ ਹਰਜਨ ਕੈਸਾ ਬਣਾ। ਤੁਹਾਨੂੰ ਸਭ ਨੂੰ ਇਹ ਸ਼ਬਦ ਜਿਹੜੇ ਰੋਜ਼ ਪੜ੍ਹਦੇ ਉਸ ਚੇਤੇ, ਉਹ ਕਹਿਣ ਲੱਗੇ ਆ ਰਸਤੇ 'ਚ ਰੋੜਾ ਪਿਆ ਇੱਟ ਦਾ ਟੁਕੜਾ, ਲੰਘਣ ਵਾਲੇ ਲੋਕ ਪੈਰਾਂ ਨਾਲ ਠੁੱਡੇ ਮਾਰਦੇ ਨੇ, ਮਨਾ ਤੂੰ ਇੱਟ ਦੇ ਰੋੜੇ ਵਰਗਾ ਬਣ ਜਾ, ਸਭ ਦੇ ਠੁੱਡੇ ਸਹਾਰ ਜਾ, ਤੂੰ ਦਾਸ ਬਣ ਜਾਏਗਾ। ਕਹਿਣ ਲੱਗੇ ਨਹੀਂ ਨਹੀਂ, ਇਹਦੇ 'ਚ ਘਾਟ ਹੈ, ਇਹ ਨੰਗੇ ਪੈਰ ਜਿਹੜੇ ਆਉਂਦੇ ਨੇ ਉਹਨਾਂ ਨੂੰ ਵੱਜ ਕੇ ਦੁੱਖ ਦਿੰਦਾ, ਇਹ ਵੀ ਠੁੱਡੇ ਉਹਨਾਂ ਦੇ ਸਹਾਰਦਾ ਜਿਨ੍ਹਾਂ ਨੇ ਪੈਰਾਂ 'ਚ ਜੁੱਤੀ ਪਾਈ ਹੋਈ। ਪਰ ਰੱਬ ਦਾ ਸੇਵਕ ਐਸਾ ਨਹੀਂ, ਕਹਿੰਦੇ ਛੱਡ ਪਰਾਂ ਰੋੜਾ ਤਾਂ ਦੁੱਖ ਦਿੰਦਾ, ਤੂੰ ਇਸ ਤਰ੍ਹਾਂ ਬਣ ਜਾ ਜਿਵੇਂ ਜ਼ਮੀਨ 'ਤੇ ਮਿੱਟੀ ਪਈ। ਮਿੱਟੀ ਤਾਂ ਕਿਸੇ ਨੂੰ ਦੁੱਖ ਨਹੀਂ ਦਿੰਦੀ, ਪੱਥਰ ਦੀ ਤਰ੍ਹਾਂ ਖੂਨ ਤਾਂ ਨਹੀਂ ਕੱਢਦੀ, ਸਭ ਦੇ ਪੈਰਾਂ ਥੱਲੇ। ਕਬੀਰ ਸਾਹਿਬ ਆਪ ਹੀ ਕਹਿਣ ਲੱਗੇ ਨਹੀਂ ਨਹੀਂ, ਮਿੱਟੀ ਵਰਗੇ ਵੀ ਨਹੀਂ ਮੈਂ ਬਣ ਸਕਦਾ, ਕਿਉਂ?
ਕਹਿੰਦੇ ਨੇ ਅਸਲ ਇਹ ਵੀ ਮਜਬੂਰੀ ਦੀ ਮਾਰੀ ਜ਼ਮੀਨ 'ਤੇ ਪਈ ਹੈ, ਜਿੱਦਣ ਥੋੜ੍ਹੀ ਜਿਹੀ ਖਵਾ ਮਿਲੀ ਇਹਨੇ ਵੀ ਉੱਡ ਕੇ ਲੰਘਦੇ ਹੋਏ ਚਿੱਟੇ ਕੱਪੜਿਆਂ ਨੂੰ ਵੀ ਦਾਗੀ ਕਰ ਦੇਣਾ ਹੈ। ਕਹਿੰਦੇ ਨੇ ਕਈ ਵਾਰੀ ਕਈ ਬੰਦੇ ਸੱਚ ਇਹ ਵੇ ਮਜਬੂਰੀ ਵਸ ਨਿਮਰਤਾ 'ਚ ਰਹਿੰਦੇ ਜੇ, ਕਿਉਂਕਿ ਆਰਥਿਕ ਪੱਖੋਂ ਪਰਿਵਾਰਕ ਪੱਖੋਂ ਉਹਨਾਂ ਨੂੰ ਪਤਾ ਝੋਕੇ ਦਿਨ ਕਰ ਲਓ, ਜਿੱਦਣ ਥੋੜ੍ਹੀ ਜਿਹੀ ਤਾਕਤ ਆਵੇ ਉਹ ਬੰਦੇ ਫਿਰ ਉਹ ਕੁਝ ਕਰਦੇ ਨੇ, ਸਮਾਜ ਤਰਾਸ ਤਰਾਸ ਕਰ ਉੱਠਦਾ ਹੈ। ਕਦੀ ਵੀ ਕਿਸੇ ਬੰਦੇ ਦੀ ਗਰੀਬੀ ਵੇਖ ਕੇ ਖਿਮਾ ਕਰਿਓ, ਨਿਮਰਤਾ ਮਤ ਦੇਖਿਓ। ਯਾਦ ਰੱਖਿਓ ਜਿਨ੍ਹਾਂ ਕੋਲ ਪਦਵੀ ਨਹੀਂ ਉਹ ਸਾਰੇ ਸ਼ੁਭ ਚਿੰਤਕ ਹੁੰਦੇ ਨੇ ਮੁਲਕਾਂ ਦੇ, ਪਰ ਜਦੋਂ ਪਦਵੀਆਂ ਮਿਲ ਜਾਣ ਉਦੋਂ ਬਾਅਦ ਦੇਖੋ ਕਿ ਬੰਦਾ ਕਿੱਥੇ ਖਲੋਤਾ ਹੋਇਆ। ਮਿੱਟੀ ਨੂੰ ਖਵਾ ਨਹੀਂ ਮਿਲੀ ਤਾਂ ਪੈਰਾਂ 'ਚ ਕਹਿ, ਜਦੋਂ ਖਵਾ ਮਿਲ ਗਈ ਉਹੀ ਮਿੱਟੀ ਬੰਦਿਆਂ ਨੂੰ ਦਾਗੀ ਕਰ ਦਿੰਦੀ। ਅਕਸਰ ਤਾਕਤ ਵਿੱਚ ਆਏ ਕੋਈ ਬੰਦੇ ਖਿਮਾ ਕਰੋ ਮਿੱਟੀ ਦੀ ਤਰ੍ਹਾਂ ਲੋਕਾਂ ਉੱਤੇ ਦਾਗ ਹੀ ਲੱਗ ਜਾਂਦੇ। ਕਹਿੰਦੇ ਰੱਬ ਦਾ ਸੇਵਕ ਮਿੱਟੀ ਵਰਗਾ ਨੇ। ਤੀਸਰਾ ਬਚਨ ਹੈ ਵੀ ਚਲੋ ਰੋੜਾ ਸੱਟ ਮਾਰਦਾ, ਮਿੱਟੀ ਦਾਗ ਲਾਉਂਦੀ ਹੈ, ਪਾਣੀ ਤਾਂ ਦਾਗ ਧੋਂਦਾ, ਪਾਣੀ ਕਿਹੜੀ ਸੱਟ ਮਾਰੇਗਾ, ਪਾਣੀ ਨਿਰਮਲ ਕਹਿ। ਕਹਿਣ ਲੱਗੇ ਨਹੀਂ, ਪਾਣੀ ਵਿੱਚ ਵੀ ਇੱਕ ਘਾਟ ਕਹਿ, ਸਰਦੀ ਦੀ ਸੰਗਤ ਮਿਲ ਜਾਂਦੀ ਹੈ ਸੁਭਾਅ ਬਦਲ ਕੇ ਜੰਮ ਜਾਂਦਾ ਹੈ, ਗਰਮੀ ਦੀ ਸੰਗਤ ਮਿਲਦੀ ਹੈ ਅਤੇ ਉਬਾਲੇ ਖਾਂਦਾ ਹੈ। ਕਬੀਰ ਸਾਹਿਬ ਫਿਰ ਦੱਸੋ ਹਰਜਨ ਖੁੰਦਾ ਕੈਸੇ ਵੇ। ਕਹਿਣ ਲੱਗੇ ਇੱਟ ਮਿੱਟੀ ਅਤੇ ਪਾਣੀ ਦੀ ਤਰ੍ਹਾਂ ਨਹੀਂ, ਹਰ ਜਨ ਤੋਂ ਐਸਾ ਚਾਹੀਏ ਜੈਸਾ ਪ੍ਰਭੂ ਹੈ। ਇਹਦਾ ਮਤਲਬ ਉਹਦਾ ਰੂਪ ਚਾਹੀਦਾ, ਅਭੇਦ ਚਾਹੀਦਾ। ਦੇਖੋ ਇਹ ਬਾਣੀ 'ਚ ਸ਼ਲੋਕ ਨੇ। ਕਬੀਰ ਰੋੜਾ ਹੋਏ ਰੋ ਬਾਟਕਾ, ਤਜ ਮਨ ਕਾ ਅਭਿਮਾਨ, ਐਸਾ ਕੋਈ ਦਾਸ ਹੋਏ ਤਾਂ ਹੀ ਮਿਲੇ ਭਗਵਾਨ। ਕਬੀਰ ਰੋੜਾ ਹੂਆ ਤੋ ਕਿਆ ਭਇਆ, ਪੰਥੀ ਪੰਥੀ ਲਫਜ ਆਪ ਸਮਝਦੇ ਹੋ, ਪੰਥੀ ਦਾ ਅਰਥ ਰਾਹੀ, ਪੰਥ ਲਫਜ ਤੋਂ ਬਣੇ। ਪੰਥੀ ਕੋ ਦੁੱਖ ਦੇ, ਐਸਾ ਤੇਰਾ ਦਾਸ ਹੈ ਜਿਉਂ ਧਰਨੀ ਮੈਂ ਖੇ ਜਿਵੇਂ ਜ਼ਮੀਨ 'ਤੇ ਮਿੱਟੀ। ਕਬੀਰ ਖੇ ਹੋਈ ਤੋ ਕਿਆ ਭਇਆ, ਜੋ ਉੱਡ ਲਾਗੈ ਅੰਗ, ਹਰ ਜਨ ਐਸਾ ਚਾਹੀਏ ਜਿਉਂ ਪਾਣੀ ਸਰਬੰਗ, ਜਿਵੇਂ ਪਾਣੀ ਸਾਰਿਆਂ ਰੰਗਾਂ 'ਚ ਮਿਲਦਾ। ਅਗਲਾ ਬਚਨ ਹੈ ਕਬੀਰ ਪਾਣੀ ਖੂਆ ਤੋਂ ਕਿਆ ਭਇਆ, ਸੀਰਾ ਸੀਰਾ ਦਾ ਅਰਥ ਸੀਤਲ, ਸੀਰਾ ਦਰ ਤੋਂ ਪੰਜਾਬੀ ਵਾਲਾ ਨਹੀਂ ਕਰਨਾ, ਆਪਣੇ ਸੀਰਾ ਗੁੜ ਦਾ ਬਣਾਉਂਦੇ ਸਨ ਨਾ, ਮੇਰੀ ਬੇਨਤੀ ਉਹ ਸੀਰਾ ਨਹੀਂ, ਉਹ ਤਾਂ ਗਰਮ ਹੁੰਦਾ। ਇੱਥੇ ਸੀਰਾ ਮੀਨਜ ਸੀਤਲ। ਕਬੀਰ ਪਾਣੀ ਖੂਆ ਤੋਂ ਕਿਆ ਭਇਆ, ਸੀਰਾ ਤਾਤਾ ਹੋਏ, ਹਰ ਜਨ ਐਸਾ ਚਾਹੀਏ ਜੈਸਾ ਹਰੀ ਹੋਏ। ਕੀ ਇਹਨੂੰ ਖਾਸ ਰੂਪ ਨਹੀਂ ਕਹਾਂਗੇ, ਹਰ ਜਨ ਐਸਾ। ਮੈਂ ਤਾਂ ਹੀ ਕਿਹਾ ਸੀ ਗਾਂਦੇ ਸਾਰੇ ਗੁਰਦੁਆਰਿਆਂ 'ਚ ਪਿਆ, ਹਉਮੇ 'ਚ ਨਹੀਂ ਮੈਂ ਕਹਿ ਰਿਹਾ। ਖਾਸ ਰੂਪ ਦਾ ਅਰਥ ਕੇਵਲ ਜਸਮਾਨੀ ਪਾਏ ਹੋਏ ਚਿੰਨ੍ਹ ਨਹੀਂ, ਖਾਸ ਰੂਪ ਦਾ ਅਰਥ ਗੁਰੂ ਗੋਬਿੰਦ ਸਿੰਘ ਦਾ ਅੰਦਰ ਅਤੇ ਖਾਲਸੇ ਦਾ ਅੰਦਰ ਅਭੇਦ ਹੈ। ਮੈਂ ਉਸ ਪਾਸੇ ਜਾਣਾ ਚਾਹੁੰਦਾ ਕਿ ਹੁਣ ਦੇਖੋ, ਹਰ ਜਨ ਐਸਾ ਚਾਹੀਏ ਜੈਸਾ ਹਰੀ ਕੋਈ। ਗੁਰੂ ਗੋਬਿੰਦ ਸਿੰਘ ਜੀ ਨੂੰ ਪੜ੍ਹੋ, ਦਸਵੇਂ ਹਜ਼ੂਰ ਕਹਿੰਦੇ ਨੇ ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾਹੇ। ਜੋ ਭਗਤ ਜੀ ਕਹਿ ਰਹੇ ਨੇ ਉਹੀ ਸਤਿਗੁਰੂ ਕਹਿ ਰਹੇ ਨੇ, ਬਿਬ ਵਿਚਾਰ ਕਛ ਨਾਹੇ। ਕਹਿੰਦੇ ਕੋਈ ਫਰਕ ਨਹੀਂ, ਜਲ ਅਤੇ ਉਪਜ ਤਰੰਗ ਜੋ ਜਲ ਕੀ ਵਿਖੇ ਸਮਾਹੇ। ਪਰ ਭਗਤ ਕਬੀਰ ਸਾਹਿਬ ਨੇ ਇੱਥੇ ਇਹ ਨਹੀਂ ਦੱਸਿਆ ਵੀ ਹਰ ਜਨ ਕੈਸਾ ਹਰੀ ਵਰਗਾ ਹੋਵੇ, ਇਹ ਤਾਂ ਕਹਿ ਦਿੱਤਾ ਹਰ ਜਨ ਐਸਾ ਚਾਹੀਏ ਜੈਸਾ ਹਰੀ ਹੋਏ, ਪਰ ਹੋਵੇਗਾ ਕਿਵੇਂ ਉਹਦੇ ਬਾਰੇ ਗੁਰੂ ਤੇਗ ਬਹਾਦਰ ਸਾਹਿਬ ਦੇ ਇੱਕ ਸ਼ਲੋਕ ਪੜ੍ਹੋ। ਜੋ ਪ੍ਰਾਣੀ ਨਿਸ ਦਿਨ ਭਜੈ, ਅਗਾਂ ਕੀ ਜੀ ਖਾਲਸਾ ਮੇਰੋ ਰੂਪ ਹੈ ਖਾਸ। ਜੋ ਪ੍ਰਾਣੀ ਨਿਸ ਦਿਨ ਭਜੈ, ਰੂਪ ਰਾਮ ਤੇ ਜਾਣ, ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਂ। ਜੇ ਘੱਟ ਸਿਮਰਨ ਰਾਮ ਕੋ, ਸੋ ਨਰ ਮੁਕਤਾ ਜਾਨ, ਤੇ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ। ਮੈਂ ਫਿਰ ਬੇਨਤੀ ਕਰਾਂ,
ਸੰਤ ਅਨੰਤ ਵਿੱਚ ਅਭੇਦ ਹੋ ਕੇ ਉਹਦਾ ਰੂਪ ਹੈ, ਭਗਤ ਭਗਵੰਤ ਵਿੱਚ ਅਭੇਦ ਹੋ ਕੇ ਉਹਦਾ ਰੂਪ ਹੈ, ਗੁਰਮੁਖੋ ਹਰ ਜਨ ਖਰੀ ਵਿੱਚ ਅਭੇਦ ਹੋ ਕੇ ਉਹਦਾ ਰੂਪ ਹੈ। ਇਸ ਤੋਂ ਅਗਲਾ ਚੌਥਾ ਸ਼ਬਦ ਅਸੀਂ ਗੁਰੂ ਗ੍ਰੰਥ ਸਾਹਿਬ 'ਚ ਲਾਂਗੇ ਸੇਵਕ। ਅਸੀਂ ਸੇਵਕ ਸ਼ਬਦ ਪੜ੍ਹਦੇ, ਹਜ਼ੂਰ ਨੇ ਕਿਹਾ ਸੇਵਕ ਇੱਕ ਦਿਨ ਸਵਾਮੀ ਵਰਗਾ ਹੋ ਜਾਂਦਾ ਹੈ। ਇਹ ਦੇਖੋ ਜਿਹੜਾ ਖਾਸ ਰੂਪ ਹੈ, ਇਹ ਇੱਕ ਸਿਧਾਂਤਕ ਸ਼ਬਦ ਹੈ, ਇਹ ਕੇਵਲ ਇਮੋਸ਼ਨਲ ਕਰਨ ਵਾਸਤੇ ਸ਼ਬਦ ਨਹੀਂ ਕਿ ਖਾਲਸਾ ਮੇਰਾ ਖਾਸ ਰੂਪ ਹੈ, ਇਹ ਸਿਧਾਂਤਕ ਸ਼ਬਦ ਹੈ। ਸਿਧਾਂਤ ਦਾ ਅਰਥ ਹੁੰਦਾ ਸਿੱਧ ਕੀਤਾ ਹੋਇਆ ਤੱਤ। ਅਸੀਂ ਕਈ ਵਾਰੀ ਨਾ ਗੁਰਮਤਿ ਸਿਧਾਂਤ, ਕਈਆਂ ਦੇ ਮਨ 'ਚ ਸਿਧਾਂਤ ਲਫ਼ਜ਼ ਵੀ ਸਮਝ ਨਹੀਂ ਪੈਂਦੀ, ਸਿਧਾਂਤ ਹੈ ਕਿ ਸਿਧਾਂਤ ਦੇ ਅਖਰੀ ਅਰਥ ਨੇ ਕਿ ਪੜਚੋਲ ਕਰਕੇ ਸਿੱਧ ਕੀਤੀ ਕੋਈ ਤੱਤ ਵਸਤੂ, ਨਿਰੀਖਣ ਕਰਕੇ ਵੀ ਅਸਲੀ ਗੱਲ ਇਹ ਵੇ, ਉਹਨੂੰ ਅਸੀਂ ਸਿਧਾਂਤ ਕਹਿੰਦੇ। ਹਜ਼ੂਰ ਨੇ ਜਦੋਂ ਸੇਵਕ ਦੀ ਗੱਲ ਕੀਤੀ, ਅਤੇ ਇਹ ਵੀ ਅਸੀਂ ਪਾਠ ਕਰਨੇ ਹਾਂ ਕਿ ਆਪਣੇ ਸੇਵਕ ਕੀ ਆਪੇ ਰੱਖੇ ਆਪੇ ਨਾਮ ਜਪਾਵੇ। ਹੁਣ ਉਹ ਸੇਵਕ ਕਿਹੜਾ, ਉਹਦੇ ਬਾਰੇ ਬਾਣੀ 'ਚ ਇੱਕ ਦੋ ਤੁਕਾਂ ਨੇ, ਖਰਕਾ ਸੇਵਕ ਸੋ ਹਰ ਜੇ ਹਾ ਰੂਪ ਹੈ ਜੀ, ਹਰਕਾ ਸੇਵਕ ਸੋ ਹਰ ਜੇ ਹਾ ਭੇਦ ਨਾ ਜਾਣੋ ਮਾਨਸ ਦਿਆ। ਇਹ ਸਰੀਰ ਦੇਖ ਕੇ ਫਰਕ ਮਤ ਜਾਣੋ ਕਿ ਖਰੀ ਵਰਗਾ ਕਿਵੇਂ, ਭੇਦ ਨਾ ਜਾਣੋ ਮਾਨਸ ਦੇਖਾ, ਜੋ ਜਲ ਤਰੰਗ ਉੱਠੇ ਬਹੁ ਭਾਂਤੀ ਫਿਰ ਸਲੈ ਸਲ ਸਮਾਏ ਦਾ, ਇਸ ਤਰ੍ਹਾਂ ਜਿਵੇਂ ਸਮੁੰਦਰ ਔਰ ਸਮੁੰਦਰ ਦੀ ਲੈ। ਚਾਰ ਗੱਲਾਂ ਹੋ ਗਈਆਂ ਜੀ, ਸੰਤ ਅਨੰਤ ਭਗਤ ਭਗਵੰਤ ਖਰ ਜਨ ਅਤੇ ਖਰੀ, ਸੇਵਕ ਅਤੇ ਸਵਾਮੀ। ਗੁਰੂ ਕੇ ਸਿੱਖੋ, ਜਦੋਂ ਗੁਰੂ ਸਾਹਿਬ ਜੀ ਦੇ ਅਸੀਂ ਗੁਰਸਿੱਖ ਸਿੰਘ ਅਤੇ ਖਾਲਸੇ ਲਫ਼ਜ਼ ਨੂੰ ਵਾਚਨੇ, ਮੈਂ ਸਿਰਫ ਬਿਲਕੁਲ ਸੀਮਤ ਜਿਹਾ ਪ੍ਰਮਾਣ ਅਰਜ਼ ਕੀਤੇ ਆ ਕਿ ਇੱਥੋਂ ਤੱਕ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਖਾਸ ਰੂਪ ਹੋਇਆ ਨੇ ਆਪਣਾ ਅਨੁਭਵ ਵੀ ਦਿੱਤਾ ਹੈ। ਉਹਨਾਂ ਕਿਹਾ ਸੀ ਖਾਸ ਰੂਪ ਹੋ ਗਿਆ, ਮੈਂ ਤਾਂ ਕਿਹਾ ਇਹਨੂੰ ਵਿਦਾਂਤ ਵਾਲਾ ਅੰਗ ਬ੍ਰਹਮਸਮੀ ਨਹੀਂ ਲੈਣਾ, ਅਤੇ ਯਾਦ ਰੱਖਿਓ ਇਹਨੂੰ ਸੂਫੀ ਮਤ ਦਾ ਅਨਲ ਹੱਕ ਵੀ ਨਹੀਂ ਕਹਿਣਾ। ਇਹ ਉਸ ਅਭੇਦਤਾ ਵਿੱਚ ਨਿਰਮਾਣਤਾ ਹੈ, ਉਸ ਅਭੇਦਤਾ ਦੇ ਵਿੱਚ ਬਖਸ਼ਿਸ਼ ਹੈ। ਹੁਣ ਅਸੀਂ ਸਾਰੇ ਉਦਣ ਦੇ ਪੜ੍ਹਨੇ ਪਏ ਜੀ, ਇਨ੍ਹੀਂ ਕੀ ਕਿਰਪਾ ਕਿ ਸਜੇ ਖਮੈ ਨਹੀਂ ਮੋਸੈ ਗਰੀਬ, ਮੋਸੋ ਗਰੀਬ ਕਰੋੜ ਪਰੇ। ਅਸੀਂ ਪੜ੍ਹਦੇ ਪਏ ਜੀ ਸੇਵ ਕਰੀ ਨਹੀਂ, ਉਹ ਗੁਰੂ ਨੇ ਕਹਿ ਦਿੱਤਾ ਮੈਂ ਤੁਹਾਡੀ ਕਿਰਪਾ ਨਾਲ ਸਜਿਆ ਵਾਂ, ਪਰ ਗੁਰਮੁਖੋ ਮਤ ਕਿਤੇ ਹੰਕਾਰ 'ਚ ਕਿ ਉਹ ਗੁਰੂ ਗੋਬਿੰਦ ਸਿੰਘ ਸਾਡੇ ਕਰਕੇ ਹੈ, ਜੇ ਉਹ ਕਹਿ ਰਿਹਾ ਤਾਂ ਉਹਦਾ ਸ਼ੁਕਰ ਕਰੋ, ਉਹਨੇ ਗਰੀਬ ਨਿਵਾਜੀ ਕੀਤੀ ਹੈ। ਅਸੀਂ ਉਹਦੇ ਅਰਥ ਲੈਣੇ ਪਏ ਕੋ ਨਾ, ਗੁਰੂ ਗੋਬਿੰਦ ਸਿੰਘ ਸਾਨੂੰ ਕਹਿ ਗਿਆ ਇੰਨੀ ਕੀ ਕਿਰਪਾ ਕੇ ਸਜੇ ਖਮ ਹੈ। ਮੇਰੀ ਬੇਨਤੀ ਨਹੀਂ, ਅਸੀਂ ਇਹਨੂੰ ਸੁਣੋ, ਜੋ ਦਾਸ ਦਾ ਅੰਦਰ ਕਹਿੰਦਾ ਬਾਣੀ ਪੜ੍ਹਦੇ ਹਾਂ ਕਿ ਅਸੀਂ ਸਤਿਗੁਰੂ ਦੀ ਇਸ ਨਿਰਮਾਣਤਾ ਦੀ ਸ਼ਬਦਾਵਲੀ। ਹੁਣ ਜੇ ਮਹਾਰਾਜ ਕਹਿੰਦੇ ਨੇ ਮੈਂ ਕੀਤਾ ਨਾ ਜਾਤਾ ਹਰਾਮ ਖੋਰ ਗੁਰੂ ਨਾਨਕ ਸਾਹਿਬ, ਅਤੇ ਗੁਰਮੁਖੋ ਹਰਾਮ ਖੋਰ ਸ਼ਬਦ ਗੁਰੂ ਨਾਨਕ ਲਈ ਸਿੱਖ ਵਰਤ ਸਕਦਾ? ਇਸ ਗੱਲ ਨੂੰ ਸੁਣੋ ਵਾਹਿਗੁਰੂ ਜੀ, ਗੁਰਬਾਣੀ 'ਚ ਅਭੇਦ ਹੋਇਆਂ ਦਾ ਜੀਵਨ ਕਹਿ, ਅਤੇ ਯਾਦ ਰੱਖਿਓ ਬਾਣੀ ਹੈ ਹੀ ਉਹਨਾਂ ਦੀ ਜਿਹੜੇ ਅਭੇਦ ਹੋਏ ਆ, ਇਹ ਕੇਵਲ ਬੁੱਧ ਗਿਆਨ ਤੱਕ ਨਹੀਂ। ਮੈਂ ਚਲੋ ਇੱਕ ਦੋ ਸ਼ਬਦ ਆਪ ਨਾਲ ਸਾਂਝਾ ਕਰ ਦੇਣਾ। ਇੱਕ ਵਾਰ ਇੱਥੇ ਅਰਧ ਕੀਤੀ ਸੀ, ਇੱਕ ਸ਼ਬਦ ਤਕਰੀਬਨ ਹਰ ਮ੍ਰਿਤਕ ਦੇ ਭੋਗ 'ਤੇ ਪੜਿਆ ਜਾਂਦਾ ਹੈ, ਤਕਰੀਬਨ ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਵਾਹਿਗੁਰੂ ਜੀ, ਸ਼ਬਦ ਤਾਂ ਜਿਹੜਾ ਮਰਜ਼ੀ ਪੜ੍ਹੋ, ਪਰ ਚੇਤੇ ਰੱਖਿਓ ਇਹ ਸ਼ਬਦ ਮ੍ਰਿਤਕ ਉੱਤੇ ਨਹੀਂ ਜੇ ਢੁੱਕਦਾ, ਇਹ ਸ਼ਬਦ ਮੇਰੋ ਰੂਪ ਹੈ, ਖਾਸ ਹੈ, ਸੰਪੂਰਨਤਾ ਹੈ। ਹੁਣ ਸਾਰੇ ਅਸੀਂ ਕਹਿੰਦੇ ਹਾਂ ਵਿਸਾਖੀ ਵਾਲੇ ਦਿਨ ਗੁਰੂ ਨੇ ਸਿੱਖ ਸੰਪੂਰਨ ਕਰ ਦਿੱਤਾ, ਅਤੇ ਇਹ ਸ਼ਬਦ ਖਾਲਸੇ ਦੀ ਪਰਿਭਾਸ਼ਾ ਹੈ, ਸੂਰਜ ਕਿਰਨ ਮਿਲੇ ਜਲ ਕਾ ਜਲ ਕੂਵਾ ਰਾਮ, ਜੋਤੀ ਜੋਤ ਰਲੀ
ਸੰਪੂਰਨ ਥੀਆ ਰਾਮ। ਪਿਆਰਿਓ ਸੰਪੂਰਨ ਦਾ ਅਰਥ ਅਭੇਦਤਾ ਹੈ। ਸੂਰਜ ਕਿਰਨ ਮਿਲੇ, ਚਲੋ ਇਹਦੇ ਅਰਥ ਵੈਸੇ ਕੁਝ ਵਿਦਵਾਨਾਂ ਨੇ ਕੀਤੇ ਨੇ ਕਿ ਜਿਵੇਂ ਸੂਰਜ ਦੀ ਕਿਰਨ ਸੂਰਜ ਵਿੱਚ ਮਿਲੀ ਹੈ, ਪਾਣੀ ਪਾਣੀ ਹੋ ਗਿਆ, ਉਂਝ ਵੈਸੇ ਗੁਰਮੁਖ ਨੇ ਅਰਥ ਕੀਤੇ, ਕਹਿੰਦੇ ਨੇ ਜਦ ਜਿੱਥੇ ਸਨੋਹ ਪੈਂਦੀ ਉੱਥੇ ਅਰਥ ਬੜੇ ਸੌਖੇ ਹੋਣਗੇ। ਹੁਣ ਦੇਖੋ ਸਰਦੀ ਇੱਥੋਂ ਲੰਘੀ, ਸਨੋਹ ਪੈਂਦੀ ਨਹੀਂ ਨਾ, ਅਤੇ ਸਾਰੇ ਕਹਿੰਦੇ ਨੇ ਹੁਣ ਸਨੋਹ ਦਾ ਪਾਣੀ ਨਾ ਥੱਲੇ ਦਰਿਆਵਾਂ 'ਚ ਆਉਣਾ, ਪਹਿਲਾਂ ਨਹੀਂ ਆਇਆ। ਕਿਉਂ? ਪਹਿਲਾਂ ਸਿਰਫ ਉਹ ਕਠੋਰ ਜੰਮਿਆ ਹੋਇਆ ਪਾਣੀ ਹੈ ਪੱਥਰ ਦੀ ਤਰ੍ਹਾਂ, ਜਦੋਂ ਸੂਰਜ ਦੀ ਕਿਰਨ ਪਈ ਉਸ ਕਿਰਨ ਨੇ ਕਿਆ ਕਹਿਣ ਲੱਗੀ, ਤੂੰ ਜੰਮੀ ਕਿਉਂ ਬੈਠੀ ਹੈ, ਤੂੰ ਤਾਂ ਅਸਲ 'ਚ ਲਿਕਵਿਡ, ਤੂੰ ਤਰਲ ਬਣ। ਜਦੋਂ ਸੇਕ ਲੱਗਾ ਉਹ ਇੱਕੋ ਦਮ ਬਰਫ਼ ਪਿਘਲ ਕੇ ਪਾਣੀ ਬਣ ਗਈ। ਕਹਿੰਦੇ ਨੇ ਜਿਹੜਾ ਅੰਦਰ ਕਈ ਜਨਮਾਂ ਦਾ ਹਉਮੇ 'ਚ ਪੱਥਰ ਸੀ, ਗੁਰੂ ਨੇ ਜਦੋਂ ਬਖਸ਼ਿਸ਼ ਦਾ ਸੇਕ ਲਾਇਆ ਪਿਆਰਿਓ, ਇਹ ਉਸੇ ਤਰ੍ਹਾਂ ਬਣ ਗਿਆ ਜਿਵੇਂ ਜੰਮਿਆ ਹੋਇਆ ਪਾਣੀ ਫਿਰ ਦੁਬਾਰਾ ਪਾਣੀ ਬਣ ਗਿਆ। ਸੂਰਜ ਕਿਰਨ ਮਿਲੇ, ਸੂਰਜ ਦੀ ਕਿਰਨ ਬਰਫ਼ 'ਤੇ ਮਿਲੀ, ਜਲ ਕਾ ਜਲ ਹੂਆ ਰਾਮ, ਗੁਰਮੁਖੋ ਜੋਤੀ ਜੋਤ ਰਲੀ। ਸਿੱਖ ਗੁਰੂ ਵੀ ਸਮਾ ਗਿਆ, ਸੰਤ ਅਨੰਤ ਵੀ ਸਮਾ ਗਿਆ, ਭਗਤ ਭਗਵੰਤ ਵੀ ਸਮਾ ਗਿਆ, ਸੇਵਕ ਸਵਾਮੀ ਵੀ ਸਮਾ ਗਿਆ। ਮਹਾਰਾਜ ਕਹਿੰਦੇ ਨੇ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਫਿਰ ਅਗਲੀ ਅਵਸਥਾ ਕੀ ਆਈ, ਬ੍ਰਹਮ ਦਿਸੈ ਬ੍ਰਹਮ ਸੁਣੀਐ, ਏਕ ਏਕ ਵਖਾਣੀਐ, ਆਤਮ ਪਸਾਰਾ ਕਰਨ ਹਾਰਾ, ਪ੍ਰਭ ਬਿਨਾ ਨੀ ਜਾਣੀਐ, ਆਪ ਭੁਗਤਾ ਆਪ ਕਰਤਾ ਆਪ ਕਾਰਨ ਕੀਆ, ਬਿਨਵੰਤ ਨਾਨਕ ਸਹੀ ਜਾਣੈ ਜਿਨੀ ਹਰ ਅਸ ਪਿਆ। ਦੇਖੋ ਇਹ ਅਭੇਦਤਾ ਸ਼ਬਦ ਇੱਕ ਜਿਹੜਾ ਖਾਸ ਕਰਕੇ ਉਦਣ ਅਸੀਂ ਪੜ੍ਹਿਆ ਸੀ ਜੀ, ਜੋ ਨਰ ਦੁਖਮੈ ਉਹਦੀਆਂ ਅੰਤਲੀਆਂ ਤੁਕਾਂ, ਮੇਰਾ ਰੂਪ ਹੈ ਖਾਸ, ਗੁਰ ਕਿਰਪਾ ਜੇ ਨਰ ਕੋ ਕੀਨੀ, ਤੇਹ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉਂ ਪਾਣੀ। ਗੋਬਿੰਦ ਵਿੱਚ ਅਭੇਦ ਹੋ ਗਿਆ, ਜਿਉਂ ਪਾਣੀ ਸੰਗ ਪਾਣੀ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਜਿਉਂ ਜੋਤੀ ਸੰਗ ਅਸੀਂ ਪੜ੍ਹਨੇ, ਜੋਤ ਸਮਾਨੀ ਸ਼ਬਦ ਵਰਤਿਆ। ਹਜ਼ੂਰ ਨੇ ਕਿਹਾ ਕਿ ਅਸਲ 'ਚ ਅਭੇਦਤਾ ਹੈ। ਇੱਕ ਵਾਰ ਅਰਜ਼ ਕੀਤੀ ਸੀ ਆਪ ਜੀ ਨੂੰ, ਕਬੀਰ ਸਾਹਿਬ ਇਸ ਅਨੁਭਵ ਨੂੰ ਬੜਾ ਜ਼ਾਹਿਰ ਕਰਦੇ ਨੇ, ਨਾਮ ਦੇ ਵੀ ਕਰਦੇ, ਬੌਰ ਹਮ ਕਾਹੇ ਆਵਾਂਗੇ, ਉਹ ਕਹਿੰਦੇ ਉਨੀ ਦੁਬਾਰਾ ਆਉਣਾ। ਮੈਂ ਕਹਿੰਦਾ ਏਡਾ ਸਵਾਦ ਆ ਗਿਆ ਭੇਦ ਹੋਣ ਦਾ, ਕਹਿਣ ਲੱਗੇ ਬਾਬਾ ਅਬ ਨਾ ਬਸੋਂ ਗਾਓ, ਅਸੀਂ ਤਰਲੇ ਮਾਰਨੇ ਰੱਬਾ ਬਚਾਈ ਜਨਮ ਮਰਨ ਤੋਂ। ਕਹਿੰਦਾ ਮੈਂ ਕੋਈ ਨਹੀਂ ਆਉਣਾ ਸਰੀਰ 'ਚ, ਕਿਸ ਅਵਸਥਾ, ਕਿਉਂਕਿ ਕਵਿਤਾ ਤਾਂ ਕਹੇ ਨੇ। ਉਹ ਮਹਾਂਪੁਰਖ ਕਹਿ ਰਿਹਾ ਅਬ ਤੋਂ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭੈ ਕਹਿ ਕੋ ਨਾ ਸਕੈ ਪਛਾਣੀ। ਪਤਾ ਹੀ ਕੋਈ ਨਹੀਂ ਲੱਗਦਾ ਕਬੀਰ ਕੌਣ ਅਤੇ ਰਾਮ ਕੌਣ। ਮੈਂ ਤਿੰਨ ਸ਼ਲੋਕ ਸਿਰਫ ਪੜ੍ਹਾਂਗਾ, ਉਹ ਅਰਥ ਬਿਲਕੁਲ ਸਰਲ ਨੇ। ਪਹਿਲਾ ਹੈ ਕਿ ਸਿਰਫ ਅੰਦਰ ਦੀ ਅੰਦਰ ਨੂੰ ਦੇਖਣਾ ਮੇਰੇ ਅੰਦਰ ਪਰਮਾਤਮਾ, ਅਰਥ ਨੂੰ ਤਾਂ ਅਜਿਦਨ ਹੁਕਮਨਾਮਾ ਆਉਂਦਾ ਨਾ, ਜੈ ਜੈ ਪੇਖੂ ਤੈਂ ਹਜ਼ੂਰ, ਮੈਂ ਵੀ ਅਰਥ ਕਰ ਦਿਆਂਗਾ ਸਾਰੇ ਕਰਾਂਗੇ। ਪਰ ਸੱਚੀ ਗੱਲ ਹੈ ਅਤੇ ਆਪਾਂ ਨੂੰ ਤਾਂ ਪੱਤਿਆਂ 'ਚ ਪੰਛੀਆਂ 'ਚ ਬਾਹਰਦਿਆਂ 'ਚ ਗੋਲਿਆਂ ਕਾਲਿਆਂ 'ਚ ਕਿੱਥੇ ਰੱਬ ਦਿਸਣਾ, ਇੱਥੇ ਜਿਹੜਾ ਸਿੱਖ ਕਿਰਪਾਨ ਪਾਈ ਬੈਠਾ ਦੂਜੇ ਸਿੱਖ ਨੂੰ ਸਿੱਖ 'ਚ ਗੁਰੂ ਗੋਬਿੰਦ ਸਿੰਘ ਨਹੀਂ ਦਿਸਦਾ। ਅਰਥ ਕਰਨ ਨੂੰ ਕਰ ਦਿਓ, ਕੋਈ ਗੱਲ ਨਹੀਂ, ਮੈਂ ਵੀ ਕਰ ਦਾਂਗਾ। ਕਬੀਰ ਸਾਹਿਬ ਨੇ ਇੱਕ ਸ਼ਬਦ ਵਰਤਿਆ, ਨੀਚੇ ਲੋਇਨ ਕਰ ਰਹੂੰ ਲੇ ਸਾਜਨ ਘੱਟ ਮਾਖੇ, ਸਭ ਰਸ ਖੇਲੂ ਪੀਸੋ ਕਿਸੂ ਲਖਾਵੋ ਨਾਖੇ। ਕਹਿੰਦੇ ਨੇ ਇੱਕ ਪਹਿਲੀ ਅਵਸਥਾ ਹੈ ਨੇਤਰ ਬੰਦ ਨੇ ਨੂੰ ਬਗਲ ਸਮਾਧੀ 'ਚ ਨਾ ਲਿਜਾਇਓ। ਉਸ ਦਿਨ ਵੀ ਮੈਂ ਬੇਨਤੀ ਕੀਤੀ ਕਿ ਰਾਤ ਕਿਹਾ ਸੀ ਪਰਮਾਰਥ ਦੀ ਇੱਕ ਇਹ ਉਲਝਣ ਹੈ, ਇਹ ਹੈ ਅਨੁਭਵ, ਅਤੇ ਅਸੀਂ ਅਨੁਭਵ ਨੂੰ ਦੋ ਦੂਣੀ ਚਾਰ ਰਹੀ ਮਸਲਾ ਹੱਲ ਕਰਨਾ ਚਾਹੁੰਦੇ, ਇਸ ਤਰ੍ਹਾਂ ਨਹੀਂ ਹੋ ਸਕਣਾ। ਇਹ ਤਾਂ ਬਖਸ਼ਿਸ਼ ਹੈ, 80,000 ਦਾ ਇਕੱਠੇ ਵੈਸਾਖੀ ਵਾਲੇ ਦਿਨ
ਤੇ ਕਈ ਕਈ ਪੀੜ੍ਹੀਆਂ ਦੇ ਗੁਰੂ ਘਰ ਦੇ ਨਾਲ ਜੁੜੇ ਹੋਏ ਸਿੱਖ ਨੇ। ਚੇਤੇ ਰੱਖਿਓ 80,000 ਦੇ ਇਕੱਠ ਵਿੱਚੋਂ 5 ਉਹ ਬਖਸ਼ਿਸ਼ ਨਾਲ ਨਿਵਾਜੇ ਗਏ। ਉਹ ਸੋਚ ਕੇ ਥੋੜ੍ਹਾ ਰਾਤ ਬੈਠੇ ਸਨ ਅਸੀਂ ਸਵੇਰੇ ਸਿਰ ਦੇ ਦੇਣਾ, ਇਹ ਉਸਦੀ ਕਿਰਪਾ ਹੈ। ਕਬੀਰ ਸਾਹਿਬ ਨੇ ਕਿਹਾ, ਨੀਚੇ ਲੋਇਨ ਕਰ ਰੂ ਲੇ ਸਾਜਨ ਕਟਮਾਹੇ, ਸਭ ਰਸ ਖੇਲੂ ਪੀਸੂ ਕਸੂ ਲਿਖਾਵੂ ਨਾਹੇ। ਅਗਲਾ ਸ਼ਲੋਕ ਹੈ, 8 ਜਾਮ 64 ਗਰੀ ਨਿਰਖ ਤਰੈ ਜੀਓ, ਨੀਚੇ ਲੋਇਨ ਕਿਉਂ ਕਰੂੰ ਸਭ ਕਟ ਦੇਖੋ ਪੀਓ। ਹੁਣ ਅਗਲੀ ਤੋਕੇ ਸੁਣ ਸਕੀ, ਪੀ ਮੈਂ ਜੀ ਬਸੈ ਮੇਰੋ ਰੂਪ ਹੈ ਖਾਸ। ਮੈਂ ਅਰਜ਼ ਕੀਤੀ, ਮੈਂ ਤਾਂ ਇਹ ਪ੍ਰਮਾਣ ਲਏ ਨੇ, ਇਹ ਖਾਲਸਾ ਕੋਈ ਜਣਾ ਖੋੜਾ ਥੋੜ੍ਹਾ ਬਣ ਜਾਂਦਾ। ਹੁਣ ਤਾਂ ਪੰਜਾਬ ਵਿੱਚ ਵੀ ਖਾਲਸਾ ਲਫ਼ਜ਼ ਕੁਝ ਕੁ ਜਾਤਾਂ ਵਾਸਤੇ ਰਹਿ ਗਿਆ। ਤੁਸੀਂ ਕਦੀ ਦੇਖੋਗੇ ਜਿਨ੍ਹਾਂ ਨੂੰ ਰਿਜ਼ਰਵ 'ਚ ਟਿਕਟ ਮਿਲਦੀ ਹੈ ਨਾ, ਉਹ ਵਿਚਾਰੇ ਪਿੱਛੇ ਫਿਰ ਖਾਲਸਾ ਸ਼ਬਦ ਲਾ ਲੈਂਦੇ ਅਕਸਰ, ਉਹ ਇਹੀ ਲਾਉਂਦੇ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਬਖਸ਼ਿਸ਼ ਪਰੇ ਬੋਲ ਕਹੇ ਹਾਂ। ਸਤਿਗੁਰੂ ਕਹਿ ਰਹੇ ਨੇ ਕਿ ਸੁਣ ਸਕੀ, ਪੀ ਮੈਂ ਜੀ ਬਸੈ, ਜੀ ਮੈਂ ਬਸੈ ਕਿ ਪੀਓ, ਜੀਓ ਪੀਓ ਬੂਝੋ ਨਹੀਂ ਘੱਟ ਮੈਂ ਪੀਓ ਕਿ ਜੀਓ। ਕਬੀਰ ਕਹਿੰਦੇ ਨੇ, ਲੋਕ ਕਹਿੰਦੇ ਨੇ ਸਰੀਰ ਵਿੱਚ ਜੀਓ ਰਹਿੰਦਾ ਹੈ, ਮੈਨੂੰ ਤਾਂ ਪਤਾ ਹੀ ਨਹੀਂ ਲੱਗਦਾ ਮੇਰੇ ਅੰਦਰ ਜੀਓ ਰਹਿੰਦਾ ਹੈ ਕਿ ਪੀਓ ਰਹਿੰਦਾ ਹੈ। ਪਤਾ ਹੀ ਨਹੀਂ ਲੱਗਦਾ ਅੰਦਰ ਗੁਰੂ ਗੋਬਿੰਦ ਸਿੰਘ ਰਹਿੰਦਾ ਹੈ ਕਿ ਅੰਦਰ ਮੇਰੇ ਕੋਈ ਹੋਰ ਸਰੀਰ। ਮੇਰੀ ਬੇਨਤੀ ਹੈ, ਇਹ ਇੱਕ ਉਹਦੇ ਤੱਕ ਅਭੇਦਤਾ ਹੈ, ਖਾਸ ਰੂਪ। ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਬੜੀ ਸਾਡੇ 'ਤੇ ਕਿਰਪਾ ਕੀਤੀ। ਆਓ ਮੈਂ ਥੋੜ੍ਹਾ ਜਿਹਾ, ਤਾਂ ਇਹ ਗੁਰੂ ਗ੍ਰੰਥ ਸਾਹਿਬ 'ਚੋਂ ਪ੍ਰਮਾਣ ਦਿੱਤੇ ਸਨ, ਕਿਉਂਕਿ ਜਦੋਂ ਸਤਿਗੁਰੂ ਦੀ ਇਸ ਰਚਨਾ ਨੂੰ ਪੜ੍ਹਿਆ ਜਾਂਦਾ, ਸ਼ੱਕੀ ਬੰਦੇ ਗੁਰੂ 'ਤੇ ਸ਼ੱਕ ਬਣਾਈ ਬੈਠੇ। ਹਜ਼ੂਰ ਨੇ ਕਿਹਾ, ਮੇਰਾ ਖਾਸ ਰੂਪ। ਹੁਣ ਖਾਲਸਾ ਕੌਣ ਹੈ? ਅਰਜ਼ ਕੀਤੀ, ਖਾਲਸੇ ਦੇ ਅਰਥ 2 ਕੀਤੇ ਨੇ ਵਿਦਵਾਨਾਂ ਨੇ। ਇੱਕ ਤਾਂ ਖਾਲਸੇ ਦਾ ਅਰਥ ਹੈ ਸ਼ੁੱਧ, ਬਿਲਕੁਲ ਪਵਿੱਤਰ। ਦੂਜਾ ਖਾਲਸੇ ਦਾ ਅਰਥ ਹੈ ਜਿਹਦਾ ਸੰਬੰਧ ਸਿੱਧਾ ਗੁਰੂ ਦੇ ਨਾਲ, ਵਿੱਚ ਮਸੰਦ ਦੀ ਲੋੜ ਕੋਈ ਨਹੀਂ। ਆਪ ਜੀ ਨੂੰ ਗਿਆਤ ਹੋਵੇ ਡਾਕਟਰ ਗੰਡਾ ਸਿੰਘ ਦੀ ਜਿਹੜੀ ਕਿਤਾਬ ਹੈ ਹੁਕਮਨਾਮੇ, ਜੇ ਕਿਸੇ ਨੂੰ ਪੜ੍ਹਨ ਦਾ ਮੌਕਾ ਮਿਲਿਆ, ਮੈਂ ਕਿਤਾਬਾਂ ਦੇ ਵੇਰਵੇ ਜ਼ਰੂਰ ਦੇ ਦੇਣਾ ਹੁੰਦਾ। ਉਹ ਇਸ ਕਰਕੇ, ਪਤਾ ਨਹੀਂ ਕਿਸੇ ਅੰਦਰ ਸ਼ੌਂਕ ਪੈਦਾ ਹੋ ਹੀ ਜਾਏ ਲਿਟਰੇਚਰ ਪੜ੍ਹਨ ਦਾ। ਉਹ ਪੁਰਾਤਨ ਕਿਤਾਬ ਹੈ ਜੀ ਹੁਕਮਨਾਮੇ, ਉਹਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਦੇ ਹੁਕਮਨਾਮੇ 'ਚ ਇੱਕ ਸਤਰ ਲਿਖੀ ਹੈ ਕਿ ਪੂਰਬ ਕੀ ਸੰਗਤ ਗੁਰੂ ਕਾ ਖਾਲਸਾ ਹੈ। ਇਹ ਸ਼ਬਦ ਮਿਲਦੇ ਨੇ ਹੁਕਮਨਾਮਿਆਂ 'ਚ, ਗੁਰੂ ਕਾ ਖਾਲਸਾ ਹੈ। ਇਹਦਾ ਮਤਲਬ ਸੀ, ਮਸੰਦ ਭ੍ਰਸ਼ਟੇ ਗਏ ਨੇ, ਤੁਸੀਂ ਕਿਸੇ ਮਸੰਦ ਨੂੰ ਵਿਚੋਲਾ ਨਹੀਂ ਬਣਾਉਣਾ, ਤੁਸੀਂ ਸਿੱਧਾ ਮੇਰੇ ਨਾਲ ਸੰਬੰਧ ਬਣਾਉਣਾ। ਗੁਰੂ ਸਾਹਿਬ ਨੇ ਇਹ ਹੀ, ਭਾਈ ਗੁਰਦਾਸ ਦੂਜੇ ਨੇ ਕਿਹਾ, ਗੁਰ ਸੰਗਤ ਕੀਨੀ ਖਾਲਸਾ। ਇਹਦਾ ਮਤਲਬ ਸੀ, ਜਿਹੜੇ ਮਸੰਦ ਵਿੱਚ ਖਲੋਤੇ ਨੇ, ਮਸੰਦ ਪਾਸੇ ਕਰੋ, ਸਿੱਧਾ ਸੰਬੰਧ ਗੁਰੂ ਦੇ ਨਾਲ, ਹੁਣ ਕੋਈ ਮਸੰਦ ਦੀ ਲੋੜ ਨਹੀਂ। ਗੁਰਸੰਗਤ ਕੀਨੀ ਖਾਲਸਾ ਮਨ ਮੁਖੀ ਦੁਖੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ। ਇੱਕ ਤਾਂ ਖਾਲਸ ਦਾ ਅਰਥ ਹੈ ਜੀ ਜਿਹਦਾ ਸੰਬੰਧ ਸਿੱਧਾ ਪਰਮਾਤਮਾ ਨਾਲ, ਕਸ਼ਮੀਰ ਅਤੇ ਖਾਸ ਕਰਕੇ ਹੈਦਰਾਬਾਦ ਦੀ ਸਟੇਟ 'ਚ ਉਹਨਾਂ ਕਾਗਜ਼ਾਂ 'ਚ ਲਫ਼ਜ਼ ਵਰਤਿਆ ਜਾਂਦਾ ਖਾਲਸਾ। ਜਿਵੇਂ ਮੰਨ ਲਓ ਅਸੀਂ ਜ਼ਮੀਨ ਕੋਈ ਪਈ ਹੈ ਜੀ, ਸਾਡੇ ਮੁਲਕ 'ਚ ਵੀ ਹੈ, ਇੱਥੇ ਇਸ ਮੁਲਕ 'ਚ ਵੀ ਹੈ, ਕਿ ਕਿਹਾ ਜਾਂਦਾ ਇਸ ਉੱਤੇ ਸਟੇਟ ਦਾ ਕੋਈ ਹੱਕ ਨਹੀਂ। ਮੰਨ ਲਓ ਕੁਝ ਕੁਝ ਮਹਿਕਮੇ ਐਸੇ ਨੇ ਇਸ ਮੁਲਕ 'ਚ ਜਿਨ੍ਹਾਂ ਦਾ ਸਿੱਧਾ ਸੰਬੰਧ ਫੈਡਰਲ ਨਾਲ, ਸਟੇਟ ਵਿੱਚ ਕੁਝ ਨਹੀਂ ਕਰੇਗੀ। ਜਿਹਦਾ ਸੰਬੰਧ ਸਿੱਧਾ ਫੈਡਰਲ ਨਾਲ, ਸਟੇਟ ਦਾ ਕੋਈ ਲੈਣ ਦੇਣ ਨਹੀਂ। ਖਾਲਸੇ ਦਾ ਅਰਥ ਹੈ ਉਹ ਜ਼ਮੀਨ ਕਾ ਟੁਕੜਾ ਜਿਹਦਾ ਸੰਬੰਧ ਸਿੱਧਾ ਬਾਦਸ਼ਾਹ ਨਾਲ ਹੋਵੇ, ਚੌਧਰੀ ਜਗੀਰਦਾਰ ਰਜਵਾੜਾ ਉਹਦੇ ਉੱਤੇ ਕਦੀ ਕਬਜ਼ਾ ਨਹੀਂ ਕਰ ਸਕਦਾ। ਗੁਰੂ ਗੋਬਿੰਦ ਸਿੰਘ ਜੀ ਨੇ ਕਿਰਪਾ ਕੀਤੀ, ਕਹਿਣ ਲੱਗੇ ਤੈਨੂੰ ਖਾਲਸਾ ਬਣਾਇਆ, ਜਿਹਦਾ ਸਿੱਧਾ ਸੰਬੰਧ ਗੁਰੂ ਦੇ ਨਾਲ ਹੈ,
ਐਵੇਂ ਵਿੱਚ ਵਿਚੋਲੇ ਨਾ ਲੱਭਦਾ ਫਿਰੀ, ਤੂੰ ਅੰਮ੍ਰਿਤ ਦੀ ਦਾਤ ਲੈ। ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਮੇਰੇ ਨਾਲ ਸਿੱਧੇ ਸੰਪਰਕ 'ਚ ਆ। ਇੱਕ ਤਾਂ ਮੈਂ ਅਰਥ ਕੀਤੇ, ਇਹ ਤਕਰੀਬਨ ਕੀਤੇ ਜਾਂਦੇ ਢੁੱਕਦੇ ਨੇ ਉਂਝ। ਖਾਲਸੇ ਦਾ ਦੂਸਰਾ ਅਰਥ ਹੈ ਜੀ ਖਾਲਿਸ਼, ਪਿਓਰ, ਸ਼ੁੱਧ, ਪਵਿੱਤਰ। ਇਹ ਮੈਂ ਬਾਣੀ 'ਚ ਥੋੜ੍ਹੀਆਂ ਤੁਕਾਂ ਲਾਂਗਾ, ਫਿਰ ਚਲੋ ਆਪਾਂ ਖਾਲਸੇ ਦੀ ਉਪਮਾ ਬਾਰੇ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਆਪਾਂ ਉਹਨੂੰ ਜ਼ਰੂਰ ਵਾਚਾਂਗੇ, ਇਤਿਹਾਸ ਵਿੱਚੋਂ ਵੀ ਕੋਈ ਘਟਨਾ ਜ਼ਰੂਰ ਲਾਂਗਾ। ਪਰ ਮੇਰੀ ਇੱਕੋ ਬੇਨਤੀ ਹੈ ਗੁਰਮੁਖੋ, ਖਾਲਸੇ ਦੇ ਅਰਥ ਕੇਵਲ ਬਾਹਰਮੁਖੀ ਮਤ ਕਰੋ। ਖਾਲਸੇ ਤੋਂ ਖਾਤਰ ਗੁਰੂ ਪੁੱਤ ਦੇ ਦਿੰਦਾ, ਖਾਲਸੇ ਸਾਹਮਣੇ ਤਾਂ ਗੁਰੂ ਹੱਥ ਜੋੜ ਕੇ ਅੰਮ੍ਰਿਤ ਮੰਗਦਾ ਹੈ। ਖਾਲਸਾ ਕਹਿੰਦਾ ਚਮਕੌਰ ਦੀ ਗੜੀ ਛੱਡਣੀ ਹੈ ਅਤੇ ਪੁੱਤਰਾਂ ਦੀ ਲਾਸ਼ 'ਤੇ ਖੱਫਣ ਵੀ ਨਹੀਂ ਪਾਉਂਦਾ, ਸੱਤ ਬਚਨ ਕਹਿ ਕੇ ਚੱਲ ਪੈਂਦਾ। ਖਾਲਸਾ ਕੋਈ ਛੋਟੀ ਚੀਜ਼ ਥੋੜ੍ਹਾ, ਏਡੀ ਵੱਡੀ ਜਿਹੜਾ ਬਖਸ਼ਿਸ਼ ਦਾ ਘਰ ਹੈ। ਖਾਲਸਾ ਜਦੋਂ ਕਹਿੰਦਾ ਦਾਦੂ ਦੁਆਰੇ 'ਤੇ ਜਾ ਕੇ ਨਹੀਂ ਠੀਕ, ਗੁਰੂ ਗੋਬਿੰਦ ਸਿੰਘ ਕਹਿੰਦਾ ਬਿਲਕੁਲ ਠੀਕ ਜੋ ਤੂੰ ਕਹਿ ਰਿਹਾ। ਮੈਂ ਸਿਰਫ ਅਰਜ਼ ਕਰਨ ਲੱਗਾ ਕਿ ਜਿਹੜਾ ਖਾਲਸਦਰ ਅਤੇ ਸ਼ੁੱਧ, ਉਸ ਦਿਨ ਮੈਂ ਬੇਨਤੀ ਕੀਤੀ ਸੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਭ ਤੋਂ ਪਹਿਲਾਂ ਸਵਾਲ ਹੀ ਇਹ ਪੈਦਾ ਕੀਤਾ ਗਿਆ ਵੀ ਸਚਿਆਰ ਕਿਵੇਂ ਬਣੀਏ। ਸਭ ਤੋਂ ਪਹਿਲਾਂ ਜਿਹੜਾ ਕੁਸ਼ਚਨ ਹੈ ਗੁਰੂ ਗ੍ਰੰਥ ਸਾਹਿਬ 'ਚ ਉਹ ਇਹੀ ਹੈ ਕਿਵ ਸਚਿਆਰਾ ਹੋਈ ਹੈ। ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦਾ ਕੁਸ਼ਚਨ ਸਵਾਲ ਇਹ। ਹਾਲਾਂਕਿ ਇਸ ਤੋਂ ਪਹਿਲਾਂ ਅਸੀਂ ਰਸਮਾਂ ਦਾ ਜ਼ਿਕਰ ਸੋਚਿਆ, ਸੋਚਣਾ ਹੋਵੇ ਜੇ ਸੋਚੀ ਲਖਵਾਰ, ਚੁੱਪ ਹੈ ਚੁੱਪ ਨਾ ਹੋਵੇ ਜੇ ਲਾਏ ਰਹਾਂ ਲਵਤਾਰ, ਭੁੱਖਿਆ ਲਿਵਤਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿਸ ਸਿਆਣ ਭਾਲਾ ਕੋਹੈ ਤਾਂ ਇੱਕ ਨਾ ਚੱਲੇ ਨਾਲ। ਸਭ ਤੋਂ ਪਹਿਲਾਂ ਸਵਾਲ ਇਹ ਉੱਠਿਆ ਫਿਰ ਦੱਸੋ ਕਿਵ ਸਚਿਆਰਾ ਹੋਈ ਹੈ। ਇਹਦਾ ਮਤਲਬ ਕਿ ਗੁਰੂ ਗ੍ਰੰਥ ਸਾਹਿਬ ਉਹਨਾਂ ਦਾ ਸ਼ਬਦ ਕਹਿ ਰਿਹਾ ਮਨੁੱਖ ਪਿਓਰ ਹੋ ਜਾਏ, ਸ਼ੁੱਧ ਹੋ ਜਾਏ, ਬੇਈਮਾਨ ਨਾ ਹੋਵੇ। ਅਤੇ ਪਿਓਰ ਦਾ ਅਰਥ ਕੇਵਲ ਗੁਰਦੁਆਰੇ ਤੱਕ ਸੀਮਿਤ ਨਹੀਂ, ਇੰਨਾ ਕੁ ਪਿਓਰ ਸ਼ੁੱਧ ਹੋਵੇ ਕਿ ਦੁਨੀਆ ਦੇ ਕਿਸੇ ਵੀ ਖਿੱਤੇ ਵਿੱਚ ਜਾਏ ਇਹਦੇ ਅੰਦਰ ਅਤੇ ਬਾਹਰ ਦੀ ਨਿਰਮਲਤਾ ਝੱਕੀ ਜਿਹੜੀ ਝਲਕੇ। ਕਿਵ ਸਚਿਆਰਾ ਹੋਈ ਹੈ ਕਿਵ ਕੂੜਾ ਤੁੱਟੈ ਪਾਲ, ਉੱਥੇ ਸ਼ਬਦ ਕਿਹਾ। ਇਸ ਸਵਾਲ ਦਾ ਉੱਤਰ ਦਿੱਤਾ ਹੁਕਮ ਰਜ਼ਾਈ ਚੱਲਣਾ ਨਾਨਕ ਲਿਆ। ਉਸ ਦਿਨ ਮੈਂ ਕਿਹਾ ਸੀ ਕਿ ਦੇਖੋ 38ਵੀਂ ਪੌੜੀ, ਮੈਂ ਇਹਦੀ ਜ਼ਿਆਦਾ ਵਿਆਖਿਆ ਨਹੀਂ ਕਰਨੀ, ਉੱਥੇ ਅੰਮ੍ਰਿਤ ਢਲਣ ਦੀ ਗੱਲ ਕੀਤੀ ਹੈ। ਅੰਮ੍ਰਿਤ ਢਲੇਗਾ 38ਵੀਂ ਪੌੜੀ ਵਿੱਚ, ਅੰਮ੍ਰਿਤ ਉੱਥੇ ਢਲੇਗਾ ਜਿੱਥੇ ਉਹਦੀ ਨਦਰ ਹੋਵੇਗੀ। 38ਵੀਂ ਪੌੜੀ ਵਿੱਚ 7 ਗੁਣ ਮੇਰੇ ਗੁਰੂ ਨਾਨਕ ਸਾਹਿਬ ਨੇ ਦਿੱਤੇ, ਇਹ 7 ਗੁਣ ਜਿਹੜੇ ਨੇ ਖਾਲਸੇ ਦੇ ਅੰਦਰ ਦੇ ਦੈਵੀ ਗੁਣ ਨੇ। ਸਭ ਤੋਂ ਪਹਿਲਾਂ ਉਹ ਜਤੀ ਹੈ, ਜਤ ਪਹਾਰਾਂ ਹੈ। ਦੂਜੀ ਗੱਲ ਉਹ ਅੰਦਰੋਂ ਹੋਛਾਂ ਨਹੀਂ, ਜਿਹੜਾ ਸਾਡੇ 'ਚ ਹੋਛਾਪਨ ਆ ਚੁੱਕਾ। ਵਾਹਿਗੁਰੂ ਜੀ ਮੈਨੂੰ ਬਖਸ਼ ਦਿਓ, ਮੈਂ ਨਿੰਦਿਆ ਨਹੀਂ ਕਿਸੇ ਦੇ ਕਰਦਾ, ਅਸੀਂ ਧੀਰਜ ਨਾਲ ਗੱਲ ਸੁਣਨ ਨੂੰ ਤਿਆਰ ਹੀ ਨਹੀਂ। ਇੰਨਾ ਹੋਸ਼ਾਪਨ, ਅਸੀਂ ਜ਼ਬਾਨ ਤੋਂ ਵੀ ਐਡੇ ਭੈੜੇ ਸ਼ਬਦ ਵਰਤਨੇ ਹਾਂ ਅਤੇ ਅੱਜ ਕੱਲ੍ਹ ਤਾਂ ਲਿਖਤ ਵਿੱਚ ਵੀ ਇੰਨੇ ਗੰਦੇ ਸ਼ਬਦ ਵਰਤਨੇ ਹਾਂ। ਫਿਰ ਮੈਂ ਕਈ ਵਾਰੀ ਸੋਚਣਾ ਇਹ ਗੁਰੂ ਗੋਬਿੰਦ ਸਿੰਘ ਦੇ ਸਿੱਖ ਦੇ ਬੋਲ ਹੋ ਸਕਦਾ? ਹੋਛਾਪਨ ਹੀ ਧੀਰਜ ਵਾਲਾ ਹੈ। ਤੀਸਰਾ ਬਚਨ ਐਰਨ ਮਤ, ਉਹ ਜਿੰਨੀਆਂ ਮਰਜ਼ੀ ਸੱਟਾਂ ਪੈਣ ਐਰਨ ਕਦੀ ਆਪਣੇ ਮਾਲਕ ਦਾ ਦਰ ਨਹੀਂ ਛੱਡਦੀ। ਐਰਨ ਮਤ ਦਾ ਅਰਥ ਹੈ ਦੁੱਖ ਆ ਜਾਏ, ਸੁੱਖ ਆ ਜਾਏ, ਸਭ ਕੁਝ ਚਲਾ ਜਾਏ, ਬੱਚੇ ਵੀ ਚਲੇ ਜਾਣ, ਇੰਨੀ ਅਡੋਲ ਮਤ ਹੈ ਗੁਰੂ ਨੂੰ ਛੱਡ ਕੇ ਕਿਸੇ ਹੋਰ ਪਾਸੇ ਨਹੀਂ ਜਾਣਾ। ਪਹਿਲੀ ਬੇਨਤੀ ਕਰੈਕਟਰ, ਦੂਜੀ ਧੀਰਜ, ਤੀਸਰੀ ਅਰਜ਼ ਕੀਤੀ ਅਡੋਲਤਾ, ਅਤੇ ਚੌਥੀ ਸਿੱਖ ਖਾਲਸਾ ਅਨਪੜ੍ਹ ਨਹੀਂ, ਸ਼ਬਦ ਦੀ ਕਮਾਈ ਕਰ ਕਰਕੇ ਉਹਦੇ ਕੋਲ ਵੇਦ ਹਥਿਆਰ, ਗਿਆਨ ਦਾ ਹਥੌੜਾ ਹੈ, ਕਿਉਂਕਿ ਉਹਨੇ ਜੀਵਨ ਘੜਨਾ ਹੈ।
ਉਸ ਦਿਨ ਬੇਨਤੀ ਕੀਤੀ ਸੀ, ਉਸ ਕੋਲ ਭੈ ਦੀ ਧੋਕ ਨਹੀਂ ਹੈ, ਉਸ ਕੋਲ ਪਿਆਰਿਓ ਤਪੱਸਿਆ ਦੀ ਸੇਵਾ ਦੀ ਅੱਗ ਹੈ, ਅਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਉਹਦੇ ਕੋਲ ਪ੍ਰੇਮ ਦਾ ਭਾਂਡਾ ਹੈ, ਜਿਹਦੇ ਕੋਲ ਇਹ ਸੱਤ ਚੀਜ਼ਾਂ ਨੇ, ਉਸ ਭਾਂਡੇ ਦੇ ਵਿੱਚ ਅੰਮ੍ਰਿਤ ਜੀਵਨ ਢਲਦਾ ਹੈ, ਉਸ ਢਲੇ ਹੋਏ ਜੀਵਨ ਵਿੱਚੋਂ ਫਿਰ ਸ਼ਬਦ ਘੜਿਆ ਜਾਂਦਾ, ਸ਼ਬਦ ਦੇ ਅਰਥ ਜੀਵਨ। ਸਤਿਗੁਰੂ ਦਾ ਬੋਲ, ਜਤ ਪਹਾਰਾ ਧੀਰ ਸੁਨਿਆਰ ਐਰਨ ਮਤ ਵੇਦ ਹਥਿਆਰ ਪਾਓ ਖੱਲਾਂ ਅਗਮ ਤਪਤਾਓ ਭਾਂਡਾ ਭਾਓ ਅੰਮ੍ਰਿਤ ਢਾਲ ਘੜੀਏ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ। ਸੁਣ ਸੱਚਿਆਰ, ਹੁਣ ਆਸਾਂ ਕੀ ਵਾਰ। ਚਲੋ ਮੈਂ ਪ੍ਰਮਾਣ ਹੋਰ ਬਾਣੀ 'ਤੇ ਨਹੀਂ ਲਾਂਗਾ ਜ਼ਿਆਦਾ, ਹੰਕਾਰ 'ਚ ਵੀ ਨਹੀਂ ਵੀ ਮੈਂ ਬਾਣੀ ਬਹੁਤ ਸੁਣਾਉਣਾ ਪਿਆ, ਨਹੀਂ ਮੈਂ ਕਹਿੰਦਾ ਤੁਸੀਂ ਕਥਾ ਨਹੀਂ ਵੀ ਨਾ ਕਰਨੀ, ਹਫ਼ਤੇ 'ਚ ਘੱਟੋ ਘੱਟ ਦੋ ਤੁਕਾਂ ਹੀ ਚੇਤੇ ਕਰੀ ਜਾਓ। ਆਪਾਂ ਕਹਾਂਗੇ ਸੀ ਕਿਹੜਾ ਬੋਲਣਾ ਜੀ, ਦੋ ਤੁਕਾਂ ਕਿਉਂ ਚੇਤੇ ਕਰੀਏ। ਮੈਂ ਇਸ ਕਰਕੇ ਕਹਿੰਦਾ, ਪੱਥਰ 'ਤੇ ਉੱਦਣ ਕਿਹਾ ਸੀ ਚੰਦਨ ਲਗਾਤਾਰ ਰਗੜੋਗੇ ਅਤੇ ਪੱਥਰ ਵਿੱਚੋਂ ਵੀ ਚੰਦਨ ਦੀ ਸੁਗੰਧੀ ਆਉਣ ਲੱਗ ਪੈਂਦੀ ਹੈ, ਜੇ ਰੋਜ਼ ਜੀਵ 'ਤੇ ਗੁਰੂ ਦਾ ਸ਼ਬਦ ਪੜੋਗੇ ਤਾਂ ਸਰੀਰ ਵਿੱਚੋਂ ਸ਼ਬਦ ਦੀ ਸੁਗੰਧੀ ਆਉਣ ਲੱਗ ਪਵੇਗੀ। ਬਾਣੀ ਨਿਰਜਿੰਦ ਨਹੀਂ, ਬਾਣੀ ਨਿਰਾਰਥਕ ਨਹੀਂ। ਹੁਣ ਆਸਾਂ ਕੀ ਵਾਰ, ਗੁਰੂ ਕਿਉਂ ਚਾਹੁੰਦਾ ਪਿਓਰ ਹੋਵੇ। ਮੈਂ ਇੱਕ ਸਲੋਕ ਪੜ੍ਹਨਾ, ਉਹ ਸਲੋਕ ਹੈ ਜੀ ਹਜ਼ੂਰ ਜੀ ਦਾ, ਕਿ ਉਦਨ ਪੜ੍ਹਿਆ ਸੀ ਗਊ ਬ੍ਰਾਹਮਣ ਕੋ ਕਰ ਲਾਓ। ਉਹ ਸਲੋਕ ਹੈ, ਮਾਣਸ ਖਾਣੇ ਕਰੇ ਨਿਵਾਜ, ਪਿਓਰ ਕੋਈ ਨਹੀਂ ਝੂਠੇ ਨੇ। ਛੁਰੀ ਬਗਾਇਨ ਤਿੰਨ ਗਲ ਤਾਗ, ਤਿੰਨ ਘਰ ਬ੍ਰਾਹਮਣ ਪੂਰਾ ਨਾਦ, ਉਹਨਾਂ ਪੀ ਆਵੇ ਉਹੀ ਸਾਦ। ਕੂੜੀ ਰਾਸ ਕੂੜਾ ਵਪਾਰ, ਕੂੜ ਬੋਲ ਕਰੇ ਆਹਾਰ, ਸ਼ਰਮ ਧਰਮ ਕਾ ਡੇਰਾ ਦੂਰ, ਨਾਨਕ ਕੂੜ ਰਿਹਾ ਭਰਪੂਰ। ਅਰਥ ਮੈਂ ਬਾਅਦ 'ਚ ਕਰ ਦੇਣ। ਮੱਥਾ ਟਿੱਕਾ ਤੇੜ ਧੋਤੀ ਕਾ ਖਾਈ, ਹੱਥ ਛੁਰੀ ਜਗਤ ਕਸਾਈ, ਨੀਲ ਬਸਤਰ ਪੈਰ ਹੋਵੇ ਪ੍ਰਵਾਨ, ਮਲੇਸ਼ ਧਾਨ ਲੈ ਪੂਜੈ ਪੁਰਾਣ, ਅਭਾਖਿਆ ਕਾ ਕੁੱਠਾ ਬੱਕਰਾ ਖਾਣਾ, ਚੌਕੇ ਉੱਪਰ ਕਿਸੇ ਨਾ ਜਾਣਾ, ਦੇਖੇ ਚੌਕਾ ਕੱਢੀ ਕਾਰ, ਉੱਪਰ ਆਏ ਬੈਠੇ ਸਚਿਆਰ ਨਹੀਂ ਕੁੜਿਆਰ। ਮਤ ਪਿੱਟੈ ਵੇ ਮਤ ਪਿੱਟੈ, ਇਹ ਅੰਨ ਅਸਾਡਾ ਫਿੱਟੈ, ਤਨ ਫਿੱਟੇ ਫੇੜ ਕਰੇਣ। ਬਾਬਾ ਜੀ ਕਹਿੰਦੇ ਨੇ ਮਨ ਜੂਠੇ ਚੁਲੀ ਭਰੇਣ, ਗੁਰੂ ਨਾਨਕ ਖਾਲਸਾ ਬਣਾਉਣ ਆਇਆ। ਮਨ ਜੂਠੇ ਚੁਲੀ ਭਰੇਣ ਕਹੋ ਨਾਨਕ ਸੱਚ ਧਿਆਈਏ, ਸੁੱਚ ਹੋਵੇ ਤਾਂ ਸੱਚ ਪਾਈ। ਇਹਦੇ ਅਰਥ ਕਮਾਲ ਦੇ ਨੇ, ਇਹਦੇ 'ਚ ਅਸੀਂ ਸਾਰੇ ਆ ਜਾਂਦੇ ਹਾਂ ਜੀ। ਵਾਹਿਗੁਰੂ ਜੀ, ਆਪਣੀ ਗਲਤੀ ਮੰਨ ਲੈਣੀ ਚਾਹੀਦੀ ਹੈ। ਆਸਾਂ ਕੀ ਵਾਰ ਦੀ ਕਥਾ ਮੈਨੂੰ ਯਾਦ ਹੈ, ਆਪਾਂ ਸਨੋਜ਼ੇ ਕੀਤੀ ਹੈ ਨਾ, ਅਤੇ ਮੈਂ ਇੱਕ ਵਾਰ ਕਿਹਾ ਸੀ ਜੇ ਆਸਾਂ ਕੀ ਵਾਰ ਦੇ ਅਰਥ ਹੋ ਜਾਣ ਤਾਂ ਹੁਣ ਅੱਜ ਦੇ ਪਰਿਪੇਖ 'ਚ ਨਾ ਪ੍ਰਬੰਧਕ ਬਚਣਾ ਜੇ, ਨਾ ਰਾਗੀ, ਨਾ ਭਾਈ, ਨਾ ਗ੍ਰੰਥੀ, ਕਿਸੇ ਨੇ ਬਚਣਾ। ਸਭ ਕਤਾਰ 'ਚ ਖਲੋਤੇ, ਹੁਣ ਕਿਉਂ 'ਚ ਖਲੋਤੇ ਅਸੀਂ ਉੱਥੇ। ਸਤਿਗੁਰੂ ਕਹਿੰਦੇ ਨੇ ਵੇਖੋ ਹੱਥ ਧੋ ਕੇ ਉਜੂ ਸਾਜ ਕੇ ਨਮਾਜ਼ ਪੜ੍ਹਨ ਆ ਗਿਆ। ਸਤਿਗੁਰੂ ਕਹਿੰਦੇ ਨੇ ਐਡਾ ਬੇਈਮਾਨ ਹੈ, ਬੰਦੇ ਖਾ ਕੇ ਆਇਆ, ਹੁਣ ਮੂੰਹ ਧੋ ਕੇ ਨਮਾਜ਼ ਪੜ੍ਹੇਗਾ। ਮਾਣਸ ਖਾਣੇ ਦਾ ਅਰਥ ਪਰਾਇਆ ਹੱਕ ਖਾਧਾ ਇਹਨੇ, ਹੁਣ ਨਮਾਜ਼ ਪੜ੍ਹ ਰਹੇ। ਮਾਣਸ ਖਾਣੇ ਕਰੇ ਨਿਵਾਜ, ਛੁਰੀ ਵਗਾਇਨ ਤਿੰਨ ਗੱਲ ਤਾਗ, ਤਾਗ ਦਾ ਅਰਥ ਸਮਝ ਗਿਆ ਧਾਗਾ। ਮੁਸਲਮਾਨ ਖਾਕਮ ਬੇਈਮਾਨ ਹੈ। ਵਾਹਿਗੁਰੂ, ਇਹ ਸ਼ਬਦ ਮੈਂ ਕਿਸੇ ਕਮਿਊਨਿਟੀ ਲਈ ਨਹੀਂ ਕਹਿ ਰਿਹਾ। ਜੇ ਇਹੀ ਸਮੱਸਿਆ ਮੰਜੀ ਸਾਹਿਬ ਹੋਈ, ਉੱਥੇ ਸ਼ਬਦ ਹੈ ਕਾਜੀ ਬਾਰੇ ਮੈਂ ਅਰਥ ਕਰ ਦਿੱਤੇ ਵੀ ਜੇ ਉਹ ਕਾਜੀ ਬੇਈਮਾਨ, ਅਤੇ ਜੇ ਹੁਣ ਦਾ ਕਾਜੀ ਗਲਤ ਕਰੇਗਾ ਬੇਈਮਾਨ ਤਾਂ ਉਹ ਵੀ ਹੈ ਨਾ। ਸੱਚਾਈ ਇਹ ਨਹੀਂ ਮੇਰੇ ਪੁੱਤਰ ਲਈ ਹੋ ਰਹੇ ਅਤੇ ਦੂਜਿਆਂ ਲਈ ਹੋ ਰਹੇ, ਸੱਚਾਈ ਤਾਂ ਇੱਕੋ ਹੀ ਹੈ। ਗੁਰੂ ਜਦੋਂ ਸੱਚਾਈ ਦੀ ਤੱਕੜੀ ਲੈਂਦਾ ਹੈ ਨਾ, ਉਹਦੇ 'ਚ ਰਾਮ ਰਾਏ ਨੂੰ ਵੀ ਤੋਲ ਕੇ ਰੱਖ ਦਿੰਦਾ, ਧੀਰ ਮੱਲ ਨੂੰ ਵੀ ਤੋਲ ਕੇ ਰੱਖ ਦਿੰਦਾ। ਸੱਚ ਇਹ ਵੇ, ਗੁਰੂ ਦੇ ਪੈਮਾਨੇ ਦੋ ਨਹੀਂ,
ਗੁਰੂ ਦਾ ਇੱਕੋ ਪੈਮਾਨਾ ਹੈ। ਫਿਰ ਬੇਨਤੀ ਹੈ, ਮਾਨਸ ਖਾਣੇ ਕਰੇ ਨਿਵਾਜ, ਪਰਾਇਆ ਹੱਕ ਖਾ ਖਾ ਕੇ ਬੰਦੇ ਖਾਣ ਵਾਲੇ ਨਮਾਜ਼ੀ ਬਣ ਗਏ, ਸਚਿਆਰ ਨਹੀਂ। ਮੈਂ ਆਪ ਜੀ ਨੂੰ ਬੇਨਤੀ ਕਰਾਂ, ਇੱਕ ਸਾਖੀ ਆਉਂਦੀ ਹੈ ਭਾਈ ਲਾਹੌਰਾ ਸਿੰਘ ਅਤੇ ਭਾਈ ਮਾਲਾ ਸਿੰਘ ਦੀ, ਕਵੀ ਸੰਤੋਖ ਸਿੰਘ ਲਿਖੀ, ਇਹ 100 ਸਾਖੀ ਵਿੱਚ ਵੀ ਜੀ। ਲਾਹੌਰਾ ਸਿੰਘ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਦਾ ਖਿਡਾਵਾ ਸਾਹਿਬਜ਼ਾਦਿਆਂ ਦਾ, ਅਤੇ ਮਾਲਾ ਸਿੰਘ ਸ਼ਾਹੂਕਾਰਾ ਕਰਦਾ ਜਿਵੇਂ ਅੱਜ ਫਾਈਨੈਂਸ ਦਾ ਕੰਮ ਕਰਦੇ। ਲਾਹੌਰਾ ਸਿੰਘ ਦੇ ਕੋਲ ਪੈਸੇ ਦੀ ਲੋੜ ਪੈ ਗਈ, ਉਹਨੇ ਪੈਸੇ ਦੇ ਦਿੱਤੇ ਵੀ ਚਲੋ ਗੁਰੂ ਦੇ ਸਾਹਿਬਜ਼ਾਦਿਆਂ ਦਾ ਖਿਡਾਵਾ, ਇਹ ਕਿਸ ਤੋਂ ਮੰਗਣ ਜਾਏ। ਉਹਨੇ ਮਾਇਆ ਦੇ ਦਿੱਤੀ, ਮਾਲਾ ਸਿੰਘ ਨੇ ਪੁੱਛੀ ਕੋਈ ਨਹੀਂ, ਲਾਹੌਰਾ ਸਿੰਘ ਨੂੰ ਦਿੱਤੀ। ਇਹ ਸੱਚਾਈ ਹੈ, ਪਾਤਰ ਨਹੀਂ ਕੇਵਲ। ਅਤੇ ਮਾਲਾ ਸਿੰਘ ਦੇ ਫਾਈਨੈਂਸ ਵਿੱਚ ਜਿਹੜਾ ਕੰਮ ਕਰ ਰਿਹਾ ਸੀ ਉਹਦੇ 'ਚ ਥੋੜ੍ਹਾ ਬਹੁਤ ਘਾਟਾ ਪੈ ਗਿਆ, ਲੋਕ ਪੈਸੇ ਮਾਰ ਗਏ। ਉਹ ਲਾਹੌਰਾ ਸਿੰਘ ਦੇ ਸ਼ਾਮ ਨੂੰ ਘਰ ਆ ਗਿਆ, ਕਹਿੰਦਾ ਭਾਈ ਸਾਹਿਬ ਮੈਂ ਤੁਹਾਨੂੰ ਕਹਿਣਾ ਤਾਂ ਨਹੀਂ ਸੀ ਪਰ ਮੈਨੂੰ ਲੋੜ ਪੈ ਗਈ, ਮੇਰੇ ਪੈਸੇ ਉਹ ਵਾਪਸ ਕਰ ਦਿਓਗੇ? ਉਹ ਅੱਗੋਂ ਪੈ ਗਿਆ, ਕਹਿੰਦਾ ਕਿਹੜੇ ਪੈਸੇ? ਉਹ ਕਹਿੰਦਾ ਜਿਹੜੇ ਮੈਂ ਤੁਹਾਨੂੰ ਦਿੱਤੇ, ਮੈਂ ਤਾਂ ਵਿਆਜ ਸ਼ਾਹੂਕਾਰਾਂ ਨਹੀਂ ਤੁਹਾਡੇ ਨਾਲ ਕੀਤਾ। ਉਹ ਅੱਗੋਂ ਮਜ਼ਾਕ ਕਰਕੇ ਕਹਿੰਦਾ ਸਿੱਖ ਸਿੱਖ ਕਾ ਖਾਏ ਕਹਿ ਚਿੰਤਾ ਕਰੀਏ ਦੂਰ। ਕਹਿੰਦਾ ਖਾ ਗਿਆ ਸਿੱਖ, ਸਿੱਖ ਦਾ ਖਾ ਗਿਆ, ਤੂੰ ਕੋਈ ਚਿੰਤਾ ਕਰੀ ਜਾਂਦਾ ਚੱਲ। ਉਹਨੇ ਅਗਲੀ ਗੱਲ ਕਹੀ ਵੀ ਉੱਥੇ ਲੇਖੇ ਹੋਣਗੇ, ਉੱਥੇ ਲੇਖੇ ਹੋਣਗੇ। ਅਤੇ ਨਾਲ ਹੀ ਲਾਹੌਰਾ ਸਿੰਘ ਕਹਿੰਦਾ ਲੇਖੇ ਕਾਹਦੇ ਹੋਣਗੇ, ਲੇਖਾ ਕੋਈ ਨਾ ਪੁੱਛੀ ਜਾਂ ਹਰ ਬਖਸ਼ਣ ਦਾ ਰਹਿੰਦਾ ਸੀ ਨਾ, ਕਿਉਂ ਸਾਨੂੰ ਤੁਕਾਂ ਬੜੀਆਂ ਬਚਾਉਂਦੀਆਂ ਇਹ ਬਾਬਿਆਂ ਭਾਈਆਂ ਨੂੰ, ਤੁਹਾਨੂੰ ਆਉਂਦੀਆਂ ਕੋਈ ਨਹੀਂ, ਤੁਸੀਂ ਚੁੱਪ ਕਰ ਜਾਂਦੇ ਹੋ। ਮੈਂ ਤਾਂ ਹੀ ਕਿਹਾ ਸੀ ਤੁਸੀਂ ਸਾਡੇ ਮੁਥਾਜ ਨਾ ਬਣੋ, ਖੁਦ ਗੁਰੂ ਗ੍ਰੰਥ ਸਾਹਿਬ ਪੜ੍ਹੋ, ਖੁਦ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨੂੰ ਵਾਚੋ। ਇਹਨੇ ਕਹਿ ਦਿੱਤਾ ਜੀ ਲੇਖਾ ਕੋਈ ਨਾ ਪੁੱਛੀ ਜਾਂ ਹਰ ਬਖਸ਼ਣ ਦਾ, ਉੱਥੇ ਵੈਸੇ ਲਿਖਿਆ ਗੁਰ ਬਖਸ਼ਣ ਦਾ ਪਰ ਪਾਠ ਸ਼ੁੱਧ ਹਰ ਬਖਸ਼ਣ ਦਾ। ਗੁਰੂ ਗੋਬਿੰਦ ਸਿੰਘ ਛੱਤ ਉੱਤੇ ਆਰਾਮ ਪੈ ਕਰਦੇ ਸਨ, ਮਹਾਰਾਜ ਭਾਦੋਂ ਦੇ ਦਿਨ ਸਨ ਜੀ, ਅਤੇ ਅਨੰਦਪੁਰ ਸਾਹਿਬ ਦੀਆਂ ਪਹਾੜੀਆਂ 'ਤੇ। ਕਿਆ ਕਮਾਲ ਦੀ, ਤੁਹਾਡੇ 'ਚੋਂ ਬੜੇ ਬੈਠੇ ਹੋਣਗੇ ਜਿਹੜੇ 25 ਸਾਲ ਪਹਿਲਾਂ ਗਏ ਸਾਂ, ਅੱਜ ਉਹ ਅਨੰਦਪੁਰ ਦੀ ਬਣਤਰ ਨਹੀਂ, ਕਿਉਂਕਿ ਸਿੱਖਾਂ ਕੋਲ ਪੈਸਾ ਬੜਾ ਹੈ ਨਾ। ਮੈਂ ਹਰ ਥਾਂ ਕਲਪਨਾ ਵਾਂ ਕਿ ਸੱਚੀ ਗੱਲ ਜੇ ਆ ਚਮਕੌਰ ਦੀ ਗੜੀ ਉਡਾ ਦਿੱਤੀ ਅਸੀਂ, ਭਾਵੇਂ ਤੁਸੀਂ ਗੋਲਡਨ ਟੈਂਪਲ ਕਹਿੰਦੇ ਹੋ, ਮੇਰੇ ਅੰਦਰ ਨੂੰ ਪੁੱਛ ਕੇ ਦੇਖੋ, ਮੇਰਾ ਅੰਦਰ ਕਹਿੰਦਾ ਨਹੀਂ, ਜੋ ਗੁਰੂ ਨੇ ਬਣਾਇਆ ਸੀ ਉਹੀ ਰਹਿਣ ਦੇਣਾ ਚਾਹੀਦਾ ਸੀ। ਵਾਹਿਗੁਰੂ, ਮੈਂ ਤਰਕ ਨਹੀਂ ਕਰ ਰਿਹਾ, ਜੋ ਗੁਰੂ ਨੇ ਕੀਤਾ, ਗੁਰੂ ਕੋਲ ਕਮੀ ਨਹੀਂ ਕਿਸ ਚੀਜ਼ ਦੀ, ਪਰ ਚਲੋ ਹਰਿਮੰਦਰ ਤੋਂ ਗੋਲਡਨ ਟੈਂਪਲ ਬਣ ਗਿਆ। ਹਰਿਮੰਦਰ ਸ਼ਬਦ ਅੰਦਰ ਨੂੰ ਭਰਦਾ, ਗੋਲਡ ਸ਼ਬਦ ਤਾਂ ਮਟੀਰੀਅਲ ਹੈ, ਉਹ ਇਮਾਰਤ ਮਟੀਰੀਅਲ ਪੈਦਾ ਕਰਨ ਵਾਲੀ ਨਹੀਂ, ਉਹ ਪਦਾਰਥਵਾਦੀ ਨਹੀਂ। ਸੱਚ ਇਹ ਵੀ ਉਹ ਪਦਾਰਥ ਕਮਾਉਣ ਵਾਲਿਆਂ ਨੂੰ ਪਰਮਾਰਥ ਦੀ ਰਾਹ ਦੱਸਦੀ ਹੈ। ਹਰ ਜਪੇ ਹਰਿਮੰਦਰ ਸਾਜਿਆ। ਮਹਾਰਾਜ ਭਾਦੋਂ ਦੀ ਸ਼ਾਮ, ਠੰਡੀ ਹਵਾ ਚੱਲੇ ਪਈ ਅਤੇ ਸਤਿਗੁਰੂ ਦਾ ਮੰਜਾ ਉੱਤੇ ਡੱਠਾ ਛੱਤ, ਲਾਹੌਰਾ ਸਿੰਘ ਦਾ ਘਰ ਨੇੜੇ ਸੀ ਅਤੇ ਦੀਵੇ 'ਚ ਦਿਸਣ ਪਏ ਦੋਵੇਂ ਜਣੇ, ਅਤੇ ਮਹਾਰਾਜ ਉੱਤੇ ਹਨੇਰੇ 'ਚ ਨੇ। ਜਦੋਂ ਉਹਨੇ ਫਿਰ ਮਾਲਾ ਸਿੰਘ ਨੇ ਕਿਹਾ ਵੀ, ਕਹਿੰਦਾ ਲਾਹੌਰਾ ਸਿੰਘ ਆ ਵੀ ਮੈਂ ਤੈਨੂੰ ਸਿੱਖ ਜਾਣ ਕੇ ਪੈਸੇ ਦਿੱਤੇ। ਅਤੇ ਅੱਗੋਂ ਲਾਹੌਰਾ ਸਿੰਘ ਕਹਿੰਦਾ ਮੈਂ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਦਾ ਖਿਡਾਵਾਂ, ਤੈਨੂੰ ਪਤਾ ਨਹੀਂ? ਉਹ ਅਗਲਾ ਉਂਝ ਹੀ ਡਰ ਜਾਂਦਾ ਵੀ ਮਹਾਰਾਜ ਦੇ ਨੇੜੇ ਰਹਿੰਦਾ, ਕਿਤੇ ਸਰਾਪ ਹੀ ਨਾ ਦੇ ਦੇ। ਚੇਤੇ ਰੱਖਿਓ, ਨੇੜੇ ਰਹਿਣ ਵਾਲੇ ਅਕਸਰ ਬੰਦੇ ਸੁੱਕ ਜਾਂਦੇ ਜੇ, ਦੂਰ ਰਹਿਣ ਵਾਲੇ ਗੁਰੂ ਦਾ ਪੈ ਅਦਬ ਲੈ ਜਾਂਦੇ। ਮਨ ਚ ਆਇਆ ਵੀ ਇਹ ਸ਼ਬਦ ਕਹਿ ਰਿਹਾ, ਜਦੋਂ ਉਹਨੇ ਕਿਹਾ ਵੀ ਲੇਖਾਂ ਕੋਈ ਨਾ ਪੁੱਛੀ ਜਾਂ ਹਰ ਬਖਸ਼ਣ ਦਾ, ਮਾਲਾ ਸਿੰਘ ਚੁੱਪ ਕਰ ਗਿਆ। ਗੁਰੂ ਗੋਬਿੰਦ ਸਿੰਘ ਰਾਤ ਨੂੰ ਉੱਚੀ ਆਵਾਜ਼ 'ਚ ਉੱਤੋਂ ਬੋਲੇ ਲਾਹੌਰਾ ਸਿੰਘ, ਆਵਾਜ਼ ਪਛਾਣ ਲਈ, ਕਹਿਣ ਲੱਗੇ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ,
ਭਾਵੇਂ ਤੂੰ ਸਾਹਿਬਜ਼ਾਦਿਆਂ ਨੂੰ ਖੜਾਨਾ ਪਰ ਪਰਾਇਆ ਹੱਕ ਖਾਣ ਵਾਲਿਆ ਮੈਂ ਤੇਰੀ ਖਾਮੀ ਨਹੀਂ ਭਰਨੀ। ਕੰਬ ਗਿਆ ਉਹਨੂੰ ਪਾਰਾ ਨੇ ਸੁਣ ਲਿਆ। ਸਤਿਗੁਰੂ ਆਪਣੇ ਉਸ ਸਮੇਂ ਵਿੱਚ ਵੀ ਜੇ ਮਸੰਦ ਗਲਤੀ ਕਰਦਾ ਗੁਰੂ ਖਾਲਸ ਬਣਾਉਣ ਆਇਆ। ਮੈਂ ਬੇਨਤੀ ਕਰੀ ਕਿਉਂ ਖਾਲਸ, ਕਿਹੜੀ ਗਿਰਾਵਟ ਸੀ? ਮਾਨਸ ਖਾਣੇ ਕਰੈ ਨਿਵਾਜ, ਛੁਰੀ ਵਗਾਇਨ ਤਿੰਨ ਗੱਲ, ਤਾਂ ਅੱਗੇ ਖੱਤਰੀ ਜਿਹੜੇ ਨੇ ਉਹ ਮੁਸਲਮਾਨਾਂ ਦੇ ਨੌਕਰ ਨੇ, ਉਹਨਾਂ ਗੱਲ 'ਚ ਧਾਗਾ ਪਾਇਆ। ਤਿੰਨ ਘਰ ਬ੍ਰਾਹਮਣ ਪੂਰੇ ਨਾਦ, ਉਹਨਾਂ ਖੱਤਰੀਆਂ ਦੇ ਘਰ 'ਚ ਬ੍ਰਾਹਮਣ ਨੇ ਆਉਣਾ ਸੰਖ ਵਜਾਉਣ ਲਈ। ਤਿੰਨ ਘਰ ਬ੍ਰਾਹਮਣ ਪੂਰਾ ਨਾਦ, ਮਹਾਰਾਜ ਕਹਿੰਦੇ ਨੇ ਉਹਨਾਂ ਵੀ ਆਵੇ। ਇਹ ਉਹਨਾਂ ਬਹੁਵਚਨ ਆ ਗਿਆ ਜੀ, ਇਹਦੇ ਵਿੱਚ ਖੱਤਰੀ ਵੀ ਆ ਗਿਆ ਅਤੇ ਬ੍ਰਾਹਮਣ ਵੀ ਆ ਗਿਆ। ਉਹਨਾਂ ਪੇ ਆਵੇ ਉਹੀ ਕਿਹੜਾ ਮਾਨਸ ਖਾਣੇ, ਉਹਨਾਂ ਪੇ ਆਵੇ ਉਹੀ ਸਾਧ ਕੂੜੀ ਰਾਸ ਕੂੜਾ ਵਪਾਰ ਕੂੜ ਬੋਲ ਕਰੈਂ ਆਹਾਰ, ਸ਼ਰਮ ਧਰਮ ਕਾ ਡੇਰਾ ਦੂਰ, ਨਾਨਕ ਕੂੜ ਰਿਹਾ ਭਰਪੂਰ, ਮੱਥੇ ਟਿੱਕਾ ਤੇੜ ਧੋਤੀ ਕਾ ਖਾਈ। ਵੈਸੇ ਜਿਹੜੀ ਤੇੜ ਧੋਤੀ ਕਾ ਖਾਈ ਹੈ ਨਾ, ਵੈਸੇ ਇਹਦੇ ਅਰਥ ਤਿੰਨ ਲੜਾਂ ਵਾਲੀ ਧੋਤੀ, ਇੱਕ ਖਾਈ ਦਾ ਅਰਥ ਨਾ ਤਿੰਨ ਲੜਾਂ ਵਾਲੀ, ਜੋ ਧੋਤੀ ਬੰਨਦੇ ਨਾ ਬ੍ਰਾਹਮਣ, ਉਹ ਇਹ ਦੋ ਲੜ ਤਾਂ ਲੱਕ ਦੁਆਲੇ ਟੰਗਦੇ ਆ ਜੀ, ਇੱਕ ਲੜ ਥੱਲਿਓ ਕੱਢ ਕੇ ਪਿੱਛੇ ਟੰਗਦੇ ਆ, ਇਹਨੂੰ ਕਖਾਈ ਤਾਂ ਕਹਿੰਦੇ ਆ। ਤਿੰਨ ਲੜਾਂ ਵਾਲੀ ਧੋਤੀ, ਮੱਥੇ ਟਿੱਕਾ ਤੇੜ ਧੋਤੀ ਕਖਾਈ, ਹੱਥ ਛੁਰੀ ਜਗਤ ਕਸਾਈ, ਨੀਲ ਬਸਤਰ ਪੈਰ ਹੋਵੇ ਪ੍ਰਵਾਨ। ਬਾਬਾ ਜੀ ਕਹਿੰਦੇ ਪਿਓਰ ਥੋੜ੍ਹਾ ਨੇ, ਮਲੇਸ਼ ਧਾਨ ਲੈ ਪੂਜੈ ਪੁਰਾਣ। ਉਹ ਮਾਨਸ ਖਾਣਿਆਂ ਤੋਂ ਪੈਸਾ ਲੈ ਕੇ ਪੁਰਾਣ ਦੀ ਪੂਜਾ ਪਾ ਕਰਦੇ। ਫਿਰ ਅਗਲਾ ਕੰਮ ਕੀ ਹੈ ਜੀ? ਆਪਾਖਿਆ ਕਾ ਕੁੱਠਾ ਬੱਕਰਾ ਖਾਣਾ। ਮੁਸਲਮਾਨ ਨੇ ਕਿਹਾ ਵੀ ਅੱਜ ਜਾਈ ਨਾ ਖੱਤਰੀ ਨੂੰ। ਕਹਿੰਦਾ ਕਿਉਂ? ਅੱਜ ਕਹਿੰਦਾ ਵੀ ਕਲਮਾ ਪੜ੍ਹ ਕੇ ਹਲਾਲ ਕੀਤਾ। ਕਹਿੰਦਾ ਚਲੋ ਜਾਂ ਪਨਾ ਮੈਂ ਖਾ ਤੇ ਲਾਂਗਾ, ਪਰ ਘਰ ਨਾ ਸਾਡੇ ਦੱਸਿਓ ਮੈਂ ਖਾ ਕੇ ਗਿਆ। ਇਸ ਮੈਂ ਬੇਨਤੀ ਕਰਾਂਗਾ, ਸਾਡਾ ਹਾਲ ਇਹ ਵੇ ਸਵੇਰੇ ਐਂ ਵੱਡੀ ਕਿਰਪਾਨ ਠੋਕ ਕੇ ਪਾਈ ਹੁੰਦੀ ਕਈਆਂ ਨੇ, ਜੇ ਉਹ ਖਲੋ ਕੇ ਸਟੇਜ 'ਤੇ ਦੇ ਤੇਰੇ ਦੀ ਪੰਥਾ ਪੰਥਾ, ਰਾਤ ਨੂੰ ਲਾ ਕੇ ਦਾਰੂ ਸਿੱਕਾ ਛੱਕ ਕੇ ਸੁੱਤੇ ਹੁੰਦੇ। ਵਾਹਿਗੁਰੂ ਜੀ, ਇਹ ਖਾਲਸਾ ਨਹੀਂ ਹੈਗਾ, ਝੂਠ ਹੈ। ਗੁਰੂ ਨੇ ਖੋਤੇ ਉੱਤੇ ਸ਼ੇਰ ਦੀ ਖੱਲ ਪਵਾ ਕੇ ਕਿਹਾ ਸੀ, ਲੋਕ ਡਰਨ ਲੱਗ ਪਏ, ਸ਼ੇਰ ਆ ਗਿਆ ਸ਼ੇਰ ਆ ਗਿਆ, ਥੋੜ੍ਹਾ ਜਿਹਾ ਤਾਂ ਡਰੇ। ਅਤੇ ਜਦੋਂ ਖੋਤੇ ਨੇ ਆਪਣੇ ਮੂੰਹ 'ਚੋਂ ਆਪਣੀ ਸਾਊਂਡ ਕੱਢੀ, ਘੁਮਾਰ ਨੂੰ ਪਤਾ ਲੱਗ ਗਿਆ ਤਾਂ ਮੇਰਾ ਗਵਾਚਾ ਹੋਇਆ, ਉਹਨੇ ਖੱਲ ਲਾ ਕੇ ਕੁੱਟਣਾ ਸ਼ੁਰੂ ਕਰ ਦਿੱਤਾ। ਚੇਤੇ ਰੱਖਿਓ, ਲੋਕ ਕੁਝ ਦਿਨ ਪ੍ਰਭਾਵ ਕਬੂਲਣਗੇ, ਜਿੱਦਣ ਖੋਤੇ ਵਾਲੀ ਖਸਰਤ ਬਾਹਰ ਹੋਊਗੀ ਤਾਂ ਲੋਕ ਬੇਕਦਰਾ ਕਰ ਦੇਣਗੇ। ਪਲੀਜ਼, ਖਾਲਸਾ ਐਸਾ ਨਹੀਂ ਹੈਗਾ। ਹਜ਼ੂਰ ਨੇ ਜਿਹੜਾ ਖਾਲਸਾ ਸਿਰਜਿਆ, ਹਜ਼ੂਰ ਨੇ ਕਿਹਾ ਪਿਓਰ ਬਿਲਕੁਲ ਸ਼ੁੱਧ, ਜਿਹਦੇ 'ਚ ਪਵਿੱਤਰਤਾ, ਜਿਹੜਾ ਜੀਓ ਨਿਰਮਲ ਬਾਹਰੋਂ ਨਿਰਮਲ, ਜਿਹੜਾ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਹੜਾ ਬਿਲਕੁਲ ਪਿਓਰ ਹੈ। ਸਤਿਗੁਰੂ ਨੇ ਕਿਰਪਾ ਕੀਤੀ, ਜਦੋਂ ਖਾਲਸਾ ਲਕਬ ਸਾਨੂੰ ਦਿੱਤਾ ਤਾਂ ਫਿਰ ਹਜ਼ੂਰ ਨੇ ਖਾਲਸੇ ਦੀ ਪਰਿਭਾਸ਼ਾ, ਮੈਂ ਉਹ ਸਵੱਈਆ ਜ਼ਰੂਰ ਪੜ੍ਹਨਾ, ਕਹਿੰਦੇ ਨੇ ਖਾਲਸਾ ਹੋਵੇ ਜਿਹੜਾ ਇੱਕ ਤੋਂ ਬਿਨਾਂ ਕਿਸੇ ਨੂੰ ਪੂਜਦਾ ਨਹੀਂ, ਜਪਦਾ ਹੈ ਸਿਮਰਨ ਕਰਦਾ, ਜਾਗਤ ਜੋਤ ਜਪੈ ਨਿਸ ਬਾਸੁਰ, ਏਕ ਬਿਨਾਂ ਇੱਕ ਪਰਮਾਤਮਾ ਤੋਂ ਬਿਨਾਂ ਦੂਜੇ ਦੀ ਓਟ ਨਾ ਲਵੇ, ਏਕ ਬਿਨਾਂ ਮਨ ਨੈਕ ਨਾ ਆਨੇ, ਪੂਰਨ ਪ੍ਰੇਮ ਪ੍ਰਤੀਤ ਸਜੈ। ਇਹ ਸੁਣਿਓ, ਪ੍ਰੀਤ ਅਤੇ ਪ੍ਰਤੀਤ, ਗੁਰੂ 'ਤੇ ਪੂਰਨ ਭਰੋਸਾ ਹੋਵੇ, ਪੂਰਨ ਪ੍ਰੇਮ ਪ੍ਰਤੀਤ ਸਜੈ, ਬ੍ਰਤ ਗੋਰ ਮੜੀ ਮੱਠ ਭੂਲ ਨਾ ਮਾਨੈ, ਜਾਗਤ ਜੋਤ ਜਪੈ ਇੱਕ ਤੋਂ ਬਿਨਾਂ ਦੂਜਾ ਨਾ ਜਾਣੇ, ਇੰਨਾ ਭਰੋਸਾ ਹੋਵੇ ਕੁਛ ਵੀ ਚਲਾ ਜਾਏ। ਗੁਰੂ ਸਾਹਿਬ ਕਹਿੰਦੇ ਨੇ ਤੀਰਥਾਂ ਦਾ ਰਟਨ ਨਾ ਕਰਦਾ, ਫਿਰ
ਵਰਤ ਨਾ ਰੱਖੇ, ਕਬਰਾਂ ਨੂੰ ਨਾ ਪੂਜੇ, ਸਮਾਧਾਂ 'ਤੇ ਨਾ ਝੁਕੇ। ਹੁਣ ਇਹ ਸਮੱਸਿਆ ਸਾਡੇ, ਚਲੋ ਇੱਥੇ ਤਾਂ ਨਹੀਂ, ਵਾਹਿਗੁਰੂ ਦੀ ਕਿਰਪਾ ਹੈ ਜੀ, ਇੱਥੇ ਤੁਹਾਡਾ ਸਿਸਟਮ ਹੀ ਐਸਾ, ਜੋ ਕੁਝ ਇੱਥੇ ਵੀ ਨੇਚਰ ਨੇ ਦਿੱਤਾ, ਇੱਥੇ ਬੜੇ ਮੰਦਰ ਗੁਰਦੁਆਰੇ ਬਣ ਜਾਣੇ ਸਨ। ਮੈਂ ਇੱਕ ਵਾਰੀ ਵਾਪਸ ਮੁੜ ਗਿਆ, ਉਹ ਕਾਰ ਚਲਾਉਂਦੇ ਨਾ ਉੱਤੇ ਚੜ੍ਹ ਜਾਂਦੀ, ਉਹ ਆਪਣੇ ਗ੍ਰੈਵਿਟੀ ਹੈ ਨਾ, ਚੜ੍ਹਾਈ ਵਾਲੇ ਪਾਸੇ ਵੀ ਕਾਰ ਆਪਣੇ ਆਪ ਤੁਰ ਜਾਂਦੀ, ਨਿਊਟਰਲ ਕਰ ਦਿਓ, ਅਤੇ ਉਹ ਵੇਖਣ ਲਿਜਾਂਦੇ। ਮੈਂ ਜੇ ਇੱਥੇ ਇੰਡੀਆ 'ਚ ਹੁੰਦਾ ਖਿੱਚ ਸਾਹਿਬ ਬਣਿਆ ਹੋਣਿਆ ਸੀ। ਵੇਖੋ ਇਹ ਗੱਲਾਂ, ਗੁਰੂ ਸਾਹਿਬ ਨੇ ਸਾਨੂੰ ਵਰਜਿਆ ਇਹਨਾਂ ਚੀਜ਼ਾਂ ਤੋਂ। ਵਰਤ, ਵੈਸੇ ਵਰਤ ਦਾ ਅਰਥ ਰੋਕਣਾ। ਹੁਣ ਸਾਡੇ 'ਚ ਕਿੰਨੀਆਂ ਬੀਬੀਆਂ ਧੀਆਂ ਭੈਣਾਂ ਇੱਥੇ ਬੈਠੀਆਂ ਹੋਣੀਆਂ ਨੇ, ਜਿਨ੍ਹਾਂ ਨੇ ਕੋਈ ਸ਼ੁੱਕਰਵਾਰ ਦਾ ਵਰਤ ਰੱਖਿਆ ਹੋਣਾ, ਕਿਸੇ ਨੇ ਅਹੋਈ ਦਾ ਵਰਤ ਰੱਖਿਆ ਹੋਣਾ, ਕਿਸੇ ਨੇ ਦਿਵਾਲੀ ਦੇ ਦਿਨ ਜਿਹੜੇ ਉਹ ਨੇੜੇ ਹੁੰਦਾ ਕਿਹੜਾ ਉਹ ਵਰਤ, ਹੈਂ ਕਰਵਾ, ਹਾਂ ਕਰਵੇ ਦਾ ਵੀ ਲੰਮੀ ਉਮਰ ਹੋ ਜਾਏ ਉਹ ਵਰਤ ਰੱਖਿਆ ਹੁੰਦਾ। ਨਹੀਂ, ਗੁਰਮੁਖੋ ਪ੍ਰੇਮ ਸਮਾਰਕ 'ਚ ਲਿਖਿਆ, ਗੁਰੂ ਕਾ ਸਿੱਖ ਵਰਤ ਰੱਖੇ, ਕਾਂਸ ਦਾ ਨੇਤਰਾਂ ਕਾ ਵਰਤ ਰੱਖੇ, ਪਰਾਇਆ ਰੂਪ ਮਤ ਦੇਖੇ ਮੰਦੀ ਨਜ਼ਰ ਨਾਲ, ਕੰਨਾਂ ਦਾ ਵਰਤ ਰੱਖੇ ਨਿੰਦਿਆ ਚੁਗਲੀ ਮਤ ਸੁਣੇ, ਜੀਭ ਕਾ ਵਰਤ ਰੱਖੇ ਫਿੱਕਾ ਮਤ ਬੋਲੇ, ਹੱਥੋਂ ਕਾ ਵਰਤ ਪਰਾਇਆ ਹੱਕ ਨਾ ਖੋਵੇ, ਪੈਰਾਂ ਦਾ ਵਰਤ ਰੱਖੇ ਬੁਰੇ ਰਸਤੇ 'ਤੇ ਨਾ ਜਾਵੇ। ਸਤਿਗੁਰੂ ਕਹਿੰਦੇ ਨੇ ਵਰਤ ਗੌਰ ਕਬਰਾਂ ਨਾ ਮੰਨੇ। ਹੁਣ ਕਈ ਕਹਿੰਦੇ ਨੇ, ਮਹਾਰਾਜ ਨੇ ਕਿਹਾ ਗੁਰੂ ਗ੍ਰੰਥ ਸਾਹਿਬ ਤੁਸੀਂ ਪੜ੍ਹੋ, ਦੁਬਦਾ ਨਾ ਪੜ੍ਹੋ, ਹਰ ਬਿਨ ਖੋਰ ਨਾ ਪੂਜੋ, ਮੜੈ ਮਸਾਨ ਨਾ ਜਾਈ, ਨਾ ਜਾਈ ਮੜੀਆਂ ਮਸਾਣਾਂ 'ਤੇ ਨਹੀਂ। ਸਤਿਗੁਰੂ ਨੇ ਇਹ ਸ਼ਬਦ ਕਿਹਾ, ਕਾਹੂੰ ਲੈ ਪਾਨ ਪੂਜ ਧਰਿਓ ਸਿਰ, ਕਾਹੂੰ ਲੈ ਲਿੰਗ ਗਰੇ ਲਟਕਾਇਓ, ਕਾਹੂੰ ਲੱਕਿਓ ਹਰ ਅਵਾਚੀ ਦਸ਼ਾ ਮੈਂ, ਕਾਹੂੰ ਪਿਛਾਂ ਕੋ ਸੀਸ ਨਵਾਇਓ, ਕੋ ਬੁਤਾਨ ਕੋ ਪੂਜਤ ਹੈ ਪਸ਼, ਕੋ ਮਿਰਤਾਨ ਕੋ ਪੂਜਨ ਧਾਇਓ, ਕੂਰ ਕਿਰਿਆ ਉਰਜੋ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ, ਵਰਤ ਗੌਰ ਮੜੀ ਮੱਠ ਦੇ ਧਾਰੀਆਂ, ਅਡੰਬਰਾਂ ਦੇ ਪਖੰਡੀਆਂ ਦੇ ਥਾਂ ਭੂਲ ਨਾ ਮਾਨੈ, ਤੀਰਥ ਦਾਨ ਦਇਆ ਤਪ ਸੰਜਮ, ਸਨਾਤਨੀ ਤੀਰਥ ਨਹੀਂ ਉਹਨਾਂ ਦਾ ਦਿੱਤਾ ਹੋਇਆ ਦਾਨ ਨਹੀਂ, ਕਿਉਂਕਿ ਉਹ ਦਾਨ ਦੀ ਇਹ, ਹਾਲਾਂਕਿ ਸ਼ਬਦ ਮੇਰੇ ਕੋਲ ਦਿਨ ਥੋੜ੍ਹੇ ਸਨ, ਇਹ ਇੱਕ ਇੱਕ ਸ਼ਬਦ ਵਾਚਣ ਵਾਲਾ। ਗੁਰਮਤ ਦਾ ਦਾਨ ਕੀ ਹੈ, ਉਹ ਸਨਾਤਨੀ ਦਾਨ ਨਹੀਂ। ਬਾਬਾ ਜੀ ਨੂੰ ਤਾਂ ਬਿਲਕੁਲ ਨਿਖੇਧ ਕੀਤਾ, ਬਨਾਰਸੀ ਤਪ ਕਰੇ ਉਲਟ ਤੀਰਥ ਮਰੇ, ਅਗਨ ਦਹਿ ਕਾਇਆ ਕਲਪ ਕੀਜੈ, ਅਸਮੇਧ ਜਗ ਕੀਜੈ, ਸੋਨਾ ਗਰਭ ਦਾਨ ਦੀਜੈ, ਰਾਮ ਨਾਮ ਸਰਤਉ ਨ ਪੂਜੈ, ਉਹ ਦਾਨ ਨੇ। ਤੀਰਥ ਦਾਨ ਦਇਆ ਤਪ ਸੰਜਮ, ਏਕ ਬਿਨਾ ਮਨ ਏਕ ਬਿਨਾ ਨਾ ਏਕ ਪਛਾਣੇ, ਇੱਕ ਤੋਂ ਬਿਨਾ। ਫਿਰ ਮਹਾਰਾਜ ਕਹਿੰਦੇ ਕੀ ਹੋਵੇਗਾ, ਪੂਰਨ ਜੋਤ ਜਗੈ ਘੱਟ ਮੈਂ, ਉਹ ਖਾਲਸਾ ਬਣੇਗਾ। ਪੂਰਨ ਜੋਤ ਜਗੈ ਘੱਟ ਮੈਂ ਤਬ ਖਾਲਸ ਤਾਹੇ ਨਿਖਾਲਸ ਜਾਣੇ ਮੈਂ, ਅਗਲੀ ਬੇਨਤੀ ਕਹਿ ਕੇ, ਕਿਉਂਕਿ ਮਿੰਟ ਮੈਂ 5 ਕੁ ਲੈਣੇ ਨੇ। ਇਹਨਾਂ ਦਾ ਸ਼ੁਕਰਗੁਜ਼ਾਰ ਹਾਂ, ਗੁਰਮੁਖਾਂ ਦਾ ਮੈਨੂੰ ਟਾਈਮ ਖੁੱਲ੍ਹਾ ਦੇ ਦਿੱਤਾ। ਇਹ ਕਿਹਾ ਸੀ 1 ਤੋਂ ਅੱਗੇ ਲੈ ਜਾਣਗੇ ਨਾ, ਅਤੇ ਅੱਗੇ ਦਾ ਮਤਲਬ 25 ਮਿੰਟ ਵੀ ਹੋ ਸਕਦਾ, ਪਰ ਮੈਂ ਟਾਈਮ ਘੱਟ ਹੀ ਲਾਂਗਾ। ਉਹ ਇੱਕ ਸਿੰਘ ਸਨ ਜੀ ਕੀਰਤਨ ਦਰਬਾਰ 'ਚ, ਹਾਸ ਨਹੀਂ, ਉਹ ਕਹਿੰਦੇ ਨੇ ਬਾਬਾ ਜੀ ਟਾਈਮ ਥੋੜ੍ਹਾ ਜਿਹਾ, ਬਸ ਸ਼ਬਦ 1 ਦੀ ਹਾਜ਼ਰੀ ਭਰਿਓ, ਉਹ ਨਾ ਅਸ਼ਟਪਦੀ ਸ਼ੁਰੂ ਕਰ ਲਈ, ਪਾਠ ਪੜ੍ਹਿਓ ਔਰ ਵੇਦ ਵਿਚਾਰਿਓ। ਉਹਨਾਂ ਕਿਹਾ ਵੀ ਸ਼ਬਦ ਦੇ ਇਕੱਠ ਪਦਿਆਂ ਦਾ ਵੀ ਹੋ ਸਕਦਾ। ਮੈਂ ਸਿਰਫ ਪ੍ਰੋਫੈਸਰ ਪੂਰਨ ਸਿੰਘ ਨੇ ਗੱਲ ਲਿਖੀ, ਖਾਲਸਾ ਕੀ ਹੈ, ਚਲੋ ਇਹ ਤਾਂ ਬਾਣੀ 'ਚੋਂ ਅਸੀਂ ਲੈ, ਕਿਵੇਂ ਰੂਪ ਹੈ ਖਾਸ। ਖਾਲਸੇ ਵਿੱਚ ਗੁਰੂ ਗੋਬਿੰਦ ਸਿੰਘ ਆਪ ਰਹਿੰਦਾ ਹੈ, ਉਹਦੀ ਇੱਕ ਲੇਖ ਹੈ ਜੀ ਕਲਗੀ ਵਾਲੇ ਦੀ ਛਵੀ, ਕਦੀ ਪੜ੍ਹਿਓ। ਮੈਂ ਅਰਜ਼ ਕੀਤੀ ਸੀ, ਉਹਨੇ ਕਿਹਾ ਸਤਿਗੁਰਾਂ ਬਾਰੇ ਉਹ ਲਿਖਦਾ, ਗੁਰੂ ਗੋਬਿੰਦ ਸਿੰਘ ਜੀ ਨੂੰ ਭਾਈ ਡੱਲਾ ਪੁੱਛਦਾ, ਵਾਹਿਗੁਰੂ ਜੀ ਕਾ ਖਾਲਸਾ ਕੀ ਹੈ।
ਹੁਣ ਅਰਥ ਅਸੀਂ ਸਾਰੇ ਕਰ ਦਿਆਂਗੇ ਵਾਹਿਗੁਰੂ ਜੀ ਕਾ ਖਾਲਸਾ ਦਾ ਅਰਥ ਖਾਲਸਾ ਵਾਹਿਗੁਰੂ ਕਾ ਹੈ। ਸਤਿਗੁਰੂ ਚੁੱਪ ਕਰ ਫਿਰ ਕਹਿੰਦਾ ਮਹਾਰਾਜ ਵਾਹਿਗੁਰੂ ਜੀ ਕਾ ਖਾਲਸਾ ਕੀ ਹੈ? ਸਤਿਗੁਰੂ ਕਹਿੰਦੇ ਨੇ ਇਹਦੇ ਵਿੱਚ ਸਮਰਪਣ ਹੈ, ਸੁਣਿਓ, ਇਹਦੇ ਵਿੱਚ ਹਉਮੈ ਮਰਦੀ। ਉਹ ਕਹਿੰਦਾ ਮਹਾਰਾਜ ਮੈਂ ਤਾਂ ਜੰਗਲ 'ਚ ਰਹਿਣ ਵਾਲਾ ਬੰਦਾ, ਸਿੱਧੇ ਜੇ ਸ਼ਬਦ ਪੂਰਨ ਸਿੰਘ ਕਹਿੰਦਾ ਮੈਨੂੰ ਥੁੱਲੀ ਬੋਲੀ ਸਮਝਾਓ। ਸਤਿਗੁਰੂ ਕਹਿੰਦੇ ਨੇ ਦਲਿਆ ਵਾਹਿਗੁਰੂ ਜੀ ਕਾ ਖਾਲਸਾ ਐਸਾ ਨਹੀਂ ਜੈਸੀ ਤੇਰੀ ਜ਼ਮੀਨ। ਧਿਆਨ ਨਾਲ ਸੁਣੋ ਇਸ ਗੱਲ ਨੂੰ, ਵਾਹਿਗੁਰੂ ਜੀ ਕਾ ਖਾਲਸਾ ਐਸਾ ਨਹੀਂ ਜੈਸੇ ਤੇਰੀਆਂ ਹਵੇਲੀਆਂ, ਵਾਹਿਗੁਰੂ ਜੀ ਕਾ ਖਾਲਸਾ ਐਸਾ ਨਹੀਂ ਜਿਵੇਂ ਤੇਰੇ ਹਾਥੀ ਘੋੜੇ ਤੇਰੀ ਸੈਨਾ। ਕਹਿੰਦਾ ਮਹਾਰਾਜ ਮੇਰੇ ਖਾਨੇ ਗੱਲ ਨਹੀਂ ਪਈ। ਸਤਿਗੁਰੂ ਕਹਿੰਦੇ ਆ ਡਲਿਆ ਆਹ ਜ਼ਮੀਨ ਤੇਰੀ ਹੈ ਚਾਰ ਚੁਫੇਰੇ, ਪਰ ਚੇਤੇ ਰੱਖੀ ਕਿ ਇਹ ਤਲਵੰਡੀ ਦੇ ਨੇੜੇ ਜਿੰਨੀ ਜ਼ਮੀਨ ਹੈ ਤੇਰੀ ਹੈ। ਸਾਰੇ ਕਹਿੰਦੇ ਡੱਲੇ ਦੀ ਜ਼ਮੀਨ, ਪਰ ਜਿੱਦਣ ਡੱਲਿਆ ਤੂੰ ਚਲਾ ਗਿਆ ਜ਼ਮੀਨ ਫਿਰ ਵੀ ਰਹਿ ਜਾਣੀ ਹੈ। ਇਹ ਸਾਰੀਆਂ ਹਵੇਲੀਆਂ ਤੇਰੀਆਂ ਨੇ, ਜਿੱਦਣ ਤੂੰ ਡੱਲਾ ਅਤੇ ਮੱਲਾ ਦੋ ਭਰਾ ਸਨ ਜੀ, ਜਿੱਦਣ ਤੂੰ ਚਲਾ ਗਿਆ ਉਦਣ ਇਹ ਹਵੇਲੀਆਂ ਰਹਿਣਗੀਆਂ, ਮੱਝਾਂ ਗਾਵਾਂ ਤੇਰੀ ਫੌਜ ਰਹੇਗੀ। ਕਹਿੰਦਾ ਮਹਾਰਾਜ ਮੈਂ ਫਿਰ ਨਹੀਂ ਸਮਝਿਆ। ਸਤਿਗੁਰੂ ਕਹਿੰਦੇ ਨੇ ਅੱਜ ਇਹ ਚੀਜ਼ਾਂ ਤੇਰੀਆਂ ਨੇ, ਪਰ ਤੇਰੇ ਤੋਂ ਬਿਨਾਂ ਇਹ ਰਹਿ ਸਕਦੀਆਂ ਨੇ। ਸੁਣੋ, ਤੇਰੇ ਤੋਂ ਬਿਨਾਂ ਹਵੇਲੀ ਨੂੰ ਕਿਉਂ ਨਾ ਉਹਨੇ ਰੋਣ ਲੱਗ ਪੈਣਾ? ਤੇਰੇ ਤੋਂ ਬਿਨਾਂ ਜ਼ਮੀਨ ਨੇ ਉੱਡ ਥੋੜ੍ਹਾ ਜਾਣਾ? ਤੂੰ ਚਲਾ ਜਾਏਗਾ ਫਿਰ ਵੀ ਰਹਿਣਗੀਆਂ, ਪਰ ਵਾਹਿਗੁਰੂ ਜੀ ਕਾ ਖਾਲਸਾ ਇਸ ਤਰ੍ਹਾਂ ਨਹੀਂ ਕਿ ਜਿਵੇਂ ਸਾਡੀਆਂ ਮੋਟਰ ਕਾਰਾਂ, ਮੈਂ ਸ਼ਬਦ ਵਰਤਣ ਲੱਗਾ, ਜਿਵੇਂ ਘਰ ਨਹੀਂ। ਵਾਹਿਗੁਰੂ ਜੀ ਕਾ ਖਾਲਸਾ ਇਸ ਤਰ੍ਹਾਂ ਡੱਲਿਆ ਜਿਵੇਂ ਸੂਰਜ ਔਰ ਸੂਰਜ ਕੀ ਕਿਰਨ ਹੈ। ਫਰਕ ਹੈ ਨਾ, ਸੂਰਜ ਤੋਂ ਬਿਨਾਂ ਕਿਰਨ ਰਹਿ ਸਕੇਗੀ? ਸਾਡੇ ਤੋਂ ਬਿਨਾਂ ਘਰ ਰਹਿ ਸਕੇਗਾ? ਪਰ ਚੇਤੇ ਰੱਖਿਓ ਸੂਰਜ ਤੋਂ ਬਿਨਾਂ ਕਿਰਨ ਨਹੀਂ। ਜਿਵੇਂ ਸੂਰਜ ਅਤੇ ਸੂਰਜ ਦੀ ਕਿਰਨ, ਸੂਰਜ ਹੈ ਅਤੇ ਕਿਰਨ ਹੈ, ਸੱਚ ਇਵੇਂ ਵਾਹਿਗੁਰੂ ਹੈ ਅੰਦਰ ਤਾਂ ਖਾਲਸਾ ਹੈ। ਜਿਹਦੇ ਅੰਦਰ ਵਾਹਿਗੁਰੂ ਕੋਈ ਨਹੀਂ, ਚੇਤੇ ਰੱਖਿਓ ਖਾਲਸਾ ਵੀ ਕੋਈ ਨਹੀਂ। ਅਗਲਾ ਬਚਨ ਕਿਹਾ ਜਿਵੇਂ ਚਸ਼ਮਾ ਅਤੇ ਪਾਣੀ, ਚਸ਼ਮਾ ਹੈ ਅਤੇ ਪਾਣੀ ਦੀ ਖੂੰਦ ਹੈ। ਕਹਿਣ ਲੱਗੇ ਜਿਵੇਂ ਟਾਹਣੀ ਅਤੇ ਉਹਦੇ 'ਚੋਂ ਨਿਕਲਿਆ ਫੁੱਲ, ਜੇ ਟਾਹਣੀ ਚਲੀ ਜਾਏ ਤਾਂ ਫੁੱਲ ਨੇ ਕਿੱਥੇ ਬਚਣਾ ਹੈ? ਵਾਹਿਗੁਰੂ ਜੀ ਕਾ ਖਾਲਸਾ ਇਹ ਸਮਰਪਣ ਹੈ। ਵਾਹਿਗੁਰੂ ਜੀ ਕੀ ਫਤਿਹ ਇਹ ਈਗੋ ਨੂੰ ਮਾਰਦੀ ਹੈ। ਖਾਲਸਾ ਜਦੋਂ ਜਿੱਤ ਕੇ ਆਉਂਦਾ ਉਸ ਜਿੱਤ ਨੂੰ ਕਦੀ ਨਿੱਜੀ ਖਾਤੇ ਨਹੀਂ ਪਾਉਂਦਾ। ਉਹ ਜਿੱਤਣ ਤੋਂ ਬਾਅਦ ਕਹਿੰਦਾ ਪੰਥ ਕੀ ਜੀਤ, ਅੱਜ ਪੰਥ ਜਿੱਤ ਕੇ ਆਇਆ ਹੈ। ਉਹਨੇ ਜਿਹੜੀ ਅਗਲੀ ਗੱਲ ਕਹੀ ਗੁਰੂ ਗੋਬਿੰਦ ਸਿੰਘ ਦੀ ਛਬੀ, ਉਹਦਾ ਚਿਹਰਾ ਕੀ ਹੈ, ਮੈਂ ਉਹ ਜ਼ਰੂਰ ਸੁਣਾਉਣੀ ਤੁਹਾਨੂੰ ਹੈ। ਤਾਂ ਅਸਲ 'ਚ ਉਹ ਲੇਖ ਪੜ੍ਹਨ ਵਾਲਾ ਸੁਣਾਉਣ ਵਾਲਾ ਹੈ ਨਹੀਂ, ਜਿੰਨਾ ਸਵਾਦ ਨੂੰ ਪੜ੍ਹ ਕੇ ਆਉਂਦਾ ਬੋਲ ਕੇ ਨਹੀਂ ਆਉਂਦਾ ਹੁੰਦਾ। ਅਲਬੇਲਾ ਜੈ ਪ੍ਰੋਫੈਸਰ ਪੂਰਨ ਸਿੰਘ ਕਵੀ, ਜਿਹਨੂੰ ਕਹਿ ਸਕਣਾ ਪੰਜਾਬ ਦਾ ਕਵਿਤਾ ਦਾ ਦਰਿਆ ਹੀ ਜੀ, ਉਹ ਕਹਿੰਦਾ ਮੇਰੇ ਮਨ 'ਚ ਆਇਆ ਗੁਰੂ ਗੋਬਿੰਦ ਸਿੰਘ ਦੀ ਫੋਟੋ ਬਣਾਵਾਂਗਾ, ਤਸਵੀਰ ਬਣਾਵਾਂਗਾ ਗੁਰੂ ਗੋਬਿੰਦ ਸਿੰਘ ਜੀ ਦੀ। ਕਿੱਥੇ ਬਣਾਵਾਂ? ਕਹਿੰਦੇ ਨੇ ਮਨ 'ਚ ਆਇਆ ਚੱਲ ਅਨੰਦਪੁਰ ਸਾਹਿਬ ਦੇ ਨੇੜੇ ਸਤਲੁਜ ਹੈ, ਜਗ੍ਹਾ ਬੜੀ ਰਮਣੀਕ ਹੈ, ਉਹਦੇ ਕਿਨਾਰੇ ਬਹਿ ਕੇ ਬਣਾਵਾਂਗਾ। ਕਹਿੰਦੇ ਮੈਂ ਕਾਗਜ਼ ਲਿਆ, ਉਹ ਕਹਿੰਦਾ ਮੈਂ ਚੰਗੀ ਤਰ੍ਹਾਂ ਸਕੈਚ ਕੀਤਾ, ਰੰਗ ਭਰ ਲੱਗਾ। ਜਦੋਂ ਰੰਗ ਭਰੇ ਸ਼ਾਮ ਨੂੰ ਸੂਰਜ ਦੀ ਲਾਲੀ ਪਈ ਅਤੇ ਮੈਂ ਉਹ ਕਾਗਜ਼ ਚੱਕ ਕੇ ਦਰਿਆ 'ਚ ਛੱਡ ਦਿੱਤਾ। ਨਹੀਂ, ਅਕਾਲ ਦੇ ਸੁੱਤ ਦੀ ਇਹ ਫੋਟੋ ਨਹੀਂ ਹੋ ਸਕਦੀ, ਤਸਵੀਰ ਨਹੀਂ। ਕਹਿੰਦਾ ਦੂਜੇ ਦਿਨ ਫਿਰ ਬਣਾਈ, ਫਿਰ ਸੁੱਟ ਦਿੱਤੀ। ਕਹਿੰਦਾ ਮੈਂ
ਤਸਵੀਰਾਂ ਬਣਾਉਂਦਾ ਅਤੇ ਸੱਟੀ ਜਾਣਾ ਉਹਦਾ ਖਿਆਲ ਕੀ? ਕਹਿੰਦਾ ਮੈਂ ਫਿਰ ਮਨ 'ਚ ਆਇਆ ਤੂੰ ਸਤਲੁਜ ਨੂੰ ਹੀ ਪੁੱਛ ਲੈ ਕਿਉਂ ਕਲਪੀ ਜਾਂਦਾ, ਇਹ ਤਾਂ ਉਦਣ ਦਾ ਵਗਦਾ ਪਿਆ। ਗੁਰੂ ਗੋਬਿੰਦ ਸਿੰਘ ਕਿੰਨੀ ਵਾਰੀ ਆਰ ਪਾਰ ਹੋਏ ਸਨ, ਇਹਨੂੰ ਪੁੱਛ ਜਦੋਂ ਨੀਲੇ ਦਾ ਸ਼ਾਹ ਸਵਾਰ ਤੇਰੇ ਵਿੱਚੋਂ ਨਿਕਲਦਾ ਸੀ ਅਤੇ ਸਰੂਪ ਕੀ ਹੋ ਜਾ ਸੀ, ਤੇਰੇ 'ਚ ਇਸ਼ਨਾਨ ਕਰਨ ਨਹਾਉਣ ਵੀ ਆਉਂਦੇ ਰਹੇ, ਜਲ ਕ੍ਰੀੜਾ ਕਰਦੇ ਰਹੇ। ਕਹਿੰਦਾ ਸਤਲੁਜ ਚੁੱਪ, ਮਨ ਨੇ ਕਿਹਾ ਪਤਾ ਨਹੀਂ ਕਿਉਂ ਨਹੀਂ ਬੋਲਦਾ, ਚੱਲ ਪਾਉਂਟਾ ਸਾਹਿਬ ਦੀ ਜਮਨਾ ਤੋਂ ਪੁੱਛਣੇ, ਉਹ ਦਰਿਆਵਾਂ ਨਾਲ ਜੋੜ ਕੇ ਗੱਲ ਕਰਦਾ। ਕਹਿੰਦਾ ਪਾਉਂਟਾ ਸਾਹਿਬ ਗਿਆ ਅਤੇ ਮੈਂ ਦੇਖਿਆ, ਮੈਂ ਕਵੀ ਦਰਬਾਰ ਦੀ ਫੋਟੋ ਬਣਾਈ, ਗੁਰੂ ਗੋਬਿੰਦ ਸਿੰਘ ਬੈਠਿਆ ਨਹੀਂ ਮੇਰੇ ਤੋਂ ਬਣੀ, ਮੈਂ ਛੱਡ ਦਿੱਤੀ। ਮੈਂ ਯਮਨਾ ਨੂੰ ਪੁੱਛਿਆ ਦੱਸ ਕਿ ਗੁਰੂ ਗੋਬਿੰਦ ਸਿੰਘ ਤੇਰੇ ਕੋਲ ਬੈਠੇ ਕਵੀਆਂ ਨੂੰ ਇਨਾਮ ਦਿੰਦੇ ਸਨ, ਕਿੰਨੇ ਉਹਨਾਂ ਨੇ ਤੇਰੇ ਸਾਹਮਣੇ ਤੂੰ ਹੀ ਅਕਾਲ ਦੀ ਧੁਨੀ ਲਾਈ। ਜਦੋਂ ਗੁਰੂ ਗੋਬਿੰਦ ਸਿੰਘ ਇਹ ਪੜ੍ਹਦਾ ਸੀ ਸੱਚੇ ਪਾਤਸ਼ਾਹ, ਜ਼ਮੀਂ ਤੂੰ ਹੀ, ਜ਼ਮਾਂ ਤੂੰ ਹੀ, ਮੱਕੀ ਤੂੰ ਹੀ, ਮਕਾਂ ਤੂੰ ਹੀ, ਅਪੂ ਤੂੰ ਹੀ, ਅਪੈ ਤੂੰ ਹੀ, ਉਦੋਂ ਜਲਾਲ ਕੈਸਾ ਸੀ, ਮੈਨੂੰ ਇੱਕ ਵਾਰੀ ਝਲਕ ਤਾਂ ਦੱਸ। ਕਹਿੰਦਾ ਜਮਨਾ ਵੀ ਚੁੱਪ। ਮੈਂ ਕਿਹਾ ਚੱਲ ਇਹ ਵੀ ਪਤਾ ਨਹੀਂ ਕਿਉਂ ਨਹੀਂ ਬੋਲਦੀ, ਉਹਦੀ ਕਲਪਨਾ ਦੇਖੋ, ਹੁਣ ਇਹਨੂੰ ਝੂਠ 'ਚ ਨਾ ਲੈ ਜਾਓ, ਗੱਲ ਉਹ ਖੀਰ ਦੇ ਤਦ ਹੀ ਕਰੇਗਾ। ਕਹਿੰਦੇ ਮਨ ਨੇ ਕਿਹਾ ਚੱਲ ਪਟਨਾ ਸਾਹਿਬ ਚੱਲੀਏ। ਉਹਦੇ ਗੰਗਾ ਦੇ ਕਿਨਾਰੇ ਮਹਾਰਾਜ ਖੇਡਦੇ ਰਹੇ। ਕਹਿੰਦਾ ਮੈਂ ਗੰਗਾ ਕੋਲੋਂ ਪੁੱਛਿਆ ਕਿ ਜਦੋਂ ਪੰਡਿਤ ਸ਼ਿਵ ਦੱਤ ਦੇ ਮੋਢਿਆਂ 'ਤੇ ਚੜ੍ਹ ਕੇ ਦੋਵਾਂ ਹੱਥਾਂ ਨਾਲ ਅੱਖਾਂ ਬੰਦ ਕਰਕੇ 3.5 ਸਾਲ ਦੇ ਬਾਲਾ ਪ੍ਰੀਤਮ ਨੇ ਕਿਹਾ ਪੰਡਿਤ ਦੀ ਝਾਤ ਅਤੇ 60 ਸਾਲ ਦਾ ਪੰਡਿਤ, 70 ਸਾਲ ਦਾ ਪੰਡਿਤ ਚਰਨ ਪਕੜ ਕੇ ਕਹਿੰਦਾ ਮਿਲਾ ਬਾਲਾ ਪ੍ਰੀਤਮ, ਉਹ ਕਿਹੜੀ ਸ਼ੋਅ ਮਿਲੀ ਕਿ ਵਿਦਵਾਨ ਪੰਡਿਤ ਵੀ ਗੁਰੂ ਗੋਬਿੰਦ ਸਿੰਘ ਦੇ ਚਰਨ ਪਕੜ ਲਏ। ਫਿਰ ਕਹਿੰਦਾ ਕੁਛ ਬੋਲ, ਜਦੋਂ ਕੰਗਣ ਸੱਟਿਆ ਅਤੇ ਮਾਤਾ ਜੀ ਨੂੰ ਨਾਲ ਲਿਆ ਕੇ ਦੂਜਾ ਕੰਗਣ ਸੱਟਿਆ, ਤੇਰੇ ਸੱਟਿਆ, ਸਾਨੂੰ ਇਹ ਤਾਂ ਦੱਸ ਦੇ ਜਦੋਂ ਆ ਕਿਹਾ ਸੀ ਮਾਂ ਦੂਜਾ ਇੱਥੇ ਸੱਟਿਆ, ਉਦੋਂ ਚਿਹਰੇ 'ਤੇ ਰੌਣਕ ਕੀ ਹੋ ਗਈ ਸੀ? ਕਹਿੰਦਾ ਗੰਗਾ ਵੀ ਨਹੀਂ ਬੋਲੀ। ਮਨ 'ਚ ਆਇਆ ਚੱਲ ਨਦੇੜ ਚੱਲੀਏ। ਹਜ਼ੂਰ ਸਾਹਿਬ ਆਖਰੀ ਪੜਾਂ ਕੀਤਾ ਮਹਾਰਾਜ ਨੇ। ਕਹਿੰਦਾ ਮੈਂ ਹੀਰਾ ਘਾਟ ਗਿਆ, ਮੈਂ ਨਗੀਨਾ ਘਾਟ ਗਿਆ, ਮੈਂ ਉਸ ਗੋਦਾਵਰੀ ਨੂੰ ਪੁੱਛਿਆ ਤੇਰੇ ਕੰਢੇ ਗੁਰੂ ਗੋਬਿੰਦ ਸਿੰਘ ਬੈਠੇ ਆ ਕੇ, ਕਿਉਂਕਿ ਹੀਰਾ ਘਾਟ ਵੀ ਅਤੇ ਨਗੀਨਾ ਘਾਟ ਦੋਨੋਂ ਕੰਢਿਆਂ 'ਤੇ ਨੇ। ਤੂੰ ਕਿੰਨੀ ਖੁਸ਼ਕਿਸਮਤ ਹੈ ਕਿ ਜਿੱਦਣ ਦੁਨੀਆ ਦਾ ਬਾਦਸ਼ਾਹ ਇੱਥੇ ਬੈਠਾ ਅਤੇ ਪਾਤਸ਼ਾਹ ਨੇ ਨਦਰ ਭਰ ਕੇ ਦੇਖਿਆ ਅਤੇ ਤੇਰੀ ਤਹਿ ਦੇ ਵਿੱਚ ਚਮਕਦੇ ਹੋਏ ਰੇਤ ਦੇ ਕਣ ਵੀ ਉਹਨੇ ਹੀਰੇ ਬਣਾ ਕੇ ਰੱਖ ਦਿੱਤੇ, ਕਿਉਂਕਿ ਉਹਦੀ ਨਜ਼ਰ ਪਈ ਪ੍ਰੀਤਮ ਦੀ, ਨਗੀਨਾ ਤੇਰੇ 'ਚ ਸੱਟਿਆ। ਮੈਨੂੰ ਦੱਸ, ਬਾਦਸ਼ਾਹ ਜਦੋਂ ਝੁੱਕਿਆ, ਕਹਿੰਦਾ ਉਹ ਵੀ ਨਹੀਂ ਬੋਲੀ। ਮਨ 'ਚ ਆਇਆ ਚੱਲ ਚੱਲੀਏ, ਅੰਦਰ ਮੱਥਾ ਟੇਕ ਸੱਚਖੰਡ, ਇੱਥੇ ਗੁਰੂ ਗੋਬਿੰਦ ਸਿੰਘ ਅੰਤਲੇ ਬਚਨ ਕਰਕੇ ਗਿਆ ਹੈ। ਕਿੱਥੋਂ ਬੰਦਾ ਉਡਾਰੀ ਮਾਰਦਾ, ਗੁਰੂ ਗੋਬਿੰਦ ਸਿੰਘ ਅੰਤਲੇ ਬਚਨ ਕਰਕੇ ਗਿਆ। ਕਹਿੰਦਾ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ ਅਤੇ ਸ਼ਬਦ ਦਾ ਉੱਥੇ ਬੈਠ ਕੇ ਮੈਂ ਗੁਰੂ ਗੋਬਿੰਦ ਸਿੰਘ ਨੂੰ ਚੇਤੇ ਕੀਤਾ, ਯਾਦ ਕੀਤਾ, ਅਤੇ ਮੈਨੂੰ ਸ਼ਬਦ ਵਿੱਚੋਂ ਗੁਰੂ ਗੋਬਿੰਦ ਸਿੰਘ ਬੋਲਿਆ। ਦੇਖੋ ਕਿੱਥੇ ਗੱਲ ਆਉਂਦਾ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਕਹਿੰਦੇ ਸ਼ਬਦ ਵਿੱਚੋਂ ਗੁਰੂ ਗੋਬਿੰਦ ਸਿੰਘ ਬੋਲਦੇ ਨੇ ਅਤੇ ਸ਼ਬਦ ਵਿੱਚੋਂ ਆਵਾਜ਼ ਆਉਂਦੀ, ਕਿੰਨਾ ਨੂੰ ਪੁੱਛਣ ਤੁਰਿਆ ਮੇਰਾ ਰੂਪ, ਕਿੰਨਾ ਨੂੰ ਪੁੱਛਣ ਤੁਰਿਆ, ਤੂੰ ਸਤਲੁਜ ਨੂੰ ਪੁੱਛਣਾ, ਯਮੁਨਾ ਨੂੰ ਪੁੱਛਣਾ, ਗੰਗਾ ਅਤੇ ਗੋਦਾਵਰੀ ਨੂੰ ਪੁੱਛਣਾ। ਕਹਿੰਦੇ ਆਵਾਜ਼ ਆਈ, ਬੋਲਦੇ ਉਹ ਹੁੰਦੇ ਨੇ ਜਿਨ੍ਹਾਂ ਨੂੰ ਰਸ ਨਾ ਆਇਆ ਹੋਵੇ, ਕਿੰਨਾ ਨੂੰ ਪੁੱਛਣ ਤੁਰਿਆ, ਜਿਨ੍ਹਾਂ ਨੂੰ ਇੱਕ ਵਾਰੀ ਛੂਹ ਮਿਲ ਗਈ ਉਹ ਬੋਲਣ ਜੋਗੇ ਨਹੀਂ ਰਹਿੰਦੇ, ਉਹ ਮਾਣਦੇ ਹੀ ਹੁੰਦੇ, ਉਹਨਾਂ ਨੂੰ ਛੂਹ ਮਿਲੀ ਹੈ ਗੁਰੂ ਗੋਬਿੰਦ ਸਿੰਘ ਦੀ, ਕੀ ਬੋਲਣਗੇ? ਅਗਲੀ ਗੱਲ, ਤੂੰ ਤਸਵੀਰ ਪੁੱਛਣ ਆਇਆ,
ਅੱਗੋਂ ਕਹਿੰਦਾ ਆਵਾਜ਼ ਆਈ, ਗੁਰੂ ਗੋਬਿੰਦ ਸਿੰਘ ਦੀ ਫੋਟੋ ਕਾਗਜ਼ 'ਤੇ ਨਹੀਂ, ਗੁਰੂ ਗੋਬਿੰਦ ਸਿੰਘ ਦੀ ਤਸਵੀਰ ਸੰਤ ਖਾਲਸੇ ਦੇ ਹਿਰਦੇ ਵਿੱਚ ਪੈਦਾ ਹੁੰਦੀ, ਉਹਦੇ ਸੀਨੇ ਵਿੱਚੋਂ ਤਸਵੀਰ ਨਿਕਲਦੀ। ਫਿਰ ਅਗਲੀ ਗੱਲ ਕਹਿੰਦਾ, ਜਦੋਂ ਉਸ ਤਸਵੀਰ ਦੇ ਉੱਤੋਂ ਪਰਦਾ ਹਟਾਇਆ ਜਾਂਦਾ ਅਤੇ ਉਸ ਖਾਲਸੇ ਦੇ ਹਿਰਦੇ 'ਚੋਂ ਆਵਾਜ਼ ਨਿਕਲਦੀ ਹੈ ਤੂੰ ਮੈਂ, ਅਤੇ ਗੁਰੂ ਗੋਬਿੰਦ ਸਿੰਘ ਕਹਿੰਦਾ ਮੈਂ ਤੂੰ, ਕਹਿੰਦਾ ਉਹ ਅਵਸਥਾ ਜਿੱਥੋਂ ਖਾਲਸੇ ਦੇ ਹਿਰਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਝਲਕਣ ਲੱਗ ਪੈਂਦਾ। ਮੈਂ ਇੱਕ ਬੇਨਤੀ ਕਰਾਂ, ਉਹਨੇ ਗੱਲ ਬੜੀ ਸੋਹਣੀ ਕਹੀ। ਉਸ ਦਿਨ ਵੀ ਮੈਂ ਕਿਹਾ ਸੀ ਕਿ ਗੁਰਦੁਆਰਾ ਕੇਵਲ ਇਮਾਰਤ ਨਹੀਂ ਹੁੰਦੀ ਗੁਰਮੁਖੋ, ਗੁਰਦੁਆਰਾ ਸੱਚ ਏਵੇ ਉੱਥੇ ਬਖਸ਼ਿਸ਼ ਵਰਦੀ ਏ, ਅਤੇ ਗੁਰਦੁਆਰਾ ਕੇਵਲ ਇੱਕ ਥਾਂ ਨਹੀਂ ਹੁੰਦਾ, ਜਦੋਂ ਖਾਲਸੇ ਨੂੰ ਨਾਮ ਦੀ ਛੂਹ ਲੱਗ ਜਾਂਦੀ ਹਰ ਖਾਲਸੇ ਗੁਰਦੁਆਰਾ ਬਣ ਜਾਂਦਾ ਹੈ। ਧੰਨ ਧੰਨ ਸੁਹਾਵਾ ਸੋ ਸਰੀਰ ਥਾਨਕ ਹੈ, ਜਿੱਥੇ ਮੇਰਾ ਗੁਰ ਧਰੈ ਵਿਖਾ ਸੱਚ ਏਵੇ ਗੁਰੂ ਗੋਬਿੰਦ ਸਿੰਘ। ਮੈਂ ਤਾਂ ਕਹਿੰਦਾ ਚਲੋ ਅਸੀਂ ਦਿਨ ਮਨਾਉਂਦੇ ਹਾਂ, ਅੱਜ ਦੇ ਦਿਨ ਮਹਾਰਾਜ ਜੋਤੀ ਜੋ ਸਮਾਏ, ਕਿੱਥੇ ਸਮਾਏ, ਤੁਸੀਂ ਰੋਜ਼ ਤਾਂ ਪੜ੍ਹ ਦਿਓ ਖਾਲਸੇ ਮੈਂ ਹੂੰ ਕਰੂੰ ਨਿਵਾਸ, ਰੋਜ਼ ਤਾਂ ਪੜ੍ਹ ਦਿਓ ਮੇਰੋ ਰੂਪ ਗ੍ਰੰਥ ਜਾਣ ਭਾਈ ਨੰਦ ਲਾਲ ਸਾਹਿਬ ਨੂੰ। ਧੰਨ ਗੁਰੂ ਗੋਬਿੰਦ ਸਿੰਘ ਫਿਰ ਜਦੋਂ ਖਾਲਸੇ ਦੀ ਉਪਮਾ ਕਰਦੇ ਆ, ਇੱਕ ਦੋ ਉਹ ਬਚਨ ਕਹਿੰਦੇ ਸੇਵ ਕਰੀ ਇਨ ਹੀ ਕੀ ਭਾਵਤ, ਔਰ ਕੀ ਸੇਵ ਸਹਾਤ ਸੁਹਾਤ ਨਾ ਜੀ ਕੋ, ਦਾਨ ਦਿਓ ਇਨ ਹੀ ਕੋ ਭਲੋ, ਔਰ ਆਨ ਕੋ ਦਾਨ ਨਾ ਲਾਗਤ ਨੀਕੋ, ਆਗੈ ਫਲੈ ਇਨ ਹੀ ਕੋ ਦਿਓ, ਜਗ ਮੈਂ ਜਸ ਔਰ ਦਿਓ ਸਭ ਫੀਕੋ। ਅਗਲਾ ਬਚਨ ਮੋਹ ਗ੍ਰਹਿ ਮੈਂ ਤਨ ਅਤੇ ਮਨ ਅਤੇ ਸਿਰ ਲਓ, ਧਨ ਹੈ ਸਭ ਹੀ ਇਨ ਹੀ ਕੋ। ਫਿਰ ਤੁਕ ਸੁਣੋ, ਮੋਹ ਗ੍ਰਹਿ ਮੈਂ ਮੇਰੇ ਘਰ 'ਚ ਤਨ ਅਤੇ ਮਨ ਅਤੇ ਸਿਰ ਲਓ, ਮੇਰਾ ਤਨ ਮੇਰਾ ਧਨ ਮੇਰਾ ਸਭ ਕੁਛ ਮੈਂ ਖਾਲਸੇ ਤੋਂ ਕੁਰਬਾਨ ਕੀਤਾ। ਜਦੋਂ ਕਿਹਾ ਨਾ ਤਨ ਮਨ ਧਨ ਸਭ ਕੁਛ, ਮੋਹ ਗ੍ਰਹਿ ਮੈਂ ਤਨ ਅਤੇ ਮਨ ਅਤੇ ਸਿਰ ਲਓ, ਧਨ ਹੈ ਸਭ ਹੀ ਇਨ ਹੀ ਕੋ। ਪਿਆਰਿਓ ਇਹ ਕੇਵਲ ਐਵੇਂ ਖਾਲਸੇ ਨੂੰ ਬਟਰਿੰਗ ਕਰਨ ਲਈ ਨਹੀਂ ਸਿੱਖਿਆ ਕਿ ਸਭ ਕੁਝ ਤੇਰੇ ਲਈ। ਦਮ ਦਮਾ ਸਾਹਿਬ ਜਦੋਂ ਮਾਤਾ ਸੁੰਦਰੀ ਜੀ ਮਾਤਾ ਸਾਹਿਬ ਦੇਵਾਂ ਪੁੱਛਦੇ ਨੇ ਕਿ ਸੱਚੇ ਪਾਤਸ਼ਾਹ ਪੁੱਤਰ, ਉੱਥੇ ਫਿਰ ਇਹ ਗੱਲ ਸਿੱਧ ਕਰ ਦਿੱਤੀ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤਚਾਰ, ਚਾਰ ਮੂਵੇ ਤੋਂ ਕਿਆ ਹੋਵਾ ਜੀਵਤ, ਕਈ ਹਜ਼ਾਰ ਚੇਤੇ ਰੱਖਿਓ, ਸਾਨੂੰ ਪੁੱਤਰਾਂ 'ਚ ਸ਼ਾਮਿਲ ਕੀਤਾ, ਸਾਨੂੰ ਅਭੇਦਤਾ ਦਿੱਤੀ। ਮੈਂ ਬੇਨਤੀ ਕਰਾਂਗਾ ਆਓ ਐਸੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਉਹ ਪਵਿੱਤਰ ਜੀਵਨ ਨੂੰ ਜੋ ਅਸੀਂ ਵਾਚਿਆ ਹੈ, ਆਓ ਅੰਮ੍ਰਿਤ ਦੀ ਦਾਤ ਲਈਏ। ਜਿਨ੍ਹਾਂ ਨਹੀਂ ਅੰਮ੍ਰਿਤ ਛਕਿਆ, ਜਿਨ੍ਹਾਂ ਛਕਿਆ, ਧੰਨ ਗੁਰੂ ਗੋਬਿੰਦ ਸਿੰਘ, ਇਹਨਾਂ ਦੇ ਸਿਰ 'ਤੇ ਆਪ ਖੜਾ ਹੋਵੇ, ਕਿਉਂਕਿ ਇਸ ਮੁਲਕ 'ਚ ਵਿਚਰਦਿਆਂ ਬਹੁਤ ਕੁਛ ਹੈ। ਅਸੀਂ ਕਹਿੰਦੇ ਤਾਂ ਹਾਂ ਵੀ ਬੜਾ ਮੁਸ਼ਕਲ ਜੇ, ਜਦੋਂ ਨੌਜਵਾਨ ਕਈ ਵਾਰੀ ਕਿ ਮਿਲਦੇ ਹਾਂ, ਫਿਰ ਮੇਰੇ ਮਨ 'ਚ ਹੁੰਦਾ ਫਰੀਦਾ ਭੂਮ ਰੰਗਾਵਲੀ ਮੰਝ ਵਸੂਲਾ ਬਾਬ, ਹਰ ਚੀਜ਼ ਓਪਨ ਪਈ ਹੈ, ਪਰ ਜੋ ਜਨ ਪੀਰ ਨਿਵਾਜਿਆ ਤਿੰਨਾਂ ਅੰਚਨਾ ਲਾਗ। ਇਹ ਦੋਵਰੀ ਸ਼ਲੋਕ ਹੁੰਦਾ ਜੀ, ਫਰੀਦਾ ਭੂਮ ਰੰਗਾਵਲੀ ਮੰਝ ਵਸੂਲਾ ਬਾਗ, ਜੋ ਨਰ ਪੀਰ ਨਿਵਾਜਿਆ ਤਿੰਨਾਂ ਅੰਚਨਾ ਲਾਗ, ਹੈ ਤਾਂ ਰੰਗਾਵਲੀ ਭੂਮੀ। ਗੁਰੂ ਸਾਹਿਬ ਕਹਿੰਦੇ ਨੇ ਸੱਚ ਏਵੇ ਇਹਦੇ ਵਿੱਚ ਵਿਸ਼ ਵਾਸਨਾ ਵੀ ਬੜੀ ਹਲਾਰੇ ਮਾਰਦੀ ਏ, ਜਿਹਦੇ ਸਿਰ 'ਤੇ ਗੁਰੂ ਖਲੋਤਾ ਹੋਵੇ, ਜਿਹਨੂੰ ਗੁਰੂ ਨਿਵਾਜਦਾ ਉਹ ਕਦੀ ਡੋਲਦਾ ਨਹੀਂ ਹੁੰਦਾ। ਮੈਂ ਸਿਰਫ ਸ਼ੁਰੂਆਤ ਕੀਤੀ ਸੀ ਕਿ ਮਨੁੱਖ ਦੀ ਮੰਜ਼ਿਲ ਹੈ ਅਭੇਦ ਹੋਣਾ, ਸਾਧਨਾ ਕਰਦਾ ਕਿਰਪਾ ਲੈਂਦਾ ਸੰਤ ਅਨੰਤ ਵਿੱਚ ਮਿਲ ਗਿਆ, ਭਗਤ ਭਗਵੰਤ ਵਿੱਚ ਮਿਲ ਗਿਆ, ਸੇਵਕ ਸਵਾਮੀ ਵਿੱਚ ਮਿਲ ਗਿਆ, ਹਰ ਜਨ ਖਰੀ ਵਿੱਚ ਮਿਲ ਗਿਆ, ਸਿੱਖ ਗੁਰੂ ਵਿੱਚ ਮਿਲ ਗਿਆ, ਸੱਚ ਏਵੇ ਖਾਲਸਾ ਗੁਰੂ ਗੋਬਿੰਦ ਸਿੰਘ ਦੇ ਵਿੱਚ ਮਿਲ ਗਿਆ।
ਗੁਰੂ ਗੋਬਿੰਦ ਸਿੰਘ ਖਾਲਸੇ ਵਿੱਚ ਮਿਲ ਗਿਆ। ਤਾਂ ਹੀ ਮਹਾਰਾਜ ਜੀ ਨੇ ਕਿਹਾ, ਹਉਂ ਖਾਲਸੇ ਕਾ ਖਾਲਸਾ ਮੇਰੋ ਓਤ ਪੋਤ ਸਾਗਰ ਬੁੰਦੇਰੋ। ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ।